ਗੱਲਾਂ ਖਰੀਆਂ ਖਰੀਆਂ ਸੁਣ ਰਹੇ ਸਾਰੇ ਪਰਿਵਾਰਾਂ ਨੂੰ ਲਵੀ ਪੰਨੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੱਲਾਂ ਖਰੀਆਂ ਖਰੀਆਂ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੁਸੀਂ ਕਿਆ ਸੁਣ ਰਹੇ? ਮੈਂ ਕਿਹਾ ਚਲੋ ਦੇਖ ਲਿਆ ਕਹਿੰਦੇ ਨੇ ਵੀ। ਹਾਂਜੀ, ਇਹ ਕਈ ਵਾਰੀ ਨਾ ਗੜਬੜ ਘਟਾਲੇ ਹੋ ਜਾਂਦੇ ਆ। ਘਟਾਲੇ ਬਹੁਤੇ ਹੁੰਦੇ ਆ, ਹੁਣ ਘਟਾਲੇ ਬਹੁਤ ਹੋਣੇ ਨੇ ਇੰਡੀਆ 'ਚ ਵੀ, ਖਾਸ ਕਰਕੇ ਇੰਡੀਆ 'ਚ ਵੀ ਬਹੁਤ ਹੋਣੇ ਆ ਭਾਈ। ਦੇਖ ਵੀ ਰਹੇ ਹੋ ਤੇ ਜੇ ਕਦੇ ਕਦੇ ਕਹਿ ਦਿੰਦੇ ਹੁੰਦੇ ਆ ਵੀ ਆਵਾਜ਼ ਨਹੀਂ ਆਉਂਦੀ, ਤੇ ਕਈ ਵਾਰੀ ਪਰਿਵਾਰ ਵਿਅਸਤ ਆਪਾਂ ਨੂੰ ਦੱਸ ਦਿੰਦੇ ਹੁੰਦੇ ਆ ਜੇ ਤਸਵੀਰ ਥੋੜ੍ਹੀ ਘੱਟ ਦਿਸਦੀ ਹੋਵੇ ਜਾਂ ਫਿਰ ਮੰਜੇ ਤੋਂ ਅਸੀਂ ਦੂਰ ਹੋਈਏ ਜਾਂ ਮੰਜੇ ਦੇ ਨੇੜੇ ਬੈਠੇ ਹੋਈਏ ਤਾਂ ਵੀ ਤੁਸੀਂ ਦੱਸ ਦਿੰਦੇ ਹੁੰਦੇ ਆ। ਤੇ ਅੱਜ ਫਿਰ ਸਾਂਝਾ ਟੀਵੀ 'ਤੇ ਅਸੀਂ ਦੋਹੇ ਜਾਣੇ ਗੱਲਾਂ ਖਰੀਆਂ ਖਰੀਆਂ ਲੈ ਕੇ ਹਾਜ਼ਰ ਹਾਂ। ਕਹਿੰਦਾ ਭਾਈ, ਕਹਿੰਦਾ ਮੈਂ ਇੱਕ ਵਾਰੀ ਸ਼ੋਅ 'ਚ ਕਹਿਤਾ ਵਾ ਵੀ ਯਾਰ ਨਿੰਮ ਨੂੰ ਤੁੱਕੇ ਬੜੇ ਲੱਗੇ। ਅੱਛਾ, ਕਹਿੰਦਾ ਮੈਂ ਜਾਣ ਕੇ ਕਿਹਾ ਵੀ ਦੇਖਦੇ ਆ ਲੋਕ, ਦੇਖਦੇ ਵੀ ਆਪਾਂ ਨੂੰ। ਕਹਿੰਦਾ ਫਿਰ ਜਿਉਂ ਕਾਲ ਤੇ ਕਾਲ, ਜਿਉਂ ਕਾਲ ਤੇ ਕਾਲ ਲੋਕ ਕਰਨ, ਭਾਈ ਨਿੰਮ ਨੂੰ ਤੁੱਕੇ ਨਹੀਂ ਲੱਗਦੇ ਹੁੰਦੇ, ਤੁੱਕੇ ਤਾਂ ਕਿੱਕਰ ਨੂੰ ਲੱਗਦੇ ਹੁੰਦੇ ਨੇ। ਕਹਿੰਦਾ ਬਸ ਸਾਡਾ ਐਕਸਪੈਰੀਮੈਂਟ ਕਾਮਯਾਬ ਰਿਹਾ ਵੇ। ਵੈਸੇ ਨਾ ਰਫਤਾਰ ਜੀ, ਕਿੱਕਰਾਂ ਦੇ ਫੁੱਲ ਕਿੰਨੇ ਸੋਹਣੇ ਹੁੰਦੇ ਸੀ, ਛੋਟੇ ਛੋਟੇ ਪੀਲੇ ਪੀਲੇ। ਉਹ ਤੁਸੀਂ ਇੱਕ ਦੇਖਿਆ ਵੀ ਉਹਨੂੰ ਕੁੜੀਆਂ ਕੰਨਾਂ 'ਚ ਪਾ ਲੈਂਦੇ ਹੁੰਦੇ, ਜਿਵੇਂ ਕੰਨਾਂ 'ਚ ਕੋਕੇ ਪਾਉਂਦੇ ਹੁੰਦੇ ਆ ਨਾ, ਵਾਲੀਆਂ ਕੋਕੇ, ਉਹ ਮੈਨੂੰ ਕੰਨਾਂ ਦੇ ਵਿੱਚ ਪਾ ਲੈਂਦੇ। ਬੜਾ ਸੋਹਣਾ, ਐਡਾ ਸੋਹਣਾ ਜੈਲੋ ਕਲਰ ਜਿਹਾ ਸੀ ਨਾ ਉਹ, ਮੈਨੂੰ ਲੱਗਦਾ ਵੀ ਉਹ ਜਿਹਾ ਜੈਲੋ ਕਲਰ ਹੋਣਾ ਹੀ ਨਹੀਂ। ਬਹੁਤ ਪਿਆਰਾ ਜਿਹਾ, ਬੜਾ ਪਿਆਰਾ ਤੇ ਬੜਾ ਸੋਹਣਾ, ਬੜਾ ਹਲਕਾ ਜਿਹਾ। ਇੱਕ ਕਵਿਤਾ ਵੀ ਮੇਰਾ ਖਿਆਲ ਹੁੰਦੀ ਸੀ ਸ਼ਾਇਦ, ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਗਾ ਰਾਖੀ ਵੇ, ਇਦਾਂ ਜੀ ਕੋਈ ਕਵਿਤਾ ਵੀ ਹੁੰਦੀ ਸੀ। ਕਿੱਕਰਾਂ ਦੇ ਫੁੱਲਾਂ ਦਾ ਬਣਾ ਦੇਵਾਂਗੇ ਤਾਜ, ਕੁਛ ਕਈ ਗਾਣਿਆਂ ਦੇ ਵਿੱਚ ਕਿੱਕਰ। ਪਹਿਲੀ ਗੱਲ ਆਪਾਂ, ਅੱਜ ਚਲੋ ਅੱਜ ਆਪਾਂ ਦਰਖਤਾਂ ਦੇ ਪਾਸੇ ਵਾਲੇ ਚੱਲਾਂਗੇ, ਇੱਧਰ ਨੂੰ ਹੀ ਆਪਾਂ ਹੁੰਦੇ ਹਾਂ। ਤੇ ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਪਹਿਲੇ ਤਾਂ ਇਹ ਯਾਦ ਕਰਾ ਦਈਏ ਜੀ, ਇਸ 13 ਤਰੀਕ ਨੂੰ, 13 ਅਪ੍ਰੈਲ ਦਿਨ ਸ਼ਨਿਚਰਵਾਰ, ਬਿਲਕੁਲ ਜੀ। ਤੇ ਉਦਣ ਸਾਰੇ ਜਾਣੇ ਕੇਸਰੀ ਰੰਗ ਦੇ ਸੂਟ ਪਾ ਕੇ ਤੇ ਕੇਸਰੀ ਦਸਤਾਰਾਂ ਸਜਾ ਕੇ ਪਹੁੰਚਿਓ ਜ਼ਰੂਰ। ਕੋਸ਼ਿਸ਼ ਕਰਿਓ ਜੇ ਭੈਣਾਂ ਕੋਲੇ ਕੇਸਰੀ ਸੂਟ ਹੈ ਨਹੀਂ, ਫਿਰ ਵੀ ਤੁਸੀਂ ਆਪਣੀ ਪਸੰਦ ਦਾ ਸੂਟ ਪਾ ਸਕਦੇ ਹੋ। ਪਰ ਸ਼ਾਨੋ ਸ਼ੌਕਤ ਖਾਲਸੇ ਦੀ ਉਦਣ ਦੇਖਣ ਵਾਲੀ ਹੋਣੀ, ਜਾਹੋ ਜਲਾਲ ਦੇਖਣ ਵਾਲਾ ਹੋਣਾ, ਕਿਉਂਕਿ ਸ਼ਹਿਰ ਵੈਂਕੂਵਰ ਵਿਖੇ ਨਗਰ ਕੀਰਤਨ, ਉਹਦੇ ਅਲੌਕਿਕ ਦ੍ਰਿਸ਼ ਤੁਹਾਨੂੰ ਸਾਂਝਾ ਟੀਵੀ ਦੇ ਰਾਹੀਂ ਵੀ ਦਿਖਾਏ ਜਾਣਗੇ ਤੇ ਆਪ ਵੀ ਤੁਸੀਂ ਉਹਨਾਂ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸੋ ਇਸ ਸ਼ਨਿਚਰਵਾਰ ਭਾਈ ਸਵੇਰੇ ਸਵਖਤ ਤੇ ਉੱਠਿਓ, ਵਧੀਆ ਤੁਸੀਂ ਸਮੇਂ ਸਿਰ ਤਿਆਰ ਹੋਇਓ ਤੇ ਵੈਂਕੂਵਰ ਸ਼ਹਿਰ ਦੇ ਵਿੱਚ ਪਹੁੰਚ ਜਿਓ, ਕਿਉਂਕਿ ਜੇ ਸਮੇਂ ਸਿਰ ਪਹੁੰਚੋਗੇ ਪਾਰਕਿੰਗ ਮਿਲ ਜੂਗੀ, ਜੇ ਲੇਟ ਹੋ ਗਏ ਤਾਂ ਫਿਰ ਬਸ ਫਿਰ ਔਖਾ। ਨਾਲੇ ਭਾਈ ਦਿਨ ਬੜਾ ਸੋਹਣਾ ਉਸ ਦਿਨ, ਸੋ ਪਰਮਾਤਮਾ ਜਿਹੜਾ ਵੈਦਰ ਹੁਣ ਇਸ ਦਿਸ ਰਿਹਾ ਨਾ ਵੀ ਆਉਣ ਵਾਲੇ ਸੈਟਰਡੇ ਨੂੰ ਵਧੀਆ ਵੈਦਰ ਹੋਣਾ, ਸੋ ਪਰਮਾਤਮਾ ਸੁੱਖ ਰੱਖੇ ਉੱਦਾਂ ਦੇ ਵੈਦਰ ਹੋਵੇ ਜਿੱਦਾਂ ਦਾ ਹੁਣ ਇਸ ਟਾਈਮ ਦਿਸ ਰਿਹਾ ਵਾ ਆਪਾਂ ਨੂੰ। ਸੋ ਸੋਹਣਾ ਵੈਦਰ ਹੋਊਗਾ ਜੀ, ਧੁੱਪ ਨਿਕਲੂਗੀ, ਬੜਾ ਵਧੀਆ ਵੈਦਰ ਹੋਊਗਾ, ਪਰ ਫਿਰ ਵੀ ਜਿਹੜੇ ਹਿਸਾਬ ਨਾਲ ਥੋੜ੍ਹੀ ਜਿਹੀ ਠੰਡ ਆ, ਕੋਟੀ ਸਵੈਟਰ ਆਪਣੇ ਨਾਲ ਰੱਖਿਓ। ਕਈ ਵਾਰੀ ਭੈਣਾਂ ਹੁੰਦਾ ਵੀ ਜ਼ਿਆਦਾਤਰ ਭਾਈ ਸੂਟ ਲੁੱਕ ਜਾਂਦੇ ਨੇ ਕੋਟੀ ਸਵੈਟਰ ਨਾਲ, ਉਹ ਆਪਣੇ ਨਾਲ ਜ਼ਰੂਰ ਰੱਖਿਓ, ਕਈ ਵਾਰੀ ਲੋੜ ਪੈਂਦੀ ਆ, ਹਵਾ ਚੱਲ ਪੈਂਦੀ ਆ ਠੰਡੀ। ਅਤੇ ਜਿੱਦਾਂ ਲਵੀ ਜੀ ਨੇ ਕਿਹਾ ਵਾ ਵੀ ਭਾਈ ਨਾਲ ਨਾ ਟਾਈਮ ਸਿਰ ਉੱਠਿਓ ਅਤੇ ਟਾਈਮ ਸਿਰ ਉੱਠ ਕੇ ਟਾਈਮ ਸਿਰ ਜਾਇਓ, ਕਿਉਂਕਿ ਸਾਲ ਦੇ ਵਿੱਚ ਇੱਕ ਜਾਂ ਦੋ ਦਿਨ ਤਾਂ ਇੱਦਾਂ ਦੇ ਹੁੰਦੇ ਆਪਣੇ ਕੋਲ ਵੀ ਭਾਈ ਆਪਾਂ ਨੇ ਅਰਲੀ ਉੱਠਣਾ ਹੁੰਦਾ, ਟਾਈਮ ਨਾਲ ਉੱਥੇ ਜਾਣਾ ਹੁੰਦਾ, ਨਹੀਂ ਤਾਂ ਸਾਰਾ ਸਾਲ ਆਪਣੇ ਕੋਲ ਹੀ ਆ। ਸੋ ਟਾਈਮ ਨਾਲ ਜਾ ਕੇ ਆਪਣੀ ਸੇਫ ਜਗ੍ਹਾ 'ਤੇ ਪਾਰਕ ਲਾ ਕੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ, ਅਤੇ ਸਾਨੂੰ ਵੀ ਉੱਥੇ ਜ਼ਰੂਰ ਮਿਲੋ, ਅਸੀਂ ਵੀ ਤੁਹਾਨੂੰ ਮਿਲਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਉੱਥੇ 13 ਤਰੀਕ ਨੂੰ, ਆਉਣ ਵਾਲੀ 13 ਤਰੀਕ ਨੂੰ ਜੀ। ਬਿਲਕੁਲ ਜੀ, ਅਤੇ ਨਾਲ ਅਸੀਂ ਸਪੋਂਸਰਸ ਦਾ ਜ਼ਰੂਰ ਧੰਨਵਾਦ ਕਰਦੇ ਹਾਂ। ਚਾਏ ਵਾਲਾ ਆਫ ਲੰਡਨ, ਜੇ ਕਦੇ ਤੁਹਾਨੂੰ ਲੱਗਦਾ ਵੀ ਵਧੀਆ ਜੀ ਚਾਹ ਪੀਣੀ ਹੈ ਤੇ ਨਾਲ ਸਨੈਕ ਵਧੀਆ ਜੇ ਹੋਣ, ਨਜ਼ਾਰਾ ਹੀ ਆ ਜਾਵੇ, ਤੇ ਚਾਹ ਵੀ ਬੜੀ ਕਿਸਮ ਦੀ, ਅਦਰਕ ਵਾਲੀ ਬੜੀ ਘੈਂਟ ਹੁੰਦੀ ਹੈ, ਅਦਰਕ ਪੌੜੀ, ਅਦਰਕ ਵਾਲੀ ਉਹਨਾਂ ਨੇ ਕਹਿੰਦੇ ਠੋਕ ਕੇ ਪਾ ਦੇ ਅਦਰਕ, ਜਿਵੇਂ ਮੈਂ ਪੀਜੇ ਤੇ ਕਹਿੰਦਾ ਉਹਨਾਂ ਵੀ ਅਦਰਕ ਧਨੀਆ ਪੂਰਾ ਠੋਕ ਕੇ, ਉਹਨੂੰ ਬੜਾ ਵਧੀਆ ਲੱਗਦਾ। ਵੈਸੇ ਤਾਂ ਅੱਗੇ ਪੰਜਾਬ ਦੇ ਵਿੱਚ ਐਂ ਕਹਿੰਦੇ ਨਹੀਂ ਹੁੰਦੇ ਸੀ, ਪੱਤੀ ਠੋਕ ਕੇ ਮਿੱਠਾ ਰੋਕ ਕੇ, ਮਿੱਠਾ ਰੋਕ ਕੇ ਪੱਤੀ ਠੋਕ ਕੇ। ਹੁਣ ਇੱਕ ਦਿਨ ਅਸੀਂ ਪੀਜ਼ਾ ਖਾਂਦੇ ਸੀਗੇ ਤੇ ਉਹਦੇ ਤੇ ਨਾ ਅਦਰਕ ਧਨੀਆ ਜ਼ਿਆਦਾ ਪਵਾ ਲੈਂਦੇ ਅਸੀਂ, ਅਸੀਂ ਹਰੇਕ ਫਰਾਈਡੇ ਖਾਂਦੇ ਹਾਂ ਕੰਮ ਤੇ ਪੀਜ਼ਾ, ਬੁਰਾ ਲੰਘਿਆ ਜਾਂਦਾ ਸੀਗਾ। ਅਸੀਂ ਉਹਨੂੰ ਕਿਹਾ ਵੀ ਤੂੰ ਕਹਿੰਦਾ ਇੰਜੋਏ ਕਰਦੇ ਸੀ, ਕਿਹਾ ਤੂੰ ਵੀ ਲੈ ਲਾ ਸਲਾਈਸ, ਵੀ ਇੱਕ ਸਲਾਈਸ ਖਾ ਕੇ ਉਹ ਕਹਿੰਦਾ ਪੀਜ਼ਾ ਮੰਗਾਇਆ ਕਿੱਥੋਂ ਤੁਸੀਂ ਜੀ, ਕਹਿੰਦਾ ਇਹਦੇ ਤਾਂ ਕਹਿੰਦਾ ਯਾਰ ਟੇਸਟ, ਕਹਿੰਦਾ ਮੈਂ ਤਾਂ ਲਾਈਫ 'ਚ ਨਹੀਂ ਪੀਜ਼ਾ ਇੱਦਾਂ ਦਾ ਖਾਧਾ, ਕਹਿੰਦਾ ਅਸੀਂ ਬਹੁਤ ਖਾਂਦੇ, ਪਰ ਕਹਿੰਦਾ ਬੜਾ ਘੈਂਟ ਬੜਾ ਪੀਜ਼ਾ ਬਣਾਇਆ, ਕਿ ਅਸੀਂ ਐਂ ਹੀ ਬਣਾਉਂਦੇ ਹਾਂ ਆਪਣੀ ਮਰਜ਼ੀ ਨਾਲ ਕਹਿ ਕੇ। ਬਿਲਕੁਲ, ਅਤੇ ਜੇ ਤੁਸੀਂ ਘੈਂਟ ਚਾਹ ਪੀਣੀ ਹੈ ਤਾਂ ਚਾਏ ਵਾਲਾ ਆਫ ਲੰਡਨ, ਇਹਨਾਂ ਦੇ ਜ਼ਰੂਰ ਤੁਸੀਂ ਪਹੁੰਚੋ, ਜਿੱਥੇ ਵੀ ਇਹਨਾਂ ਦੀਆਂ ਲੋਕੇਸ਼ਨਸ ਆ, ਅਤੇ ਉਹਨਾਂ 'ਤੇ ਜਾ ਕੇ ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾਇਓ ਅਤੇ ਉੱਥੇ ਸੋਹਣਾ ਟਾਈਮ ਤੁਸੀਂ ਸਪੈਂਡ ਕਰਿਓ। ਅਤੇ ਭਾਈ ਸ਼ਾਹੀ ਕੇਟਰਿੰਗ ਨੂੰ ਯਾਦ ਰੱਖਿਓ, ਕਿਉਂਕਿ ਸ਼ਾਹੀ ਕੇਟਰਿੰਗ ਜਦੋਂ ਹੁਣ ਨਗਰ ਕੀਰਤਨ ਨਿਕਲਣੇ ਆ, ਅਤੇ ਸ਼ਾਹੀ ਕੇਟਰਿੰਗ 85 ਦੇ ਕੋਰਨਰ 'ਤੇ, 128 ਅਤੇ 85 ਜਿੱਥੋਂ ਆਪਾਂ ਦਸਮੇਸ਼ ਦਰਬਾਰ ਗੁਰੂ ਘਰ ਨੂੰ ਮੁੜਦੇ ਹਾਂ 128 ਤੋਂ ਬਿਲਕੁਲ ਕੋਰਨਰ 'ਤੇ ਨੇ ਜੀ, ਅਤੇ ਉਹ ਕੜਾਹ ਪ੍ਰਸ਼ਾਦ ਲਾਉਂਦੇ ਹੁੰਦੇ ਨੇ, ਆਹ ਕਿਆ ਬਾਤਾਂ ਨੇ, ਦੇਸੀ ਘਿਓ ਦਾ ਕੜਾਹ ਹੁੰਦਾ ਜੀ ਉਹਨਾਂ ਕੋਲ, ਅਤੇ 8-10 ਜਾਣੇ ਹੁੰਦੇ ਨੇ ਪਰਿਵਾਰਕ ਮੈਂਬਰ ਉਹ, ਅਤੇ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਸੇਵਾ ਵੀ ਕਰ ਸਕਦੇ ਹਾਂ, ਅਤੇ ਲੰਗਰ ਜ਼ਰੂਰ ਲਾਉਂਦੇ ਨੇ। ਇੱਕ ਵਾਰੀ ਸ਼ਾਹੀ ਕੇਟਰਿੰਗ ਕੋਲ ਜਾ ਕੇ ਆਇਓ ਅਤੇ ਉਹਨਾਂ ਨੂੰ ਹੌਸਲਾ ਬਜਾਈ ਕਰਕੇ ਆਓ, ਕਿਉਂਕਿ ਐਡਾ ਵਧੀਆ ਉਹਨਾਂ ਦਾ ਜਿਹੜਾ ਲੰਗਰ ਤਿਆਰ ਕਰਦੇ ਨੇ, ਹੋਰ ਬੜੀਆਂ ਚੀਜ਼ਾਂ ਹੁੰਦੀਆਂ ਨੇ, ਅਤੇ ਜੇ ਤੁਸੀਂ ਖਾਣੇ ਮੰਗਾਉਣੇ ਨੇ ਇਸ ਬਦਲੇ ਤਾਂ ਸ਼ਾਹੀ ਕੇਟਰਿੰਗ ਨਾਲ ਸੰਪਰਕ ਕਰ ਲਿਓ।
ਕਿਉਂਕਿ ਉੱਥੇ ਗੱਲਾਂ ਬਾਤਾਂ ਆਪਾਂ ਕਰਦੇ ਹੁੰਦੇ ਆ, ਚਲੋ ਜਿਵੇਂ ਪਿਛਲੀ ਵਾਰੀ ਆਪਾਂ ਸੁਖੀ ਬਾਤ ਮੋਟਰਸ ਤੇ ਗਏ ਸੀ ਟਰੱਕ ਸੈਂਟਰ ਤੇ ਜਿੱਥੇ ਆਪਾਂ ਪਰਿਵਾਰਾਂ ਨੂੰ ਵਹੀਕਲ ਦਿਖਾਏ ਸੀ ਤੇ ਉੱਥੇ ਨਾਲ ਨਾਲ ਹੋਰ ਵੀ ਗੱਲਾਂ ਬਾਤਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਕਦੇ ਪੰਜਾਬ ਦੀ ਗੇੜੀ ਲਾ ਆਈ ਦੀ ਆ, ਕਦੇ ਵੈਸੇ ਦਿਮਾਗ ਦੇ ਵਿੱਚ ਜੋ ਗੱਲਾਂ ਬਾਤਾਂ ਉਹ ਸਾਂਝੀਆਂ ਕਰੀ ਦੀਆਂ ਤੇ ਬਾਕੀ ਕੰਮ ਆਉਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਤੇ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਤੁਸੀਂ ਚੰਗੇ, ਤੁਸੀਂ ਪਿਕਅਪ ਟਰੱਕ ਦਿਖਾਉਂਦੇ ਸੀ ਤੇ ਉਹ ਰਫਤਾਰ ਜੀ ਵਿੱਚ ਹੀ ਸੌਂ ਹੀ ਗਏ। ਕਹਿੰਦੇ ਨੇ ਹੁੰਦਾ ਵੀ ਜਿਹੜਾ ਕੰਮ ਕਰੋ ਫਿਰ ਐਨਾ ਖੁੱਭ ਕੇ ਕਰੋ, ਜਾ ਕੰਮ ਤਸੱਲੀ ਨਾਲ ਕਰੋ, ਕਿਉਂਕਿ ਮੈਂ ਇੱਕ ਚੀਜ਼ ਰੱਖੀ ਆ ਵੀ ਕਹਿੰਦੇ ਨਾ ਵੀ ਕਈ ਬੰਦਾ ਕਹਿੰਦਾ ਯਾਰ ਨਹੀਂ ਯਾਰ ਸੰਗ ਲੱਗਦੀ ਆ ਕੀ ਤੋਂ, ਆਪਣੇ ਤੇ ਪਰਿਵਾਰ ਨੇ ਸਾਰੇ, ਆਪਣੀ ਭੈਣ ਭਰਾ ਆਪਣੇ ਚਾਚੇ ਤਾਏ ਨੇ, ਸੰਗਣਾ ਕਿਹਨਾਂ ਤੋਂ ਆ, ਇਹ ਤਾਂ ਆਪਣੇ ਨੇ ਸੰਗਦੇ ਤਾਂ ਆਪਾਂ, ਜਿਹੜਾ ਬੰਦਾ ਸੰਗਦਾ ਹੁੰਦਾ ਨਾ ਉਹ ਬਗਾਨਿਆਂ ਤੋਂ ਸੰਗਦਾ ਹੁੰਦਾ, ਘਰਦਿਆਂ ਤੋਂ ਕੋਈ ਨਹੀਂ ਸੰਗਦਾ ਹੁੰਦਾ, ਜਦੋਂ ਆਪਾਂ ਸਾਰਿਆਂ ਨੂੰ ਆਪਣਾ ਪਰਿਵਾਰ ਮੰਨਦੇ ਫਿਰ ਸੰਗਣਾ ਕੀ ਤੂੰ, ਬਿਲਕੁਲ ਤਾਂ ਕਰਕੇ। ਹਾਂਜੀ ਤੇ ਬੜਾ ਫਿਰ ਸਾਨੂੰ ਵੀ ਮਜ਼ਾ ਆਉਂਦਾ ਵਾ, ਅਸੀਂ ਉੱਥੇ ਗੱਲਾਂ ਬਾਤਾਂ ਸਾਰੇ ਜਿਹੜਾ ਸਾਡਾ ਸਾਂਝਾ ਪਰਿਵਾਰ ਆ, ਤੁਸੀਂ ਵੀ ਸਾਡੇ ਸਾਂਝੇ ਪਰਿਵਾਰ ਹੋ ਤੇ ਸਾਨੂੰ ਆਪਸ ਦੇ ਵਿੱਚ ਵੀ ਗੱਲਾਂ ਬਾਤਾਂ 'ਚ ਬੜਾ ਮਜ਼ਾ ਆਉਂਦਾ ਤੇ ਫਿਰ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਦੱਸਣ ਲਈ ਫੋਨ ਕਰਦੇ ਹੋ ਤੇ ਫਿਰ ਵੀ ਬੜਾ ਹਾਸਾ ਪੈਂਦਾ ਵੀ ਤੁਸੀਂ ਗੱਲਾਂ ਬਾਤਾਂ ਪਸੰਦ ਕਰ ਰਹੇ ਹੋ। ਬਿਲਕੁਲ ਤੇ ਫਿਰ ਹੁਣ ਅੱਜ ਆਪਾਂ ਪੰਜਾਬ ਦੀ ਗੇੜੀ ਲਾਉਣੀ ਆ। ਹਾਂ ਪੰਜਾਬ ਦੀ ਗੇੜੀ, ਪਹਿਲਾਂ ਕਿੱਕਰ ਦੀ ਗੱਲ ਜ਼ਰੂਰ ਕਰੀਏ। ਦੇਖੋ ਜੀ ਕਿੱਕਰ ਜਿਹੜਾ ਦਰਖਤ ਸੀ ਨਾ, ਪਹਿਲੀ ਤਾਂ ਗੱਲ ਉਹ ਦਾਤਣ ਬਰੀ ਕਰਦੇ ਹੁੰਦੇ ਸੀ ਆਪਾਂ, ਦਾਤਣ ਕਿੱਕਰ ਦੀ ਹੁੰਦੀ ਸੀ, ਹੁਣ ਤੂਤ ਦੀ ਦਾਤਣ ਵੀ ਕਰੀ ਜਾਂਦੇ ਨੇ, ਤੂਤ ਦੀ ਅਮਰੂਦ ਦੀ ਦਾਤਣ ਵੀ ਕਰੀ ਜਾਂਦੇ ਨੇ। ਅੱਛਾ ਜੀ, ਟਾਲੀ ਦੀ ਦਾਤਣ ਤਾਂ ਚਲੋ ਕਰਦੇ ਹੀ ਹੁੰਦੇ ਸੀ, ਟਾਲੀ ਦੀ ਕਰ ਦਿੰਦੇ, ਹੁਣ ਕਹਿੰਦੇ ਨੇ ਵੀ ਅਮਰੂਦ ਦੀ ਦਾਤਣ ਕਰ ਲਓ। ਲਓ ਜੀ ਇਹ ਤਾਂ ਹੁਣ ਟਾਲੀ ਦੀ ਦਾਤਣ, ਕਿੱਕਰ ਦੀ ਦਾਤਣ ਚਲੋ ਇਹ ਤਾਂ ਹੁੰਦੀਆਂ ਸੀਗੀਆਂ, ਹੁਣ ਨਿੰਮ ਦੀ ਦਾਤਣ ਵੀ ਹੁੰਦੀ ਸੀ, ਇੱਕ ਨਿੰਮ ਦੀ ਦਾਤਣ ਹੁੰਦੀ ਸੀ, ਇੱਕ ਟਾਲੀ ਦੀ ਹੁੰਦੀ ਸੀ, ਇੱਕ ਕਿੱਕਰ ਦੀ ਹੁੰਦੀ ਸੀਗੀ, ਹੁਣ ਤੂਤ ਦੀ ਦਾਤਣ ਵੀ ਕਰੀ ਜਾਂਦੇ ਨੇ। ਹੁਣ ਤਾਂ ਕਹਿੰਦੇ ਨੇ ਵੀ ਬਸ ਵੀ ਦਰਖਤ ਜਿਹੜਾ, ਪਰ ਜਿਹੜੀ ਕਿੱਕਰ ਹੁੰਦੀ ਸੀ ਨਾ ਪਹਿਲੀ ਤਾਂ ਗੱਲ ਦਾਤਣ ਬੜੀ ਵਧੀਆ ਹੁੰਦੀ ਸੀਗੀ, ਦੂਜੀ ਗੱਲ ਉਹਨੂੰ ਨਾ ਬੱਕਰੇ ਬੱਕਰੀਆਂ ਬੜੇ ਚਾਅ ਨਾਲ ਖਾਂਦੇ ਸੀ ਕਿੱਕਰ ਨੂੰ, ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਬੜਾ ਵਧੀਆ ਬਣਦਾ ਹੁੰਦਾ ਸੀਗਾ। ਸੋ ਅੱਜ ਦਰਖਤਾਂ ਦੀ ਗੱਲ ਚੱਲੀ ਆ, ਬੜੇ ਦਰਖਤ ਉੱਥੇ ਇੱਦਾਂ ਦੇ ਨੇ ਜਿਹੜੇ ਅਲੋਪ ਹੋ ਗਏ। ਇੱਕ ਹੋਰ ਸਾਡੇ ਪਿੰਡ ਕੱਲਰ ਜਿਹੜਾ ਪੈਂਦਾ ਹੁੰਦਾ, ਜਿੱਥੇ ਕੋਈ ਜ਼ਿਆਦਾ ਫਸਲ ਨਹੀਂ ਹੁੰਦੀ ਜਿਹੜੇ ਏਰੀਏ 'ਚ ਨਾ, ਰੋੜੀ ਜ਼ਮੀਨ ਕੱਲਰ ਵਾਲੀ ਜ਼ਮੀਨ, ਉੱਥੇ ਨਾ ਇੱਕ ਨਿੱਕੇ ਨਿੱਕੇ ਬੇਰ ਲੱਗਦੇ ਹੁੰਦੇ ਸੀ, ਮਲੇ ਵਾਲੇ ਬੇਰ ਜਿਹੜੇ ਨਿੱਕੇ ਹੁੰਦੇ ਸੀਗੇ, ਹੁਣ ਉਹ ਆਏ ਨਹੀਂ ਪਤਾ ਵੀ ਲੱਗਦੇ ਕਿੱਥੇ ਨੇ, ਆਉਂਦੇ ਪੰਜਾਬ 'ਚ ਜ਼ਰੂਰ ਨੇ। ਹਾਂਜੀ, ਮੇਲਿਆਂ 'ਤੇ ਜਰਗ ਦੇ ਮੇਲੇ 'ਤੇ ਛਪਾਰ ਦੇ ਮੇਲੇ 'ਤੇ ਭਾਈ ਰੱਖੀ ਬੈਠੇ ਹੁੰਦੇ ਨੇ, ਉਹ ਤਾਂ ਬਲੈਕ ਕਾਲਾ ਲੂਣ ਪਾ ਕੇ ਉਹ ਹਿਲਾ ਕੇ ਜੇ ਨਿੰਬੂ ਨੂੰ ਤੋੜ ਕੇ ਦਿੰਦੇ ਆ, ਪਰ ਆਉਂਦੇ ਪਤਾ ਨਹੀਂ ਕਿੱਥੋਂ ਨੇ। ਹੁਣ ਅੱਗੇ ਜਦੋਂ ਅਸੀਂ ਜਾਂਦੇ ਹੁੰਦੇ ਸੀ ਕਿ ਕਹਿੰਦੇ ਚਲੋ ਕਲਰ 'ਚੋਂ ਬੇਲ ਤੋੜ ਕੇ ਲੈ ਕੇ ਆਈਏ, ਉੱਥੋਂ ਇੰਨੇ ਸਾਰੇ ਝੋਲਾ ਭਰ ਲਿਆ ਦਿੰਦੇ ਸੀ, ਹੁਣ ਨਹੀਂ ਹੁੰਦੇ, ਹੁਣ ਪਤਾ ਨਹੀਂ ਕਿੱਥੇ। ਮੈਨੂੰ ਲੱਗਦਾ ਨਾ ਜਿਹੜੇ ਮਲਿਆਂ ਦੇ ਬੇਰ ਆ ਉਹ ਹੁਣ ਹੋ ਸਕਦਾ ਰਾਜਸਥਾਨ ਵੱਲੋਂ ਕਿਤੋਂ, ਹੈਨਾ, ਕਿਉਂਕਿ ਉਹ ਅਕਸਰ ਜਦੋਂ ਝਾੜੀਆਂ ਜੀਆਂ ਤੇ ਛਾਪੇ ਜੇ ਇਦਾਂ ਦਾ ਹੁੰਦਾ ਸੀਗਾ, ਸੋ ਉੱਥੇ ਮੇਰਾ ਖਿਆਲ ਹੁੰਦੇ ਸੀਗੇ। ਜੇ ਪਰਿਵਾਰਾਂ ਨੂੰ ਪਤਾ ਭਾਈ ਜ਼ਰੂਰ ਦੱਸਿਓ ਤੁਸੀਂ ਵੀ। ਹਾਂ ਵੀ ਬੇਰ ਭਾਈ ਉਹ ਕਿਹੜੀ ਜਗ੍ਹਾ ਤੇ ਹੁੰਦੇ ਸੀਗੇ, ਮਲਿਆਂ ਦੇ ਬੇਰ ਕਿਤੋਂ ਉਹ ਹੁੰਦੇ ਸੀਗੇ, ਤੇ ਦੂਜੇ ਹੁੰਦੇ ਸੀਗੇ ਜਿਹਦੇ ਤੇ ਸੇਮੀਆਂ ਵੱਟ ਕੇ ਪਾਉਂਦੇ ਹੁੰਦੇ ਸੀਗੇ, ਕਿਚੰਗਾਂ ਜੀਆਂ ਹੁੰਦੀਆਂ ਸੀਗੀਆਂ। ਹਾਂਜੀ, ਉਹਦੇ ਤੇ ਨਾ ਪਹਿਲਾਂ ਤਾਂ ਸੇਮੀਆਂ ਹੁੰਦੀਆਂ ਸੀਗੀਆਂ, ਘੜੇ ਨਾਲ ਆਇਆ ਘੜੇ ਤੇ ਇੱਕ ਪੇੜਾ ਸਿੱਟ ਲੈਣਾ, ਉਹਨੂੰ ਥੋੜਾ ਲੰਮਾ ਜਿਹਾ ਕਰ ਲੈਣਾ, ਕਰੀ ਜਾਣਾ ਤੇ ਉਹ ਲੰਮੇ ਲੰਮੇ ਬਣ ਜਾਣੇ, ਤੋੜ ਤੋੜ ਕੇ ਉਹ ਚੰਗਾਈਆਂ ਤੇ ਪਾਈ ਜਾਣੇ। ਹੁਣ ਉਹ ਵੀ ਹੈ ਨੀ ਕੁਛ, ਹੁਣ ਤਾਂ ਜਿਹੜੇ ਸਾਡੇ ਪਿੰਡ ਕਲਰ ਸੀ, ਸਾਡੇ ਪਿੰਡ ਕਲਰ ਮੈਨੂੰ ਲੱਗਦਾ ਬਈ 150 ਕਿੱਲਾ ਕਹਿ ਸਕਦੇ ਹਾਂ ਵੀ ਕਲਰ ਪਿਆ ਸੀ ਜਗ੍ਹਾ, ਕਲਰ ਹੀ ਪਈ ਸੀ। ਉਹਨਾਂ ਖਾਲੀ ਪਈ ਸੀਗੀ, ਫਿਰ ਉਹ ਗਵਰਨਮੈਂਟ ਨੇ ਸਾਡੇ ਪਿੰਡ ਨੂੰ ਵੰਡਤੀ ਸੀ ਵੀ ਸਾਰੇ ਪਿੰਡ ਭਾਈ ਆਪਦੇ ਆਪਦੇ ਜਿੰਨੇ ਜਿੰਨੇ ਉਹਨਾਂ ਨੂੰ ਹੱਕ ਬਣਦਾ ਸੀਗਾ ਉਹਨੇ ਉਹਨਾਂ ਨੇ ਪਿੰਡ ਨੂੰ ਵੰਡਤੀ ਸੀਗੀ, ਤੇ ਉਹਦੇ ਤੇ ਭਾਈ ਕੇਸ ਲੱਗਿਆ ਸਾਡੇ ਪਿੰਡ ਵੀ, ਹੁਣ ਜਿਹੜੇ ਰਮਦਾਸ ਸੀ ਉੱਥੋਂ ਦੇ ਉਹ ਕਹਿੰਦੇ ਵੀ ਭਾਈ ਸਾਨੂੰ ਵੀ ਹਿੱਸਾ ਆਉਣਾ ਚਾਹੀਦਾ ਵੀ ਸਾਡਾ ਵੀ ਹਿੱਸਾ ਬਣਦਾ ਹੈ ਨਾ, ਪਰ ਉਹਦੇ 'ਚ ਇਹ ਚੱਕਰ ਚੱਲਦਾ ਵਾ, ਉਹ ਕਹਿੰਦੇ ਵੀ ਭਾਈ ਤੁਸੀਂ ਜੱਦੀ ਹੈ ਨਹੀਂ ਗੇ ਇਸ ਪਿੰਡ ਦੇ, ਹੈ ਨਾ, ਵੀ ਕੋਈ ਕਿਤੋਂ ਆਇਆ, ਕੋਈ ਲੁਧਿਆਣਿਓਂ ਆ ਗਿਆ, ਕੋਈ ਮਾਨਸਿਓਂ ਆ ਗਿਆ, ਕੋਈ ਮੋਗਿਓਂ ਆ ਗਿਆ, ਕੋਈ ਬਰਨਾਲਿਓਂ ਆ ਗਿਆ, ਵੀ ਤੁਸੀਂ ਇੱਥੋਂ ਦੇ ਨਹੀਂ, ਵੀ ਜਿਹੜੇ ਇੱਥੋਂ ਦੇ ਜੱਦੀ ਪੁਸ਼ਤੀ ਜਿਹਨਾਂ ਦੀ ਜਗ੍ਹਾ ਵੀ ਉਹਨਾਂ ਨੂੰ ਮਿਲਣੀ, ਉਹ ਕਿਸੇ ਚੱਲਦਾ ਚਲੋ ਅਜੇ ਉਹਦਾ ਨਿਪਟਾਰਾ ਹੋਇਆ ਨੀਗਾ, ਪਰ ਉਹ ਜ਼ਮੀਨ ਹੁਣ ਜਿਹੜੀ ਕਲਰ ਵਾਲੀ ਜ਼ਮੀਨ ਹੁੰਦੀ ਸੀਗੀ, ਉਹ ਜਿਹੜੀ ਪਿੰਡ ਦੀ ਨਿਆਈ ਵਾਲੀ ਜ਼ਮੀਨ, ਉਹਦੇ ਨਾਲ ਵੀ ਤਕੜੀ ਜ਼ਮੀਨ ਹੋ ਗਈ, ਇੰਨੀ ਮਿਹਨਤ ਕੀਤੀ ਤੇ ਕੋਈ ਟਿੱਬਾ ਨਹੀਂ ਰਿਹਾ, ਕੋਈ ਇੱਕ ਸੱਕਰ ਵਰਗਾ ਰੇਤਾ ਹੁੰਦਾ ਸੀ ਕਿ ਡੰਗਰਾਂ ਨੂੰ ਲੈ ਕੇ ਆਉਂਦੇ ਸੀ ਆਪਾਂ, ਤੇ ਸਾਰਾ ਕੁਛ ਜੀ ਚੇਂਜ ਹੋਇਆ ਪਿਆ ਹੁਣ ਤਾਂ। ਅੱਛਾ, ਕਿੱਕਰਾਂ ਦਾ ਦੇਖੋ, ਕਿੱਕਰਾਂ ਦੇ ਮੈਨੂੰ ਲੱਗਦਾ ਉਹ ਸੱਕ ਵੀ ਜਿਹੇ ਹੁੰਦੇ ਸੀਗੇ, ਤੇ ਕਈ ਕੁਛ ਕਿੰਨਾ ਉਹ ਯੂਸਫੁਲ ਹੁੰਦਾ ਸੀ, ਫਿਰ ਉਹ ਸੂਲਾਂ ਜਿਹੜੀਆਂ ਉਹਦੇ ਤੇ ਲੱਗਣੀਆਂ, ਤੇ ਮੈਨੂੰ ਆਹੀ ਮੈਂ ਕਹਿਣ ਲੱਗੀ ਸੀ, ਮੈਂ ਕਿਹਾ ਵੀ ਹਾਂਜੀ ਕਈ ਵਾਰੀ ਇਹ ਵੀ ਹੁੰਦਾ ਸੀਗਾ ਪੱਕਦਾ ਨਹੀਂ ਸੀ, ਸੂਲ ਨਾਲ ਕੰਨ ਬੰਨ ਦਿੰਦੇ ਸੀ, ਹੋਰ ਕਿਸੇ ਵੀ ਸੂਲ ਨਾਲ ਕੰਨ ਜੇ ਬੰਨ ਲਓ ਤਾਂ ਕੰਨ ਪੱਕ ਜਾਂਦਾ, ਪਰ ਕਿੱਕਰ ਕਿਉਂਕਿ ਉਹਦੀ ਆਪਾਂ ਦਾਤਣ ਕਰਦੇ ਹੁੰਦੇ ਸੀ, ਕਿੱਕਰ ਕਿੱਕਰ ਚੰਗੀ ਹੋਈ ਨਹੀਂ ਹੁੰਦੀ ਸੀ, ਉਹਦੇ ਨਾਲ ਜਦੋਂ ਕੰਨ ਬੰਨਣਾ ਜਾਂ ਕਿਸੇ ਦਾ ਨੱਕ ਬੰਨਣਾ, ਪਿੰਡ ਦੇ ਵਿੱਚ ਵੀ ਕੋਈ ਇੱਕ ਅੱਧੀ ਹੁੰਦੀ ਸੀ ਨੱਕ ਬੰਨਣ ਵਾਲੀ, ਉਹ ਐਕਸਪਰਟ ਹੁੰਦੇ ਸੀ, ਉਹਨਾਂ ਪਹਿਲਾਂ ਟੋ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇੱਥੇ ਕੋਈ ਬਰੀਕ ਨਾੜ ਹੈ ਨਹੀਂ, ਤੇ ਫਿਰ ਉੱਥੇ ਕੀ ਉਹਨਾਂ ਦੇ ਐਨ ਬਸ ਨਿਸ਼ਾਨੀ ਲਾ ਕੇ ਤੇ ਉਹਨੇ ਪਤਾ ਲੱਗਣਾ, ਦੋਨੇ ਬਣਾਏ ਸੀ ਪੁਰਾਣੇ ਟਾਈਮਾਂ 'ਚ, ਫਿਰ ਮੈਂ ਛੱਡਦੇ ਨਿੱਕੇ ਹੁੰਦੇ ਨੇ, ਫਿਰ ਜਦੋਂ ਥੋੜ੍ਹਾ ਜਿਹਾ
ਇਦਾਂ ਹੀ ਹੁੰਦਾ ਸੀ ਜੀ ਅੱਗੇ ਭੋਲੇ ਲੋਕ ਭੋਲੀਆਂ ਗੱਲਾਂ ਇਹੋ ਜਿਹੀ ਗੱਲਾਂ ਬਾਤਾਂ ਹੋਇਆ ਕਰਦੀਆਂ ਸੀਗੀਆਂ ਤੇ ਬਹੁਤ ਸਾਰੇ ਅਜਿਹੇ ਦਰਖਤ ਤੁਸੀਂ ਸਹੀ ਗੱਲ ਕਹੀ ਜਿਹੜੇ ਅਲੋਪ ਹੌਲੀ ਹੌਲੀ ਹੋ ਗਏ ਹਨਾ ਤੇ ਹੁਣ ਉੱਥੇ ਕਿੱਕਰਾਂ ਤਾਂ ਮੈਨੂੰ ਲੱਗਦਾ ਬਹੁਤੀਆਂ ਦੇਖਣ ਨੂੰ ਨਹੀਂ ਮਿਲਦੀਆਂ ਹੋਣੀਆਂ ਜਿਹੜੀਆਂ ਅਸਲੀ ਪਿਓਰ ਦੇਸੀ ਕਿੱਕਰ ਜਿਹਨੂੰ ਕਹਿੰਦੇ ਉਹ ਹਨ ਤੇ ਦੇਸੀ ਬੇਰੀਆਂ ਵੀ ਤਾਂ ਹੁੰਦੀਆਂ ਸੀ ਜਿਨ੍ਹਾਂ ਦੇ ਬੇਰ ਥੋੜੇ ਛੋਟੇ ਸਾਈਜ਼ ਦੇ ਹੁੰਦੇ ਸੀ ਖੱਟੇ ਜਿਹੇ ਮਿੱਠੇ ਖੱਟੇ ਮਿੱਠੇ ਜਿਹੇ ਹੁੰਦੇ ਸੀ ਹਨਾ ਹੁਣ ਜ਼ਿਆਦਾ ਕਰਕੇ ਜਿਹੜੇ ਹਾਈਬ੍ਰਿਡ ਜਿਨ੍ਹਾਂ ਨੂੰ ਪੇਂਦੂ ਬੇਰ ਆਪਾਂ ਕਹਿ ਦਿੰਦੇ ਆ ਮੈਨੂੰ ਲੱਗਦਾ ਕਿ ਉਹੀ ਸਾਰੇ ਉਹੀ ਚੱਲ ਪਏ ਆ ਦੇਖੋ ਜੀ ਜਿਹੜੇ ਪੇਂਦੂ ਬੇਰ ਆ ਉਹਨਾਂ ਦਾ ਵੀ ਉਹ ਟੇਸਟ ਹੈ ਨਹੀਂ ਹੁਣ ਅਸਲੀ ਉਹ ਦੇਸੀ ਚੀਜ਼ਾਂ ਤਾਂ ਹੈ ਨਹੀਂ ਉਹ ਕਣਕ ਹੈ ਨਹੀਂ ਗੀ ਉਹ ਦੇਸੀ ਕਣਕ ਜਿਹੜੀ ਹੁੰਦੀ ਸੀ ਉਹ ਦੇਸੀ ਕਣਕ ਹੈ ਨਹੀਂ ਗੀ ਬੇਰੀਆਂ ਉਹ ਹੈ ਨਹੀਂ ਗੀਆਂ ਹੁਣ ਤਾਂ ਜਿਵੇਂ ਹਾਈਬ੍ਰਿਡ ਚੀਜ਼ਾਂ ਆ ਗਈਆਂ ਸਾਰੀਆਂ ਟੇਸਟ ਹੀ ਚੇਂਜ ਹੋ ਗਏ ਦੇਖਣ ਨੂੰ ਸੋਹਣੇ ਲੱਗਦੇ ਆ ਸਵਾਦ ਫਿੱਕੇ ਆ ਸਾਡੇ ਨਾ ਡੇਰਾ ਬਣਿਆ ਹੋਇਆ ਇੱਕ ਸਿਰਸਾ ਡੇਰਾ ਨਾ ਉਹ ਸਾਡੇ ਪਿੰਡ ਦੀ ਜ਼ਮੀਨ 'ਚ ਹੀ ਆ ਕਾਫੀ ਵੱਡੀ ਜਗ੍ਹਾ ਬਣੀ ਹੈ ਉੱਥੇ ਇੱਕ ਬੇਰੀ ਆ ਮੈਨੂੰ ਲੱਗਦਾ ਵੀ ਹੋਊਗੀ ਬੇਰੀ ਜੇ ਉਹ 100-150 ਸਾਲ ਪੁਰਾਣੀ ਬੇਰੀ ਹੋਊਗੀ ਉਹ ਥੱਲੇ ਥੰਮੀਆਂ ਲਾ ਕੇ ਖੜਾਈ ਹੋਈ ਆ ਅਸੀਂ ਉਹ ਥੰਮੀਆਂ ਦੇ ਉੱਤੇ ਚੜ੍ਹ ਕੇ ਬੇਰ ਤੋੜਦੇ ਹੁੰਦੇ ਸੀ ਉਹਦੇ ਫਿਰ ਸਾਡੇ ਮਗਰ ਬਾਬੇ ਉੱਥੇ ਡਾਂਗ ਲੈ ਕੇ ਪੈਂਦੇ ਬੜਾ ਕੁੱਟਦੇ ਹੁੰਦੇ ਸੀ ਉਹ ਨਾ ਤੇ ਉਹ ਐਡੇ ਮਿੱਠੇ ਬੇਰ ਹੁੰਦੇ ਸੀ ਨਾ ਉਹਦੇ ਹੁਣ ਆਪਾਂ ਕਈ ਵਾਰ ਲਈਦੇ ਉਹ ਦੰਦੀ ਵੱਡੀ ਦੇ ਲੱਗਦੇ ਯਾਰ ਆਹ ਕੀ ਝੱਗ ਜੀ ਹੁਣ ਝੱਗ ਜੀ ਆ ਉਹ ਚੀਜ਼ਾਂ ਹੈ ਹੀ ਨਹੀਂ ਅੱਗੇ ਹਰ ਹਰ ਬੀਜਦੇ ਹੁੰਦੇ ਸੀਗੇ ਇੱਕ ਝਿੰਜਣ ਝਿੰਜਣ ਦੇ ਹੁੰਦੇ ਹੈ ਨਾ ਝਿੰਜਣ ਬੀਜਦੇ ਹੁੰਦੇ ਸੀ ਬੜੀਆਂ ਚੀਜ਼ਾਂ ਦਿੰਦੇ ਜਿਹੜੀਆਂ ਲੋਪ ਹੀ ਹੋ ਗਈਆਂ ਲੋਪ ਹੀ ਹੋ ਗਈਆਂ ਬਹੁਤ ਕੁਛ ਰਲਾਵਾਂ ਜਿਹਾ ਬੀਜ ਲੈਂਦੇ ਸੀਗੇ ਵੱਢ ਕੇ ਡੰਗਰਾਂ ਨੂੰ ਪਾਉਂਦੇ ਹਲੋਂ ਹੁਲੋਂ ਜੀ ਵੱਢ ਕੇ ਹੁਣ ਤਾਂ ਹੈ ਹੀ ਨਹੀਂ ਕੁਛ ਹੁਣ ਉਹ ਚੀਜ਼ ਹੈ ਹੁਣ ਸਾਰਾ ਕੁਛ ਨਾ ਹਾਈਬ੍ਰਿਡ ਦੀਆਂ ਚੀਜ਼ਾਂ ਹਾਈਬ੍ਰਿਡ ਜੀਆਂ ਹੋ ਗਈਆਂ ਫੋਕਲੀਆਂ ਜੀਆਂ ਚੀਜ਼ਾਂ ਹੋ ਗਈਆਂ ਨਾ ਤੇ ਵੈਸੇ ਇਦਾਂ ਹੀ ਤਾਂ ਇੱਕ ਵਾਰੀ ਮੈਂ ਇਦਾਂ ਕਿਸੇ ਨਾਲ ਡਿਸਕਸ਼ਨ ਕਰਦੀ ਸੀਗੀ ਜਿਹੜੇ ਆਪਣੇ ਰਸੋਈ ਦੇ ਵਿੱਚ ਚੁੱਲ੍ਹੇ ਚੌਂਕਿਆਂ ਦੇ ਵਿੱਚ ਭਾਂਡੇ ਹੁੰਦੇ ਸੀਗੇ ਹਨਾ ਤੇ ਜਾਂ ਫਿਰ ਆਪਾਂ ਘਰਾਂ ਦੇ ਵਿੱਚ ਹਾਰੇ ਬਣਾਏ ਹੁੰਦੇ ਸੀ ਪੜੋਲੀਆਂ ਹੁੰਦੀਆਂ ਸੀ ਹਨਾ ਫਿਰ ਘਰਾਂ ਦੇ ਵਿੱਚ ਚਲੋ ਚੁੱਲ੍ਹੇ ਤਾਂ ਆਮ ਹੁੰਦੇ ਸੀ ਚੱਕਵੇਂ ਚੁੱਲ੍ਹੇ ਹੁੰਦੇ ਸੀਗੇ ਫਿਰ ਸੇਕਣ ਨੂੰ ਅੰਗੀਠੀਆਂ ਹੁੰਦੀਆਂ ਸੀ ਤੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਬਹੁਤ ਵਧੀਆ ਡਿਸਕਸ਼ਨ ਰਹੀ ਤੇ ਕਿਉਂਕਿ ਲੋਕਾਂ ਨੇ ਦੱਸਿਆ ਬਹੁਤ ਕੁਛ ਕਹਿੰਦੇ ਵੀ ਭਾਈ ਆਹ ਆਹ ਚੀਜ਼ਾਂ ਤੁਸੀਂ ਫਿਰ ਵੀ ਭੁੱਲ ਗਏ ਹੋ ਹਨਾ ਜਿਵੇਂ ਹੁਣ ਕੌਲ ਹੁੰਦੇ ਸੀ ਜਾਂ ਫਿਰ ਛੰਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਸੀਗੇ ਤੇ ਜਾਂ ਫਿਰ ਜਿਹੜੇ ਆਪਾਂ ਹੁਣ ਪਤੀਲੇ ਵੀ ਕਈ ਤਰ੍ਹਾਂ ਦੇ ਹੁੰਦੇ ਸੀ ਫਿਰ ਮੱਟ ਹੁੰਦੇ ਸੀਗੇ ਜਿਨ੍ਹਾਂ ਦੇ ਵਿੱਚ ਚੀਜ਼ਾਂ ਵਗੈਰਾ ਫਿਰ ਰੱਖਦੇ ਹੁੰਦੇ ਸੀ ਅੱਛਾ ਬਾਹਰ ਸਾਲ ਕਰਦੀ ਜ਼ਿਆਦਾ ਆ ਗਿਆ ਉਹਦੇ ਕੋ ਮੱਟ ਮੈਂ ਕਿ ਜਿਰੋਂ ਕੁੰਮ ਕੁੰਮ ਕੇ ਕਿਤੇ ਨਾ ਕਿਤੇ ਹਾਂਜੀ ਭਾਈ ਆ ਵੀ ਤੁਹਾਡੇ ਨਾਲ ਮਾੜਾ ਜਿਹਾ ਜ਼ਿਕਰ ਕਰ ਦਈਏ ਵੈਸੇ ਸਾਨੂੰ ਇੱਕ ਗੱਲ ਯਾਦ ਆ ਗਈ ਗੱਲ ਤਾਂ ਚਲੋ ਨਹੀਂ ਸਾਂਝੀ ਕਰਦੇ ਪਰ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਆ ਕਿਸੇ ਬਾਰੇ ਕਿੰਤੂ ਪਰੰਤੂ ਕਰਦੇ ਆ ਜਾਂ ਵੈਸੇ ਬਿਨਾਂ ਸੋਚੇ ਆਪਾਂ ਕਈ ਵਾਰੀ ਬੋਲ ਦਿੰਦੇ ਹਾਂ ਤੇ ਗੱਲ ਨੂੰ ਜੇ ਅਸੀਂ ਨਾ ਬਹੁਤਾ ਅਲਝਾਈਏ ਨਾ ਆਸੇ ਪਾਸੇ ਫੈਲਾਈਏ ਤਾਂ ਉਹ ਵਧੀਆ ਹੁੰਦੀ ਕਈ ਵਾਰੀ ਨਾ ਰਫਤਾਰ ਜੀ ਆਪਾਂ ਸਾਰੇ ਚਲੋ ਇਨਸਾਨ ਆਪਣੇ ਮੂੰਹ ਚੋਂ ਕਦੇ ਨਾ ਕਦੇ ਕੋਈ ਨਾ ਕੋਈ ਗੱਲ ਅਜਿਹੀ ਨਿਕਲ ਹੀ ਜਾਂਦੀ ਆ ਹਨਾ ਹੁਣ ਜੇ ਕੋਈ ਗੱਲ ਕਰ ਹੀ ਦਿੱਤੀ ਸਮਝ ਲਓ ਮੈਂ ਤੁਹਾਡੇ ਨਾਲ ਕੋਈ ਗੱਲ ਕਰਤੀ ਤੇ ਤੁਹਾਨੂੰ ਲੱਗਿਆ ਵੀ ਨਹੀਂ ਇਹ ਬਹੁਤੀ ਵਧੀਆ ਗੱਲ ਹੈ ਨਹੀਂ ਤੇ ਤੁਸੀਂ ਉਹਨੂੰ ਉੱਥੇ ਹੀ ਠੱਪ ਦੋ ਤੇ ਫਿਰ ਉਹ ਗੱਲ ਟਰੈਵਲ ਹੀ ਨਹੀਂ ਕਰੂ ਕੋਈ ਨਹੀਂ ਕਿਤੇ ਹਨਾ ਤੇ ਕਿਉਂਕਿ ਗੱਲ ਜੇ ਵਧੀਆ ਹੁੰਦੀ ਤਾਂ ਫਿਰ ਤੁਸੀਂ ਆਪੇ ਚਾਹ ਨੂੰ ਹੋਰ ਦੱਸਣੀ ਸੀ ਖੁਸ਼ ਹੋ ਕੇ ਵੀ ਭਾਈ ਆਹ ਗੱਲ ਮੈਨੂੰ ਪਤਾ ਲੱਗੀ ਵੀ ਬਹੁਤ ਚੰਗੀ ਗੱਲ ਆ ਸ਼ਾਇਦ ਤੁਹਾਡੇ ਕੰਮ ਆ ਜੇ ਹੁਣ ਜਿਹੜੀ ਕੰਮ ਆਉਣੀ ਨਹੀਂ ਤੇ ਜੇ ਹੁਣ ਤੁਸੀਂ ਜਾ ਕੇ ਹੋਰ ਦੱਸਣ ਉਹ ਜੀ ਫਲਾਨੇ ਨੇ ਆਹ ਗੱਲ ਕੀਤੀ ਸੀ ਉਹਨਾਂ ਦਸਾਂ ਨੇ ਹੋਰ ਦਸਾਂ ਨੂੰ ਇਹ ਫਿਰ ਨੈਗੇਟਿਵ ਜਿਹੜੀ ਗੱਲ ਆ ਜਿਹੜੀ ਨਹੀਂ ਕਿਸੇ ਦੇ ਕੰਮ ਆਉਣੀ ਉਹ ਫੈਲਦੀ 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 ਕਈ ਵਾਰੀ ਬਹੁਤ ਵੱਡਾ ਵਿਵਾਦ ਬਣ ਜਾਂਦੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੇ ਗਾਇਕ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਜੇ ਤਾਂ ਉੱਥੇ ਠੱਪ ਹੋ ਜਾਂਦੀ ਹੋ ਜਾਂਦੀ ਪਰ ਉਹ ਗੱਲ ਇੰਨੀ ਕੁ ਖਿਲਰੀ ਤੇ ਇੰਨੇ ਸਾਲ ਉਸ ਗੱਲ ਨੂੰ ਹੋ ਗਏ ਹਲੇ ਤੱਕ ਉਹ ਤਾਬ ਨਹੀਂ ਆਈ ਹਲੇ ਤੱਕ ਉਹ ਗੱਲ ਦਾ ਖਿਹੜਾ ਛੱਡਿਆ ਨਹੀਂ ਕਿਸੇ ਨੇ ਅਸੀਂ ਨਹੀਂ ਸ਼ੋਅ ਕਰਨ ਦਿੰਦੇ ਉਹਨੂੰ ਹਨਾ ਇਹ ਸੋ ਇਹ ਠੱਪੀ ਦੇਣੀ ਚਾਹੀਦੀ ਹੈ ਬਿਲਕੁਲ ਚੰਗੀਆਂ ਚੀਜ਼ਾਂ ਫਲਾ ਦੇਖੋ ਜੀ ਗੱਲ ਇਹ ਆ ਵੀ ਕੋਈ ਵੀ ਜਿਵੇਂ ਲਾ ਲਓ ਹੁਣ ਆਪਾਂ ਕਿਸੇ ਦੀ ਵੀ ਗੱਲ ਕਰਦੇ ਆ ਵੀ ਤੁਹਾਨੂੰ ਕੋਈ ਗੱਲ ਲੱਗਦਾ ਵਾ ਵੀ ਇਹ ਆਏ ਨਹੀਂ ਇਹ ਆਏ ਹੋਣੀ ਚਾਹੀਦੀ ਆ ਆਪਾਂ ਪੁੱਛ ਸਕਦੇ ਹਾਂ ਹਾਂਜੀ ਮੀਡੀਆ 'ਚ ਬੈਠ ਕੇ ਤੁਸੀਂ ਸੋਸ਼ਲ ਮੀਡੀਆ 'ਤੇ ਪੁੱਛ ਸਕਦੇ ਵੀ ਭਾਈ ਮੈਨੂੰ ਆਹ ਗੱਲ ਲੱਗਦੀ ਆ ਵੀ ਆਏ ਆ ਬਈ ਇਹ ਚਮਤਕਾਰ ਹੁੰਦੇ ਆ ਜਾਂ ਨਹੀਂ ਹੁੰਦੇ ਵੀ ਤੁਸੀਂ ਦੱਸੋ ਵੀ ਬਈ ਮੈਨੂੰ ਇਹਦੇ ਬਾਰੇ ਵੀ ਮੈਂ ਸੋਚਦਾ ਵਾਂ ਵੀ ਹੁੰਦੇ ਨੇ ਕਿ ਨਹੀਂ ਹੁੰਦੇ ਵੀ ਜੇ ਤੁਸੀਂ ਦੱਸ ਸਕਦੇ ਤਾਂ ਇਹਦੇ ਬਾਰੇ ਜ਼ਰੂਰ ਦੱਸਿਓ ਦੇਖੋ ਜੀ ਉਹ ਹੋ ਗਿਆ ਕਿਸੇ ਨੂੰ ਆਪਾਂ ਕੁਐਸਚਨ ਪੁੱਛਿਆ ਜੇ ਕਹਿੰਦੇ ਵੀ ਨਹੀਂ ਜੀ ਚਮਤਕਾਰ ਹੁੰਦੇ ਹੀ ਨਹੀਂ ਇਹ ਗੱਲ ਪੱਕੀ ਆ ਜੇ ਚਮਤਕਾਰ ਹੁੰਦੇ ਫਿਰ ਆਏ ਨਾ ਹੋ ਜਾਂਦਾ ਫਿਰ ਇਹ ਨਾ ਹੋ ਜਾਂਦਾ ਫਿਰ ਜੋ ਨਾ ਹੋ ਜਾਂਦਾ ਆਪਦੇ ਕੋਲੋਂ ਪੱਕੀ ਪਕਾਉਣ ਵਾਲੋਂ ਗੱਲ ਆਪਾਂ ਪੁੱਛ ਲਈਏ ਉਹਦੇ 'ਚ ਇਹ ਦੇਖਦੇ ਵੀ ਜੇ ਤਾਂ ਆਪਾਂ ਇੱਕ ਮਿੰਟ ਆ ਗਏ ਵੀ ਭਾਈ 100 ਮਿੰਟ ਆ ਗਏ ਵੀ ਹਾਂ ਭਾਈ ਚਮਤਕਾਰ ਹੁੰਦੇ ਆ 5 ਮਿੰਟ ਆ ਵੀ ਨਹੀਂ ਹੁੰਦੇ ਫਿਰ ਤੁਸੀਂ ਭਾਈ 100 ਦੀ ਮੰਨ ਲਓ ਜੇ ਕਹਿੰਦੇ ਨੇ ਵੀ ਹੁੰਦੇ ਆ ਤਾਂ ਵੀ ਮੰਨ ਲਓ ਜੇ ਕਹਿੰਦੇ ਨਹੀਂ ਹੁੰਦੇ ਤਾਂ ਵੀ ਮੰਨ ਲਓ ਜਿਹਦੇ ਪਾਸੇ ਜ਼ਿਆਦਾ ਲੋਕ ਆ ਉਹ ਗੱਲ ਮੰਨ ਲੈਣੀ ਚਾਹੀਦੀ ਪਰ ਇਹ ਕਿਉਂਕਿ ਵੀ ਆਪਦੀ ਗੱਲ ਜਿਹੜੀ ਕਰਤੀ ਵੀ ਆਹ ਗੱਲ ਮੈਂ ਜਿਹੜੀ ਕਰੀ ਉਹ ਸਹੀ ਕਰੀ ਹੁਣ ਕਈ ਕੀ ਕਰਦੇ ਆ ਕਹਿੰਦੇ ਵੀ ਹਾਂ ਉਹਨੇ ਜਿਹੜੀ ਗੱਲ ਕਰੀ ਮੱਟ ਨੇ ਵੀ ਭਾਈ ਇਹ ਗੱਲ ਉਹਨੇ 1,00,000 ਰੁਪਏ ਸਹੀ ਕਰੀ ਸੀ ਵੀ ਮੱਟ ਨੂੰ ਤਾਂ ਤੁਸੀਂ ਮਾਫੀ ਮੰਗਾ ਲਈ ਮੇਰੇ ਤੋਂ ਮਾਫੀ ਮੰਗਾ ਕੇ ਦਿਖਾਓ ਆਏ ਵੀ ਕਿਹਾ ਗਈਆਂ ਨੇ ਅੱਛਾ ਜੀ ਹਾਂਜੀ ਜਿਹੜੀ ਮਕਾਉਣੀ ਨਹੀਂ ਗੱਲ ਨਾ ਕਹਿੰਦੇ ਵੀ ਉਹ ਤਾਂ ਤੁਸੀਂ ਮਾਫੀ ਮੰਗਾ ਲਈ ਜੇ ਤੁਹਾਡੇ 'ਚ ਹਿੰਮਤ ਆ
ਪੁੱਛ ਸਕਦੇ ਆ ਕਿਸੇ ਕਿਉਂਕਿ ਗੱਲਬਾਤ ਨਾ ਜਦੋਂ ਆਪਸ ਦੇ ਵਿੱਚ ਵਿਚਾਰ ਹੁੰਦੇ ਆ ਉਹ ਸੋਹਣੀ ਗੱਲ ਲੱਗਦੀ ਆ ਵਿਚਾਰ ਤੋਂ ਬਾਅਦ ਜਦੋਂ ਵਿਵਾਦ ਬਣ ਜਾਂਦੇ ਆ ਜਿਵੇਂ ਹੁਣ ਆਪਾਂ ਘਰਾਂ ਦੇ ਵਿੱਚ ਵੀ ਤਾਂ ਆਮ ਬੈਠੇ ਗੱਲਾਂ ਬਾਤਾਂ ਕਰਦੇ ਆ ਜ਼ਰੂਰੀ ਨਹੀਂ ਵੀ ਕਿਸੇ ਆਪਸ ਦੇ ਵਿੱਚ ਆਪਣੀ ਕੋਈ ਸਹਿਮਤੀ ਹੋਵੇ ਹੈ ਨਾ ਅਤੇ ਜਿਹੜੀ ਗੱਲ 'ਤੇ ਆਪਣੀ ਨਹੀਂ ਸਹਿਮਤੀ ਆਪਾਂ ਕਹਿੰਦੇ ਚਲੋ ਭਾਈ ਆਪਾਂ ਐਂ ਕਰਦੇ ਵਿਚਾਲੇ ਜੇ ਕਿਤੇ ਸਹਿਮਤ ਹੋ ਜਾਂਦੇ ਹਾਂ ਅਤੇ ਜੇ ਵਿਚਾਲਾ ਵਿਚਾਲੜਾ ਰਾਹ ਵੀ ਕੋਈ ਨਹੀਂ ਨਿਕਲਦਾ ਵੀ ਛੱਡੋ ਗੱਲ ਇਹਨੂੰ ਗੱਲ ਨੂੰ ਛੱਡ ਹੀ ਦਿਉ ਆਪਾਂ ਕੋਈ ਹੋਰ ਹੀ ਨਵੀਂ ਬਾਹਰ ਹੱਲ ਕਰ ਦਿਉ ਨਵੀਂ ਸ਼ੁਰੂ ਕਰ ਲੈਂਦੇ ਹਾਂ ਨਾ ਅਤੇ ਪਰ ਜੇ ਹੁਣ ਉੱਥੇ ਜੀ ਨਹੀਂ ਮੈਂ ਨਹੀਂ ਆਪਣੀ ਗੱਲ ਤੋਂ ਟਲਣਾ ਅਤੇ ਦੂਜਾ ਕਹੇ ਮੈਂ ਵੀ ਨਹੀਂ ਟਲਣਾ ਅਤੇ ਫਿਰ ਬਹਿਸ ਹੌਲੀ ਹੌਲੀ ਤਲਖੀ ਅਤੇ ਕਈ ਵਾਰੀ ਫਿਰ ਹਿੰਸਾ 'ਤੇ ਵੀ ਗੱਲ ਉੱਤਰ ਆਉਂਦੀ ਆ ਸਿਆਣਾ ਫੇਸੇ 'ਚ ਹੀ ਆ ਮੌਕੇ ਦੀ ਨਜ਼ਾਕਤ ਸਾਰਿਆਂ ਨੂੰ ਸਮਝਣੀ ਚਾਹੀਦੀ ਆ ਅਤੇ ਮੈਨੂੰ ਲੱਗਦਾ ਵੀ ਆਪਣੇ ਆਪਦੇ ਆਪ ਨੂੰ ਨਾ ਬਹੁਤ ਸੱਭਿਅਕ ਕਹਾਉਣ ਦਾ ਤਾਂ ਹੀ ਫਾਇਦਾ ਆ ਤਾਂ ਹੀ ਸਾਡੇ ਕੋਲ ਇਹ ਹੱਕ ਬਣਦਾ ਵੀ ਜੇ ਅਸੀਂ ਸੋਹਣੇ ਤਰੀਕੇ ਦੇ ਨਾਲ ਸਮਝ ਦੇ ਨਾਲ ਗੱਲਾਂ ਨਜਿੱਠੀਏ ਅਤੇ ਐਵੇਂ ਜੀ ਇੱਧਰੋਂ ਉੱਧਰੋਂ ਤਾਂਹਦੇ ਮਿਹਣੇ ਕਿਸੇ ਦੇ ਕੋਈ ਕਿਸੇ ਤਰੀਕੇ ਪੋਕ ਕਰਦਾ ਕਿਵੇਂ ਕਿਸੇ ਨੂੰ ਕਿਸੇ ਤਰੀਕੇ ਪੋਕ ਕਰਦਾ ਇਹ ਬਾਹਲੀ ਮਜੋਰਟੀ ਵਾਲੀ ਗੱਲ ਹੈ ਨਹੀਂ ਦੇਖੋ ਜੀ ਮੈਂ ਜਦੋਂ ਇੰਡੀਆ ਗਿਆ ਨਾ ਮੇਰੀ ਥੋੜ੍ਹਾ ਜਿਹਾ ਵਿਵਾਦ ਮੇਰੇ ਚਾਚੇ ਤਾਇਆਂ ਦੇ ਨਾਲ ਹੋ ਗਿਆ ਹੈ ਨਾ ਅੱਛਾ ਚਲੋ ਹਰੇਕ ਦੇ ਹੀ ਹੁੰਦੇ ਨੇ ਘਰਾਂ ਦੇ ਵਿੱਚ ਮੈਂ ਕਿਉਂਕਿ ਮੇਰਾ ਪਰਿਵਾਰ ਬੈਠਾ ਮੈਂ ਖੁੱਲ੍ਹ ਕੇ ਹੀ ਗੱਲ ਕਰ ਲੈਂਦਾ ਹੁੰਦਾ ਸੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਚਾਚਾ ਵੀ ਇਹ ਗੱਲ ਜਿਹੜੀ ਵੀ ਆਪਣੀ ਆਹ ਆਹ ਜਗ੍ਹਾ ਵਾ ਵੀ ਇਹ ਆਪਣੀ ਐਂ ਕਰਕੇ ਸਾਂਝੀ ਹੈ ਉਹ ਕਹਿੰਦਾ ਤੂੰ ਕੌਣ ਉਹਨਾਂ ਕਹਿਣ ਨਾਲ ਨਹੀਂ ਸਾਂਝੀ ਹੈਗੀ ਮੈਂ ਕਿਹਾ ਚਾਚਾ ਵੀ ਮੈਂ ਕਾਗਜ਼ ਦੇਖਿਆ ਵੀ ਕਾਗਜ਼ 'ਤੇ ਸਾਰਿਆਂ ਦਾ ਨਾਂ ਬੋਲਦਾ ਵੀ ਆਪਣੀ ਸਾਂਝੀ ਜਗ੍ਹਾ ਵਾ ਇਹ ਛੜਾਲਾ ਕਹਿੰਦਾ ਕਿਵੇਂ ਛੜਾਉਣਾ ਫਿਰ ਅੱਛਾ ਮੈਂ ਕਿਹਾ ਵੀ ਚਾਚਾ ਇਹ ਆਪਾਂ ਬੈਠ ਕੇ ਹੱਲ ਕੱਢ ਸਕਦੇ ਹਾਂ ਕੋਈ ਬਹੁਤ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਵੀ ਉਹ ਕੋਈ ਆਪਾਂ 100 ਕਿੱਲੇ ਦੀ ਆਪਣੀ ਲੜਾਈ ਉਹ ਮਾੜੀ ਮੋਟੀ ਥੋੜ੍ਹੀ ਜਿਹੀ ਜਗ੍ਹਾ ਦੀ ਹੈਗਾ ਵਾ ਵੀ ਉਹਨੂੰ ਆਪਾਂ ਕਿਸੇ ਤਰ੍ਹਾਂ ਨਾਲ ਨਿਬੇੜ ਲਈਏ ਕਹਿੰਦਾ ਅੱਜ ਤੱਕ ਤਾਂ ਅਸੀਂ ਸਾਨੂੰ ਲੰਘ ਗਏ 60 ਸਾਲ ਅਸੀਂ ਤਾਂ ਨਿਬੜਿਆ ਨਹੀਂ ਕਹਿੰਦਾ ਹੁਣ ਕਿਵੇਂ ਨਿਬੜ ਲਾਂਗੇ ਮੈਂ ਚਾਚਾ ਨੂੰ ਤੂੰ ਲੜਨ ਵਾਲੀ ਗੱਲ ਕਰਦਾ ਆਪਣੇ ਕੋਲ ਕਾਗਜ਼ ਆ ਤੁਸੀਂ ਕਾਗਜ਼ ਕਢਾ ਲਓ ਜੇ ਕਾਗਜ਼ ਹੈਗਾ ਤਾਂ ਠੀਕ ਹੈ ਉਹਨੂੰ ਨਿਬੜ ਲਓ ਜੇ ਨਹੀਂ ਕਾਗਜ਼ ਹੈਗਾ ਤਾਂ ਨਾ ਸਹੀ ਫਿਰ ਜਿਵੇਂ ਚੱਲਦਾ ਚੱਲੀ ਚੱਲਣ ਦਿਓ ਲਓ ਜੀ ਪੰਚਾਇਤ ਨੇ ਵੀ ਫਿਰ 2-4 ਮੋਤਬਾਰ ਬੰਦਿਆਂ ਨੂੰ ਲਿਆਂਦਾ ਉਹਨਾਂ ਨੇ ਵੀ ਕਿਹਾ ਵੀ ਭਾਈ ਜੇ ਤਾਂ ਕਾਗਜ਼ 'ਚ ਹੈਗੀ ਆ ਚੀਜ਼ ਫਿਰ ਤੁਹਾਨੂੰ ਉਵੇਂ ਕਰ ਲਓ ਜੇ ਕਾਗਜ਼ 'ਚ ਨਹੀਂ ਫਿਰ ਨਿਬੜੋ ਪਰੇ ਫਿਰ ਖਤਮ ਹੋ ਗਈ ਕਹਾਣੀ ਲਓ ਜੀ ਐਂਡ ਨੂੰ ਜਾਣੀ ਗੱਲ ਉਹ ਨਿਬੜਦੇ ਉਹ ਗੱਲ ਇਹੀ ਨਿਬੜਿਆ ਵੀ ਭਾਈ ਜਿਹੜੀ ਚੀਜ਼ ਕਾਗਜ਼ 'ਚ ਉਵੇਂ ਹੋਊਗੀ ਕਿਉਂਕਿ ਜਿਹੜੀ ਚੀਜ਼ ਲਿਖੀ ਪਈ ਆ ਮੈਂ ਕਿਹਾ ਵੀ ਵਿਵਾਦ ਆਪਾਂ ਲੜ ਲਈਏ ਤੁਸੀਂ ਮੈਨੂੰ ਬੁਰਾ ਬੋਲੋ ਮੈਂ ਤੁਹਾਨੂੰ ਬੁਰਾ ਬੋਲ ਲੈਣਾ ਉਹ 'ਚ ਕੋਈ ਫਾਇਦਾ ਨਹੀਂ ਪਰ ਜਿਹੜੀ ਚੀਜ਼ ਸਹੀ ਆ ਉਹ ਸਹੀ ਆ ਜਦੋਂ ਕੜਿਆ ਫਿਰ ਗੱਲ ਉੱਥੇ ਹੀ ਘੁਮਾ ਕੇ ਆ ਗਈ ਸਿਆਣੇ ਕਹਿੰਦੇ ਤੇ ਹੁੰਦੇ ਵੀ ਲੱਸੀ ਤੇ ਲੜਾਈ ਹਾਂ ਲੱਸੀ ਤੇ ਲੜਾਈ ਜਿੰਨੀ ਮਰਜ਼ੀ ਵਧਾਈ ਚਲੋ ਉਹ 'ਚ ਮਾੜਾ ਜਿਹਾ ਪਾਣੀ ਪਾਉਣਾ ਉਹ 'ਚ ਮਾੜਾ ਜਿਹਾ ਬਸ ਇੱਕ ਅੱਗ ਦਾ ਬਬੂਲਾ ਜਿਹਾ ਹੀ ਸਿੱਟਣਾ ਹੁੰਦਾ ਐਂ ਕਹਿੰਦੇ ਹੁੰਦੇ ਬਿਲਕੁਲ ਅੱਛਾ ਜੀ ਹੁਣ ਇਹ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ ਪੰਜਾਬ ਨੂੰ ਥੋੜ੍ਹਾ ਜਿਹਾ ਆਪਾਂ ਰੁੱਖ ਕਰਦੇ ਹਾਂ ਅਤੇ ਗੱਲਬਾਤ ਇਹ ਕਰ ਲੈਂਦੇ ਹਾਂ ਉੱਥੇ ਨਾ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਜਿਹੋ ਜਿਹੇ ਬਣੇ ਹੋਏ ਆ ਹੈ ਨਾ ਅਤੇ ਅੱਜ ਕਹਿੰਦੇ ਵੀ ਜਿਹੜੇ ਭਗਵੰਤ ਮਾਨ ਸਾਹਿਬ ਉਹਨਾਂ ਦੀ ਮਿਲਣ ਜਾਣਾ ਕੇਜਰੀਵਾਲ ਜੀ ਨੂੰ ਪਹਿਲੀ ਗੱਲ ਤਾਂ ਜੀ ਕੇਜਰੀਵਾਲ ਕਹਿੰਦੇ ਵੀ ਜਿਹੜੀ ਮੇਰੀ ਗ੍ਰਿਫਤਾਰੀ ਹੋਈ ਆ ਬੜੀ ਗੈਰ ਕਾਨੂੰਨੀ ਆ ਅਤੇ ਕਹਿੰਦੇ ਵੀ ਮੈਂ ਹਾਈ ਕੋਰਟ ਅਤੇ ਉਦੋਂ ਬਾਅਦ ਫਿਰ ਸੁਪਰੀਮ ਕੋਰਟ ਵੀ ਜਾਊਂਗਾ ਵੀ ਇਹ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਅਤੇ ਦੂਜੀ ਗੱਲ ਜਿੰਨੇ ਵੀ ਰਾਜਨੀਤੀ ਦੇ ਨਾਲ ਸੰਬੰਧਿਤ ਮਾਹਰ ਲੋਕ ਆ ਉਹ ਕਹਿੰਦੇ ਵੀ ਪਤਾ ਨਹੀਂ ਕਿਉਂ ਕਹਿੰਦੇ ਪੰਜਾਬ ਦੀ ਹਵਾ ਜਿਹੜੀ ਉਹ ਬਦਲੀ ਹੋਈ ਆ ਪਹਿਲਾਂ ਜਦੋਂ ਥੋੜ੍ਹਾ ਜਿਹਾ ਕੁਛ ਆਮ ਆਦਮੀ ਪਾਰਟੀ ਦੇ ਬਾਰੇ ਕੁਛ ਹੁੰਦਾ ਸੀਗਾ ਅਤੇ ਲੋਕ ਝੱਟ ਇਕੱਠੇ ਹੁੰਦੇ ਸੀ ਅਤੇ ਹੁਣ ਉਹਨਾਂ ਦਾ ਐਡਾ ਵੱਡਾ ਲੀਡਰ ਜਿਹੜਾ ਉਹ ਜੇਲ੍ਹ 'ਚ ਪਾਤਾ ਤੇ ਕਿਸੇ ਨੇ ਕੋਈ ਬਹੁਤੀ ਆਵਾਜ਼ ਚੱਕੀ ਨਹੀਂ ਨਾ ਹੀ ਕੋਈ ਕਿਤੇ ਇਕੱਠ ਹੋਇਆ ਤੇ ਮੁੱਖ ਮੰਤਰੀ ਨੇ ਵੀ ਕੋਈ ਬਹੁਤਾ ਨਹੀਂ ਇੱਦਾਂ ਕਿਹਾ ਵੀ ਭਾਈ ਵੀ ਤੁਸੀਂ ਹੁਣ ਕੁਛ ਕਰੋ ਜਾਂ ਇਕੱਠੇ ਹੋਵੋ ਤੇ ਸੰਜੇ ਸਿੰਘ ਇਹਨਾਂ ਦੀ ਪਾਰਟੀ ਦੇ ਹੈ ਨਾ ਆਮ ਆਦਮੀ ਪਾਰਟੀ ਦੇ ਉਹ ਨਿਕਲਿਆ ਏ ਉਹ ਹੁਣ ਮਿਲ ਕੇ ਆਏ ਆ ਭਗਵੰਤ ਮਾਨ ਸਾਹਿਬ ਨੂੰ ਸੋ ਆਪਸ ਦੇ ਵਿੱਚ ਗੱਲਾਂ ਬਾਤਾਂ ਇਹ ਜ਼ਰੂਰ ਕਰਦੇ ਆ ਹੁਣ ਜਿਸ ਤਰ੍ਹਾਂ ਕੇਜਰੀਵਾਲ ਦੇ ਨਾਲ ਮਿਲ ਕੇ ਹਾਲ ਚਾਲ ਵੀ ਪੁੱਛਣਗੇ ਪਰ ਨਾਲ ਰਾਜਨੀਤੀ ਡਿਸਕਸ ਕਰਨਗੇ ਵੀ ਭਾਈ ਪੰਜਾਬ ਦੇ ਵਿੱਚ ਹੁਣ ਆਪਾਂ ਕਿਹੜੇ ਹਿਸਾਬ ਨਾਲ ਆਪਣੀ ਆਪਣੀ ਸੱਤਾ ਜਿਹੜੀ ਕਾਇਮ ਰੱਖਣੀ ਹੈ ਦੇਖੋ ਜੀ ਆਪਾਂ ਕਿਸੇ ਨੂੰ ਗੱਲ ਹੈ ਨਹੀਂ ਆਪਾਂ ਮੈਂ ਕੋਈ ਕਿਸੇ ਪਾਰਟੀ 'ਚ ਨਹੀਂ ਨਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਆਪਾਂ ਜਮੇ ਹੈ ਨਹੀਂ ਕਿਉਂਕਿ ਕਦੇ ਵੋਟ ਹੀ ਨਹੀਂ ਪਾਈ 20 ਸਾਲ ਹੋ ਗਏ ਵੋਟ ਹੀ ਨਹੀਂ ਪਾਈ ਫਿਰ ਆਪਾਂ ਕਿਹੜੀ ਪਾਰਟੀ ਵਾਲੇ ਹੋ ਸਕਦੇ ਹਨ ਪਰ ਮੈਨੂੰ ਇੱਕ ਲੱਗਦਾ ਵਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਚਲੋ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਪਰ ਹੁਣ ਇਸ ਟਾਈਮ ਤਾਂ ਨਜਾਇਜ਼ ਧੱਕਾ ਵੀ ਕੋਈ ਵੀ ਨਹੀਂ ਆਗੂ ਛੱਡਿਆ ਕੋਈ ਇੱਕ ਗਲਤ ਹੋ ਸਕਦਾ ਦੋ ਗਲਤ ਹੋ ਸਕਦੇ ਇਹ ਕਿ ਵੀ ਜਿਹੜੇ ਸਾਰੇ ਮੇਨ ਆ ਉਹੀ ਸਾਰੇ ਗਲਤ ਹੋ ਗਏ ਹਾਂਜੀ ਇਹ ਧੱਕਾ ਲੱਗਦਾ ਮੈਨੂੰ ਥੋੜ੍ਹਾ ਜਿਹਾ ਵੀ ਇੱਦਾਂ ਨਹੀਂ ਹੋਣਾ ਚਾਹੀਦਾ ਫਿਰ ਤਾਂ ਐਂ ਤੱਕ ਤਾਂ ਮੁਕਾਬਲਾ ਹੀ ਨਹੀਂ ਹੋਣਾ ਜੇ ਆਪਣੇ ਸਾਹਮਣੇ ਵਾਲੇ ਨੂੰ ਇੱਕ ਦੋ ਟੀਮਾਂ ਲੜਦੀਆਂ ਨੇ ਇੱਕ ਟੀਮ ਨੂੰ ਕਹਿ ਦਈਏ ਵੀ ਇੱਕ ਟੀਮ 'ਤੇ ਕੋਈ ਨਾ ਕੋਈ ਕੇਸ ਪਾ ਕੇ ਉਹਨਾਂ ਦੀ ਗੱਡੀ ਦੇ ਵਿੱਚ ਡੋਡੇ ਰੱਖਣ ਦੇ ਚਲੋ ਜੀ ਇਹ ਨਹੀਂ ਕਬੱਡੀ ਖੇਡ ਸਕਦਾ ਚਲੋ ਬਟ ਕੱਢਣ ਬਾਅਦ ਦੂਜੇ ਤਾਂ ਜਿੱਤੀ ਗਿਆ ਫਿਰ ਤਾਂ ਕਰਕੇ ਹੁਣ ਆਪਾਂ ਚੰਡੀਗੜ੍ਹ 'ਚ ਦੇਖਿਆ ਸੀ ਕੀ ਹੋਇਆ ਸੀਗਾ ਐਂਡ ਨੂੰ ਫਿਰ ਭਾਈ ਐਂਡ ਨੂੰ ਇਹ ਨਤੀਜਾ ਨਿਕਲਿਆ ਵੀ ਨਹੀਂ ਭਾਈ ਤੁਸੀਂ ਇਹਦੇ ਧੱਕਾ ਕਰਿਆ ਇਹਨੂੰ ਕਰੋ ਸੈਟ ਫਿਕਸ ਕਰੋ ਇਹਨੂੰ ਐਂ ਤਾਂ ਫਿਰ ਕਹਿੰਦੇ ਵੀ ਛੋਟਾ ਜਿਹਾ ਸਮਾਨ ਰੱਖ ਕੇ ਜਿਵੇਂ ਮਰਜ਼ੀ ਕਿਸੇ ਨੂੰ ਫਸਾ ਦੇਵੇ ਪਰ ਲੱਗਦਾ ਥੋੜ੍ਹਾ ਜਿਹਾ ਧੱਕਾ ਬਿਲਕੁਲ ਜੀ ਮੈਂ ਆਮ ਆਦਮੀ ਪਾਰਟੀ ਵਾਲਾ ਹੈ ਨਹੀਂਗਾ ਮੈਂ ਕਿਸੇ ਪਾਰਟੀ ਵਾਲਾ ਨਹੀਂ ਪਰ ਜਿਹੜੀ ਚੀਜ਼ ਮੇਰਾ ਪਰਸਨਲ ਰਾਏ ਆ ਜਿਹੜੀ ਚੀਜ਼ ਗਲਤ ਲੱਗਦੀ ਆ ਉਹ ਗਲਤ ਹੀ ਆ ਚਾਹੇ ਹੁਣ ਉਹਨਾਂ ਮਗਰ ਲੋਕ ਹੈਗੇ ਆ ਚਾਹੇ ਨਹੀਂ ਪਰ ਉਹ
ਤੇ ਉਹਨਾਂ ਦੇ ਜਿਹੜੇ ਆਪੋਜੀਸ਼ਨ ਆ ਜਿਹਨੂੰ ਖੱਬੇ ਪੱਖੀ ਕਹਿ ਦਿੰਦੇ ਆ ਲੈਫਟ ਹੈਂਡ ਤੇ ਉਹਨਾਂ ਨੂੰ ਨਾ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਖਤਮ ਹੀ ਕਰਨਾ ਤੇ ਉੱਠਣ ਉਹਨਾਂ ਨੇ ਦੇਣਾ ਉੱਠਣ ਦੇਣਾ ਕਿਉਂਕਿ ਜੇ ਖਤਮ ਕਰਤਾ ਫਿਰ ਇਹੋ ਜਿਹੀ ਦੁਨੀਆ ਨੂੰ ਦਿਖਾਉਣ ਨੂੰ ਵੀ ਜੀ ਇੱਥੇ ਤਾਂ ਡੈਮੋਕ੍ਰੇਸੀ ਹੈ ਹੀ ਨਹੀਂ ਲੋਕਤੰਤਰ ਹੈ ਹੀ ਨਹੀਂ ਕੋਈ ਨਾ ਕੋਈ ਤਾਂ ਚਾਹੀਦਾ ਹੀ ਆ ਆਪੋਜੀਸ਼ਨ ਵਾਲਾ ਤੇ ਪਰ ਉਹਨਾਂ ਨੂੰ ਇੰਨੇ ਵੀ ਨਹੀਂ ਉਹ ਕਾਮਯਾਬ ਹੋਣ ਦੇਣਾ ਜਾਂ ਵੱਡੇ ਹੋਣ ਦੇਣਾ ਵੀ ਉਹ ਸਾਡਾ ਮੁਕਾਬਲਾ ਕਰ ਸਕਣ ਸੋ ਇਹਨਾਂ ਦੇ ਬਸ ਉਹਨਾਂ ਨੂੰ ਸਹਿਕ ਦੇ ਜੇ ਕਹਿੰਦੇ ਹੁੰਦੇ ਰੱਖਣਾ ਹੈ ਨਾਲੇ ਤੁਸੀਂ ਇੱਕ ਚੀਜ਼ ਦੇਖੋ ਵੀ ਇਹ ਤਾਂ ਆਪਾਂ ਨੂੰ ਸ਼ਰਿਆਮ ਹੀ ਪਤਾ ਲੱਗਦਾ ਵਾ ਵੀ ਜਿਹੜੀ ਸਰਕਾਰ ਹੁੰਦੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਨੂੰ ਤਾਂ ਕੋਈ ਬੰਦਾ ਨਹੀਂ ਫੜਿਆ ਜਾਂਦਾ ਹੁੰਦਾ ਕਦੇ ਜਦੋਂ ਉਹ ਸਰਕਾਰ ਸੱਤਾ 'ਚ ਨਹੀਂ ਰਹਿੰਦੀ ਫਿਰ ਸਾਰੇ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਹੁਣ ਆਪਣੇ ਆਹ ਕਾਂਗਰਸ ਦੀ ਗੱਲ ਕਰ ਲਈਏ ਹੁਣ ਕਾਂਗਰਸ ਦਾ ਕੋਈ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਇੱਕ ਵੀ ਕੋਈ ਇੱਦਾਂ ਦਾ ਨਹੀਂ ਸੀਗਾ ਵੀ ਜਿਹੜਾ ਜੇਲ੍ਹ 'ਚ ਗਿਆ ਹੋਵੇ ਜਦੋਂ ਕਾਂਗਰਸ ਨਹੀਂ ਰਹੀ ਤਾਂ ਸਾਰੇ ਜੇਲ੍ਹ 'ਚ ਲੱਗੇ ਧੱਕਾ ਹੀ ਹੈ ਇਹ ਉੱਥੇ ਤਾਂ ਥੋੜ੍ਹਾ ਨਹੀਂ ਉੱਥੇ ਤਾਂ ਬਹੁਤ ਧੱਕਾ ਹੁੰਦਾ ਕਈ ਗੱਲਾਂ ਨੂੰ ਤਾਂ ਮੈਂ ਇਸ ਗੱਲ 'ਤੇ ਹੈਰਾਨ ਸੀਗਾ ਮੈਨੂੰ ਸ਼ਰਿਆਮ ਕਹਿੰਦੇ ਜੀ ਰਿਸ਼ਵਤ ਲਿਆਓ ਅੱਛਾ ਮੈਂ ਜੀ ਕਿੰਨੀ ਕਹਿੰਦੇ 12-13 ਰੁਪਈਏ ਮੈਂ ਸੋਚਿਆ ਵੀ ਯਾਰ ਰਿਸ਼ਵਤ ਮੰਗੀ ਜਾਂਦੇ ਨੇ ਉਹ ਕਹਿੰਦਾ ਸਮਝਦਾ ਨਹੀਂ 12-13 ਹਜ਼ਾਰ ਦੀ ਗੱਲ ਕਰਦੇ ਮੈਂ ਕਹਿੰਦਾ ਰੁਪਈਏ ਕਹਿੰਦੇ ਉਹ ਕਹਿੰਦਾ ਸ਼ੋਰਟ ਕੋਡ ਵਰਡ ਰੱਖੇ ਹੋਏ ਕੋਡ ਵਰਡ ਹੁੰਦੇ ਆ ਕਹਿੰਦਾ ਜੇ ਕਿਹਦੇ ਰਿਕਾਰਡ ਹੋ ਜੇ ਕਹਿੰਦਾ ਫਿਰ ਅਸੀਂ ਕਹਿੰਦੇ ਉਹਨਾਂ ਵੀ 12-13 ਰੁਪਈਏ ਦੀ ਚਾਹ ਤਾਂ ਪੀਣੀ ਸੀ ਸਰ 12 ਰੁਪਈਆਂ ਨਾਲ ਕੀ ਹੈ 2 ਗਲਾਸ ਚਾਹ ਦੇ ਪੀਣੇ ਸੀਗੇ ਕਹਿੰਦਾ ਜੇ 12-13 ਹਜ਼ਾਰ ਕਹਿ ਦੀਏ ਫਿਰ ਗੱਲ ਗਲਤ ਹੋ ਜਾਂਦੀ ਕਮਾਲ ਦੀ ਗੱਲ ਆ ਬਈ ਏਦਾਂ ਹੀ ਧੱਕਾ ਚੱਲਦਾ ਉੱਥੇ ਬਹੁਤ ਬਹੁਤ ਇੱਕ ਜਗ੍ਹਾ 'ਤੇ ਨਹੀਂ ਬਹੁਤ ਜਗ੍ਹਾ 'ਤੇ ਧੱਕਾ ਚੱਲਦਾ ਹੁਣ ਇੱਕ ਮੁੰਡਾ ਵਿਚਾਰਾ ਉਹ ਆ ਚਲੋ ਮੈਂ ਵਿਚਾਰਾ ਵੀ ਨਹੀਂ ਕਹਿੰਦਾ ਮੈਨੂੰ ਨਹੀਂ ਬਈ ਉਹਦੇ ਬਾਰੇ ਪਤਾ ਵੀ ਉਹ ਕਿੱਦਾਂ ਦਾ ਉਹ ਪਾਇਲ ਤੋਂ ਆ ਜਿਹੜਾ ਉਹ ਸ਼ੂਜ ਏ ਵੇਚਦਾ ਵਾ ਹਨੀ ਸੇਠੀ ਅੱਛਾ ਜੀ ਭਰੀ ਜਿਹਾ ਵਾ ਮੁੰਡਾ ਹਨੀ ਸੇਠੀ ਸੋ ਉਹਦਾ ਬੜਾ ਰੌਲਾ ਚੱਲਦਾ ਉਹ ਕਦੇ ਕੋਈ ਗਾਲਾਂ ਕੱਢਣ ਲੱਗ ਜਾਂਦਾ ਕਦੇ ਉਹ ਕਿਸੇ ਨੂੰ ਗਾਲਾਂ ਕੱਢਣ ਲੱਗ ਜਾਂਦਾ ਬੜਾ ਵੀ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਘਸਮਾਣ ਪਾਇਆ ਹੈ ਨਹੀਂ ਵੀ ਜਾਣੀ ਗੱਲ ਕੀ ਬਣੀ ਗੱਲ ਪਤਾ ਹੀ ਨਹੀਂ ਘਸਮਾਣ ਉਹ ਕੀ ਕਹਿੰਦਾ ਵੀ ਤੂੰ ਉਹ ਜਿਵੇਂ ਲੋਕ ਉਹਨੂੰ ਪੈਸੇ ਭੇਜਦੇ ਆ ਉਹ ਕਦੇ ਕਿਸੇ ਨੂੰ ਡੋਨੇਟ ਕਰਤੇ ਕਦੇ ਕਿਸੇ ਨੂੰ ਡੋਨੇਟ ਕਰਤੇ ਹੁਣ ਕੋਈ ਉਹਨੂੰ ਕੁਛ ਕਹਿੰਦਾ ਵਾ ਵੀ ਤੂੰ ਖਾ ਖਾ ਕੇ ਡਾ ਢਿੱਡ ਵਧਾਇਆ ਤੂੰ ਤਾਂ ਆਪ ਹੀ ਖਾਈ ਜਾਂਦਾ ਤੂੰ ਆਪਦਾ ਕੰਮ ਚਲਾ ਲਿਆ ਤੂੰ ਆ ਰਫਲਾਂ ਚੱਕੀ ਫਿਰਦਾ ਤੂੰ ਆ 18 ਗੱਡੀਆਂ ਲਈ ਫਿਰਦਾ ਉਹ ਆਸ ਵਿੱਚ ਉਹਨਾਂ ਦੀ ਇਸ ਹਿਸਾਬ ਨਾਲ ਲੜਾਈ ਚੱਲਦੀ ਆ ਵੀ ਇੱਕ ਦੂਜੇ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਣ ਦੇ ਦਾਰੂ ਇਹ ਸੋਸ਼ਲ ਮੀਡੀਆ ਆਪਾਂ ਅੱਗੇ ਵੀ ਬਹੁਤ ਵਾਰੀ ਡਿਸਕਸ ਕੀਤਾ ਸੋਸ਼ਲ ਮੀਡੀਆ ਤੇ ਸਿੱਖਣ ਨੂੰ ਵੀ ਬਹੁਤ ਕੁਛ ਆ ਬੜਾ ਕੁਛ ਪਤਾ ਲੱਗਦਾ ਕਿਉਂਕਿ ਕਈ ਵਾਰੀ ਆਏ ਹੁੰਦਾ ਸੀ ਵੀ ਆਪਣੇ ਜਿਹੜੇ ਅੰਦਰ ਨਾ ਦਬੇ ਹੋਏ ਆਪਣੇ ਟੈਲੈਂਟ ਹੁੰਦੇ ਸੀ ਸਮਝ ਲਓ ਸਕੂਲ ਕਾਲਜ ਦੇ ਵਿੱਚ ਆਪਾਂ ਕੋਈ ਭੰਗੜੇ ਗਿੱਧੇ ਦੀ ਟੀਮ ਦੇ ਵਿੱਚ ਹੁੰਦੇ ਸੀ ਜਾਂ ਆਪਾਂ ਗਾਉਣਾ ਸੋਹਣਾ ਜਾਣਦੇ ਸੀ ਹੌਲੀ ਹੌਲੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਆਪਾਂ ਨੂੰ ਉਹ ਚੀਜ਼ ਭੁੱਲ ਗਈ ਜਾਂ ਛੁੱਟ ਗਈ ਪਿੱਛੇ ਰਹਿ ਗਈ ਅਤੇ ਹੁਣ ਸੋਸ਼ਲ ਮੀਡੀਆ ਦੀ ਇੱਕ ਬਸ ਉਹੀ ਇਨਕਰੇਜਮੈਂਟ ਜੀ ਦਿੱਤੀ ਹੈ ਇੱਕ ਤਸ਼ਾਹ ਜਿਹਾ ਵਧਾਇਆ ਵੀ ਤੁਸੀਂ ਮੁੜ ਕਿਉਂ ਨਹੀਂ ਤੁਸੀਂ ਮੁੜ ਤੋਂ ਫਿਰ ਗਾ ਕੇ ਕੁਛ ਸੁਣਾਉਂਦੇ ਜਾਂ ਜੇ ਲਿਖ ਲੈਂਦੇ ਹੋ ਤਾਂ ਲਿਖ ਕੇ ਜੇ ਵਧੀਆ ਗੱਲਾਂ ਕਰ ਲੈਂਦੇ ਹੋ ਤਾਂ ਵਧੀਆ ਗੱਲਾਂ ਤੁਸੀਂ ਕਰਕੇ ਸੁਣਾਓ ਹੈ ਨਾ ਅਤੇ ਬਹੁਤ ਲੋਕ ਇੱਥੋਂ ਜਿਹੜੇ ਪੋਜ਼ਿਟਿਵਿਟੀ ਵੀ ਆਸੇ ਪਾਸੇ ਸਪਰੈਡ ਕਰਦੇ ਆ ਹੈ ਨਾ ਅਤੇ ਪਰ ਜਦੋਂ ਆਹ ਚੀਜ਼ ਹੋ ਜਾਂਦੀ ਹੈ ਨਾ ਸਮਝ ਲਓ ਵੀ ਇੱਕ ਤਾਂ ਨੱਚਣ ਦਾ ਰਿਵਾਜ਼ ਪਤਾ ਨਹੀਂ ਉਹ ਜ਼ਿਆਦਾ ਹੀ ਹੁਣ ਤੁਰ ਪਿਆ ਆ ਅਤੇ ਉਹ ਜਦੋਂ ਫਿਰ ਇੱਕ ਨੱਚਦਾ ਦੂਜੇ ਉਹਦੇ 'ਤੇ ਕੋਈ ਕਮੈਂਟ ਕਰਦੇ ਆ ਫਿਰ ਉਹ ਜਿਹਨੇ ਕਮੈਂਟ ਕੀਤਾ ਹੁੰਦਾ ਫਿਰ ਉਹ ਉਹਨਾਂ ਨੂੰ ਦੁਬਾਰਾ ਕੁਛ ਨਾ ਕੁਛ ਗਲਤ ਮਲਤ ਕਹਿਣ ਜਾਂਦੇ ਆ ਹੈ ਨਾ ਸੋ ਸਿਆਣੀ ਗੱਲ ਸਹੀ ਗੱਲ ਸਭ ਤੋਂ ਜ਼ਿਆਦਾ ਇਹੀ ਆ ਰੂਲ ਇਹ ਬਣਾ ਲਓ ਜੇ ਸੋਸ਼ਲ ਮੀਡੀਆ 'ਤੇ ਤੁਸੀਂ ਐਕਟਿਵ ਹੋ ਅਕਾਊਂਟ ਬਣਾਏ ਹੋਏ ਆ ਅਤੇ ਜਿਹੜੇ ਆਹ ਫਜ਼ੂਲ ਬੋਲਦੇ ਬੁੱਧੀਜੀਵੀ ਆ ਉਹਨਾਂ ਦੀ ਬਹੁਤੀ ਪਰਵਾਹ ਨਾ ਕਰੋ ਅਤੇ ਜਿਹੜਾ ਇਹ ਬਹਿਸਣਾ ਵਾ ਇਹਦਾ ਕੋਈ ਫਾਇਦਾ ਨਹੀਂ ਨਾਲੇ ਮੈਂ ਕਹਿੰਦਾ ਉਹਨਾਂ ਵੀ ਬਹਿਸ ਦੇ ਕਿਹਦੇ ਨਾਲ ਆਪਾਂ ਗੱਲ ਫਿਰ ਉੱਥੇ ਆ ਜਾਂਦੀ ਆ ਵੀ ਜੇ ਤਾਂ ਆਪਾਂ ਭਾਈ ਕਿਸੇ ਨਾਲ ਬਹਿਸ ਦੇ ਜਿਹੜਾ ਕਿ ਬੋਲਦਾ ਵਾ ਜੀ ਵਾਹ ਜੀ ਉਹਨਾਂ ਨਾਲ ਆਪਾਂ ਬਹਿਸ ਦੀ ਹੋਈ ਤਾਂ ਆਪਾਂ ਲਾ ਲਏ ਵੀ ਭਾਈ ਉਹ ਚਲੋ ਹੋਰ ਕੈਸੇ ਕਲਚਰ 'ਚ ਸਾਡਾ ਕਲਚਰ ਹੋਰ ਕਹਿੰਦੇ ਵੀ ਆਪਾਂ ਪੰਜਾਬ 'ਚ ਹੀ ਗਏ ਹਾਂ ਇੱਕ ਜਣਾ ਨਕੋਦਰ ਤੋਂ ਉੱਠ ਕੇ ਗਿਆ ਅਤੇ ਉਹ ਜਲੰਧਰ ਵਾਲੇ ਨੂੰ ਜਾ ਕੇ ਗਾਲਾਂ ਕੱਢਣ ਲੱਗ ਜੇ ਉਹ ਭਾਈ ਤੁਸੀਂ ਲੱਗਦੇ ਹੋਗੇ ਇੱਕ ਦੂਜੇ ਦੇ ਕੁਛ ਆਪਣਾ ਖੂਨ ਦਾ ਰਿਸ਼ਤਾ ਆਪਣੇ ਦਾਦੇ ਪੜਦਾਦੇ ਇੱਕ ਹੀ ਨੇ ਆਪਾਂ ਉਸੇ ਧਰਤੀ ਤੋਂ ਆਇਆ ਉਹੀ ਗੁਰੂ ਪੀਰ ਨੇ ਆਪਣੇ ਉਹੀ ਆਪਣੀ ਧਰਤੀ ਆ ਉੱਥੇ ਹੀ ਆਪਾਂ ਨੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਵਿਆਹ ਕਰਨੇ ਨੇ ਕੁੜੀਆਂ ਮੁੰਡੇ ਇੱਕ ਦੂਜੇ ਦੇ ਘਰ ਘਰ 'ਚ ਵਿਆਹੁਣੇ ਨੇ ਰਿਸ਼ਤੇ ਬਣਨੇ ਨੇ ਆਪਣੇ ਨਾਲ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਕਿਸੇ ਹੋਰ ਨੂੰ ਕਰੀਏ ਤਾਂ ਹੁਣ ਮੈਂ 84 ਦੀ ਹਮੇਸ਼ਾ ਗੱਲ ਕਰ ਦਿੰਦਾ ਮੈਨੂੰ ਇਹ ਗੱਲ ਦਾ ਬੜਾ ਦੁੱਖ ਲੱਗਦਾ ਵੀ ਮਰਨ ਵਾਲੇ ਵੀ ਆਪਣੇ ਸੀ ਵਿਚਾਰੇ ਮਾਰਨ ਵਾਲੇ ਵੀ ਆਪਣੇ ਸੀਗੇ ਹਨਾ ਦੋਹੀ ਪਾਸੇ ਆਪਣੇ ਜੇ ਤਾਂ ਲੜਾਈ ਕਿਸੇ ਹੋਰ ਨਾਲ ਹੋਵੇ ਫਿਰ ਤਾਂ ਆਪਾਂ ਖੁਸ਼ੀ ਮਨਾ ਵੀ ਲਏ ਵੀ ਭਾਈ ਜੀ ਉਹਨੇ ਉਹਨੂੰ ਮਾਰਿਆ ਸੀ ਤਾਂ ਇਹਨਾਂ ਨੇ ਇਹਨਾਂ ਨੇ ਉਹਦੇ ਸੱਤ ਮਾਰਤੇ ਜੇ ਇਧਰਲੇ ਪਾਸੇ ਉਧਰਲੇ ਪਰਲੇ ਪਾਸੇ ਵਾਲੇ ਸੱਤ ਮਾਰਦੇ ਸੀ ਉਹ ਵੀ ਆਪਣੇ ਹੀ ਸੀਗੇ ਉਹ ਵੀ ਪੰਜਾਬ ਦੇ ਪਿੰਡਾਂ 'ਚ ਕੀਰਨੇ ਪੈਂਦੇ ਸੀਗੇ ਜੇ ਕੋਈ ਵਿਚਾਰਾ ਇਧਰੋਂ ਮਰਦਾ ਸੀਗਾ ਉਹ ਵੀ ਪੰਜਾਬ ਦੇ ਪਿੰਡਾਂ 'ਚ ਕੀਰਨੇ ਪੈਂਦੇ ਸੀਗੇ ਬਾਕੀ ਤਾਂ ਬੈਠ ਕੇ ਪੌਪਕੋਰਨ ਦੇ ਬੈਗ ਖੋਲੀ ਬੈਠੇ ਸੀ ਵੀ ਚੱਲਣ ਦਿਓ ਕੋਈ ਨੇ ਮਰਨ ਵਾਲੇ ਵੀ ਇਹਨਾਂ ਦੇ ਮਾਰਨ ਵਾਲੇ ਵੀ ਨੇ ਉੱਥੇ ਬੜਾ ਦੁੱਖ ਲੱਗਦਾ ਸੀਗਾ ਇਹ ਚੀਜ਼ ਦਾ ਕਿਸੇ ਨੂੰ ਤਾਂ ਆਪਾਂ ਜੰਗ ਜਿੱਤ ਲਾਂਗੇ ਕਿਸੇ ਨਾਲ ਲੜ ਕੇ ਪਰ ਆਪਣੇ ਨਾਲ ਜੰਗ ਜਿੱਤੀ ਦਾ ਕੀ ਜਿੱਤੀ ਜਿੱਤੀ ਦਾ ਵੀ ਕੀ ਫਾਇਦਾ ਜਿੱਤੀ ਦਾ ਵੀ ਕੀ ਫਾਇਦਾ ਜਦੋਂ ਆਪਣੇ ਘਰਾਂ ਦੇ ਵਿੱਚ ਕੀਰਨੇ ਪੈ ਗਏ ਇੱਕ ਪਿੰਡ ਦੇ ਵਿੱਚ ਇਹ ਵੀ ਹੋਇਆ ਵੀ ਫਲਾਣਾ ਭਾਈ ਸ਼ਹੀਦ ਹੋ ਗਿਆ ਉਹਨਾਂ ਦੇ ਘਰ 'ਚ ਕੀਰਨੇ ਪੈ ਗਏ ਇੱਕ ਵੀ ਭਾਈ ਇਹਨਾਂ ਦੇ ਪਿੰਡ ਦਾ ਪੁਲਿਸ ਵਾਲਾ ਸੀਗਾ ਉਹ ਮਰ ਗਿਆ ਅਤੇ ਉਹਨਾਂ ਦੇ ਘਰ 'ਚ ਕੀਰਨੇ ਪੈ ਗਏ ਇੱਕੇ ਪਿੰਡ ਦੇ ਵਿੱਚ
ਤੇ ਜੇ ਆਪਾਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਇੱਥੇ ਵੀ ਇਹੋ ਜਿਹੀ ਹਾਲ ਤੇ ਹੁਣ ਚਲੋ ਆਪਾਂ ਕੱਲ ਨੂੰ ਕੈਨੇਡਾ ਦੀ ਗੱਲ ਕਰਾਂਗੇ ਇੱਕ ਦਾ ਇਨਸੀਡੈਂਟ ਜਿਹੜਾ ਉਹ ਸੁਣਨ ਨੂੰ ਮਿਲਿਆ ਬੜਾ ਖਰਾਬ ਇਨਸੀਡੈਂਟ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਪਰਿਵਾਰ ਦੀ ਆਪਾਂ ਪੰਜਾਬ ਦੀ ਗੱਲ ਫੇਰ ਕਰਦੇ ਹਾਂ ਪਰਿਵਾਰਾਂ ਦੀ ਗੱਲ ਫੇਰ ਕਰਦੇ ਹਾਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆ ਇਹਨਾਂ ਦੇ ਤਾਂ ਆਪਸ ਦੇ ਵਿੱਚ ਜਿਹੜੇ ਕਸਮਾਣ ਪਏ ਹੋਏ ਆ ਹਨਾ ਤੇ ਉਹੀ ਨਹੀਂ ਠੀਕ ਆਉਂਦੇ ਹੁਣ ਕਾਂਗਰਸ ਆ ਕਾਂਗਰਸ ਜਿਹੜੀ ਆ ਉਹ ਆਪਸ ਦੇ ਵਿੱਚ ਉਹ ਇਵੇਂ ਲੜੀ ਜਾਂਦੀ ਆ ਜੀ ਟਿਕਟਸ ਦੀ ਵੰਡ ਹਨਾ ਤੇ ਮੈਂ ਇਹ ਵੀ ਇੱਕ ਮੈਂ ਇਹ ਵੀ ਸੋਸ਼ਲ ਮੀਡੀਆ ਤੇ ਦੇਖਦੀ ਸੀ ਆਹ ਵੀਡੀਓ ਇੱਕ ਕਲਿੱਪ ਕਿਸੇ ਨੇ ਵਾਇਰਲ ਕੀਤੀ ਕਹਿੰਦੇ ਜੀ ਜਿਹੜੇ ਪ੍ਰਨੀਤ ਕੌਰ ਜੀ ਆ ਉਹ ਚਲੇ ਗਏ ਹੁਣ ਭਾਜਪਾ ਚ ਹਾਂ ਮੈਂ ਵੀ ਦੇਖੀ ਆ ਦੇਖੀ ਸੀ ਦੇਖੀ ਉਹਨੇ ਬਾਹਰ ਚਲਾਉਣਾ ਦਿੱਤਾ ਮਾਨ ਹੋਏ ਕਿੱਧਰ ਨੂੰ ਹੋ ਗਿਆ ਤਾਂ ਲਓ ਜੀ ਇਹ ਉਹੀ ਗੱਲ ਹੋ ਗਈ ਜਦੋਂ ਉਹ ਕੋਈ ਨਾ ਕੋਈ ਗਲਤ ਅੱਗੇ ਬਾਦਲ ਸਾਹਿਬ ਸੁਖਬੀਰ ਬਾਦਲ ਹਨ ਤੇ ਉਹ ਗੱਲ ਕੋਈ ਹੋਰ ਕਹੀ ਜਾਂਦੀ ਸੀ ਮਗਰੋਂ ਕਿਸੇ ਨੇ ਉਦਾਂ ਹੀ ਨਾਰਾ ਚੱਕਦਾ ਤੇ ਉਹ ਉਦਾਂ ਦੀ ਫਿਰ ਘੁਰਕੀ ਜੀ ਵੱਟੀ ਕਹਿੰਦੇ ਹੁਣ ਤੂੰ ਚੁੱਪ ਕਰ ਜਾਵੇ ਤੂੰ ਗਲਤ ਸਟੇਸ਼ਨ ਪੜ੍ਹ ਲਿਆ ਇਵੇਂ ਪ੍ਰਨੀਤ ਕੌਰ ਜੀ ਉਹ ਦਾਖਲ ਹੋਏ ਕਮਲ ਦੇ ਫੁੱਲ ਨਾਲ ਤੇ ਉਹ ਨਾਰੇ ਲਾਈ ਜਾਂਦੇ ਹੱਥਾਂ ਵਾਲੇ ਕੋਈ ਔਰਤ ਸੀਗੀ ਤੇ ਫਿਰ ਉਹਨੇ ਉਹ ਭੱਜ ਕੇ ਬਾਹ ਬੜੀ ਬੋਲੀ ਕੀ ਜਨਾ ਕੌਲ ਲੈ ਲਓ ਜੀ 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 ਆਇਆਂ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਵਪਾਲ ਸਿੰਘ ਜੀ ਤੇ ਲਵਲੀ ਪੰਨੂ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਭ ਤੋਂ ਪਹਿਲਾਂ ਇਹ ਗੱਲ ਕਿ ਜਿੱਦਾਂ ਸਾਡੇ ਜ਼ਮਾਨੇ 'ਚ ਪਹਿਲਾਂ ਇੱਕ ਦਾਤਣ ਫਲਾਹ ਦੀ ਹੁੰਦੀ ਸੀ ਇੱਕ ਕਿੱਕਰ ਦੀ ਹੁੰਦੀ ਸੀ ਹੁਣ ਤਾਂ ਦਾਤਣ ਬਹੁਤ ਹੋ ਗਈ ਆ ਉਦੋਂ ਪਹਿਲਾਂ ਦਾਤਣ ਫਲਾਹ ਦੀ ਮਸ਼ਹੂਰ ਹੁੰਦੀ ਸੀ ਕਹਿਣਾ ਦਾਤਣ ਫਲਾਹ ਦੀ ਰਨ ਵਿਆਹ ਦੀ ਹਾਂਜੀ ਉਹ ਚੀਜ਼ਾਂ ਸੀਗੀਆਂ ਹਨਾ ਬਾਕੀ ਤੁਹਾਡੇ ਪ੍ਰੋਗਰਾਮ ਵੀ ਸਾਰੇ ਬਹੁਤ ਵਧੀਆ ਆ ਹਨਾ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਬਹੁਤ ਚੰਗਾ ਲੱਗਾ ਹਾਂਜੀ ਇੱਕ ਵਾਰੀ ਨਾ ਸਾਨੂੰ ਫਲਾਹ ਬਾਰੇ ਜ਼ਰੂਰ ਦੱਸਿਓ ਜੇ ਆਵਾਜ਼ ਸੁਣਦੇ ਆ ਨਹੀਂ ਮੇਰੇ ਖਿਆਲ ਟੀਵੀ ਦੀ ਆਵਾਜ਼ ਕੱਟ ਹੋ ਗਈ ਹੈ ਨਾ ਬਿਲਕੁਲ ਜੀ ਤੁਸੀਂ ਮੁੜ ਤੋਂ ਕਾਲ ਕਰ ਸਕਦੇ ਹੋ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੁੰਦੇ ਆ ਟੀਵੀ ਦੀ ਆਵਾਜ਼ ਜਾਂ ਤਾਂ ਜਮਾ ਜ਼ੀਰੋ ਕਰ ਲਿਆ ਕਰੋ ਟੀਵੀ ਵੱਲ ਦੇਖਿਆ ਨਾ ਕਰੋ ਫੋਨ 'ਚ ਧਿਆਨ ਰੱਖਿਆ ਕਰੋ ਕਿਉਂਕਿ ਸਾਡਾ ਥੋੜ੍ਹਾ ਜਿਹਾ ਡਿਲੇ ਹੋ ਕੇ ਚੱਲਦਾ ਹੁੰਦਾ ਅਸੀਂ ਇੱਥੇ ਲਾਈਵ ਅਤੇ ਟੀਵੀ ਤੱਕ ਡਿਲੇ ਹੋ ਕੇ ਚੱਲਦਾ ਹੁੰਦਾ ਥੋੜ੍ਹਾ ਜਿਹਾ ਸੋ ਫੋਨ ਵੱਲ ਧਿਆਨ ਜ਼ਿਆਦਾ ਰੱਖਿਆ ਕਰੋ ਕਿਉਂਕਿ ਤੁਸੀਂ ਟੀਵੀ 'ਚੋਂ ਆਵਾਜ਼ ਸੁਣਦੇ ਹੋ ਟੀਵੀ 'ਚੋਂ ਆਵਾਜ਼ ਨਾ ਫੋਨ ਦੇ ਵਿੱਚੋਂ ਆਵਾਜ਼ ਸੁਣਿਆ ਕਰੋ ਟੀਵੀ ਵੱਲ ਦੇਖਿਆ ਨਾ ਕਰੋ ਕਿਉਂਕਿ ਲੱਗਦਾ ਵੀ ਮੂੰਹ 'ਚ ਇੱਧਰ ਹਿਲਦੇ ਨੇ ਵੀ ਕੁਛ ਹੋਰ ਕਹੀ ਜਾਂਦੇ ਇੱਦਾਂ ਲੱਗਦਾ ਅਤੇ ਪਰ ਜਿਹੜਾ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਇਹ ਸ਼ਬਦ ਪਹਿਲੀ ਵਾਰੀ ਸੁਣਿਆ ਅਤੇ ਹੁਣ ਮੈਨੂੰ ਨਹੀਂ ਪਤਾ ਵੀ ਇਹ ਫੁੱਲ ਫਲੈਜ ਪੂਰਾ ਦਰਖਤ ਹੁੰਦਾ ਜਾਂ ਫਿਰ ਇੱਕ ਫਲਾ ਮੈਂ ਪਤਾ ਕਿਵੇਂ ਸੁਣਿਆ ਸਾਡੇ ਕਹਿੰਦੇ ਹੁੰਦੇ ਸੀ ਕਿ ਵੀ ਫਲਾਈਆਂ ਵਾਲੇ ਜਾਣਾ ਦਾਤਣ ਦੀ ਬਾਰੇ ਪੁੱਛਿਆ ਮੈਂ ਇਹ ਤੁਹਾਨੂੰ ਕਹਿੰਦਾ ਵੀ ਦਾਤਣ ਫਲਾਹ ਦੀ ਰਨ ਵਿਆਹ ਦੀ ਇਹ ਕਹਾਵਤ ਅੱਗੇ ਬਹੁਤ ਮਸ਼ਹੂਰ ਦੀ ਸਿਆਣੀ ਬੱਲੇ ਪਹਿਲੇ ਦੀ ਫਲਾਹ ਦੀ ਦਾਤਣਾ ਦੋ ਹੀ ਮਸ਼ਹੂਰ ਹੁੰਦੀਆਂ ਹੋਰ ਵੀ ਕੋਈ ਦੱਸ ਸਕਦਾ ਵਾ ਵੀ ਫਲਾਹ ਹੁੰਦਾ ਦਰਖਤ ਕੀ ਆ ਤੇ ਜੇ ਹੁੰਦਾ ਦਰਖਤ ਤਾਂ ਉਹ ਕਿੱਦਾਂ ਦਾ ਹੁੰਦਾ ਕਿੰਨਾ ਕੁ ਵੱਡਾ ਹੁੰਦਾ ਕਿੱਦਾਂ ਦੇ ਉਹਦੇ ਪੱਤੇ ਹੁੰਦੇ ਉਹਨੂੰ ਕੋਈ ਫਲ ਵੀ ਲੱਗਦਾ ਕੋ ਉਹਨੂੰ ਕੋਈ ਕੌੜਾ ਹੁੰਦਾ ਕੋ ਮਿੱਠਾ ਹੁੰਦਾ ਕੋ ਸਲੂਣਾ ਜਿਹਾ ਹੁੰਦਾ ਕਿਹੋ ਜਿਹਾ ਹੁੰਦਾ ਇੱਕ ਮੈਨੂੰ ਹੋਰ ਗੱਲ ਯਾਦ ਆ ਗਈ ਹਾਂਜੀ ਤੁਸੀਂ ਖੰਡ ਮਿੱਠੀਏ ਖਾਧੇ ਆ ਹੈਂਜੀ ਖੰਡ ਮਿੱਠੀਏ ਹੋ ਸਕਦਾ ਕੁਝ ਉਹ ਨਾ ਜਿਵੇਂ ਆਪਣਾ ਬਰਸੀਮ ਹੁੰਦਾ ਜਿਹੜਾ ਆਪਾਂ ਦਰਖਤ ਗਾਵਾਂ ਮੱਝਾਂ ਗਾਵਾਂ ਨੂੰ ਪਾਉਂਦੇ ਹਾਂ ਡੰਗਰਾਂ ਨੂੰ ਉਹ ਇੰਨੇ ਇੰਨੇ ਹੁੰਦੇ ਆ ਉਹਦੇ ਤੇ ਫੁੱਲ ਜਿਹੇ ਲੱਗਦੇ ਨਿੱਕੇ ਨਿੱਕੇ ਉਹ ਪਤਲੀਆਂ ਪਤਲੀਆਂ ਟਾਹਣੀਆਂ ਹੁੰਦੀਆਂ ਨੇ ਪੋਲੀਆਂ ਜੀਆਂ ਤੇ ਉਹਨੂੰ ਜਦੋਂ ਨਾ ਤੋੜਦੇ ਆ ਤੋੜ ਕੇ ਚੱਪਦੇ ਬਹੁਤ ਖੱਟੀਆਂ ਹੁੰਦੀਆਂ ਸੀਗੀਆਂ ਉਹ ਅੱਛਾ ਹੁਣ ਜਦੋਂ ਖਾਂਦੇ ਤੇ ਆਏ ਹੁੰਦਾ ਹੁੰਦਾ ਇੰਨੀ ਖੱਟੀ ਹੁੰਦੀ ਸੀ ਉਹਨੂੰ ਫਿਰ ਉਹਨੂੰ ਆਏ ਕਾਲਾ ਲੂਣ ਲੈ ਕੇ ਉਹਦਾ ਝਾੜੂ ਜਿਹਾ ਬਣਾ ਕੇ ਕਾਲੇ ਲੂਣ ਚ ਲਾ ਕੇ ਫਿਰ ਚੱਪਦੇ ਹੁੰਦੇ ਸੀਗੇ ਸੱਚੀ ਹਾਂ ਜਦੋਂ ਮੈਂ ਇੱਕ ਗਿਆ ਨਾ ਮੈਂ ਜਿਹੜਾ ਮੇਰੇ ਨਾਲ ਹੁੰਦਾ ਮੁੰਡਾ ਕੁਲਜੀਤ ਹਾਂਜੀ ਮੈਂ ਯਾਰ ਕੁਲਜੀਤ ਮੈਨੂੰ ਕਹਿੰਦਾ ਯਾਰ ਤੈਨੂੰ ਬਈ ਜ਼ਿਆਦਾ ਕਹਿੰਦਾ ਖੰਡ ਮਿੱਠੀ ਚ ਖਾਂਦੇ ਹੁੰਦੇ ਸੀ ਆਪਾਂ ਨੇ ਕਹਿੰਦਾ ਯਾਰ ਕਦੇ ਕਿਸੇ ਤੋਂ ਨਹੀਂ ਸੁਣਿਆ ਆਪਾਂ ਉਹ ਕਹਿੰਦਾ ਖਨੀ ਜਿਹੜਾ ਆਪਣੇ ਪਿੰਡੇ ਹੁੰਦੇ ਸੀ ਉਹ ਬੜੇ ਬੜੇ ਖੱਟੇ ਬੜੇ ਵਧੀਆ ਹੁੰਦੇ ਸੀ ਉਹ ਦੰਦ ਖੱਟੇ ਕਰ ਦਿੰਦੇ ਨੇ ਵੀ ਮੈਂ ਆ ਸੁਣੀ ਦੀ ਗੱਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਫਲਾਹ ਦਾ ਜਿਹੜਾ ਦਰਖਤ ਹੈ ਜੀ ਉਹ ਵੀ ਕਿੱਕਰ ਵਰਗਾ ਹੀ ਹੁੰਦਾ ਆ ਉਹਨੂੰ ਵੀ ਕੰਡੇ ਹੁੰਦੇ ਆ ਕਿੱਕਰ ਵਰਗਾ ਹੀ ਫਲਾਹ ਹੁੰਦਾ ਉਹਨੂੰ ਫਲਾਹ ਸਾਦੇ ਸੀ ਇਹਨੂੰ ਕਿੱਕਰ ਸਾਦੇ ਦੋਨਾਂ ਦੀਆਂ ਦਾਤਣਾਂ ਬਹੁਤ ਮਸ਼ਹੂਰ ਸੀਗੀਆਂ ਜੀ
जवाब थोड़े को चीज भी दस दियो जे किसी ने खादी पीले फुल लग दिंदे सी ते बड़े खट्टे हुंदे सी लूण जिहा लग्गा हुंदा सी निक्के निक्के एडे एडे हुंदे सी बूटे सलाइयां जी हुंदियां सी खट्टियां हुंदियां सी तुसीं केड़े वेले खा जांदे साडे इलाके च तां पता नहीं क्यों 2000 दी गल दसदा मैं तुहानूं पूरे 2000 दी आपां कॉल लैणी जी आनू जी तुहानूं सांझा टीवी ते सति श्री अकाल जी हां जी रफा सिंह जी सति श्री अकाल जी सति श्री अकाल जी सति श्री अकाल जी बच्चा जी जी हां जी हेलो हां जी हां जी तकरीबन तकरीबन किकर वर्गा ही हुंदा है पुत्र ओदे ना कंडा किकर दे कंडे नाल बहुत मोटा हुंदा वा अच्छा जी हां जी ते ओ मजबूत भी ज्यादा हुंदा वा ट्री जेड़ा वा हां जी ते असी फलाई दे रुख दे नाल पिंगा पाके झूटियां होईयां जी ओए होए क्या बात वाह जी ते होर उथे एक चीज तुसी कही नहीं उथे रत्तियां बहुत हुंदियां वा रस्सियां रत्तियां जेड़ी तोला मासा रत्ती अगे सोना हां जी रत्तियां सुनियारे जी जी ते ओ रत्ती दिया चाड़ी हुंदी छोटी छोटी तकरीबन फुट डेढ़ फुट दे हाँ जी। काफी संघनी हुंदी आ ते ओनू बहुत रत्तियां लगदियां वा पिछों लाल हुंदी ते थोड़ी जी मुंह ओदा ब्लैक हुंदा जी अच्छा और जी। एक झाड़ी नू बेशक मतलब 10,000 20,000 50,000 जिन्नियां मर्जी रत्तियां लगियां होण ते सब दा वेट बराबर हुंदा जी सुनियारे कोल गए तुसी जरूर ओहना नूं कहियो वी सानूं जे तुहाडे कोल रत्ती हैगी तां दिखाओ लो जी बहुत सोहणी जानकारी है जी ए तां पहली वारी गल सुणी आ पर बहुत कम वाली गल बड़े सारे ध्यान बड़े मतलब प्यार देखदे आ थानू परमात्मा होर तरक्कियां देवे थानू ਵਧੀਆ ਵਧੀਆ ਤੁਹਾਡਾ ਪ੍ਰੋਗਰਾਮ ਹੋਰ ਚੜ੍ਹਦੀਆਂ ਕਲਾਂ ਵਿੱਚ ਜਾਵੇ ਥੈਂਕ ਯੂ ਜੀ ਤੁਸੀਂ ਵੀ ਹਮੇਸ਼ਾ ਖੁਸ਼ ਰਹੋ ਬਹੁਤ ਸ਼ੁਕਰੀਆ ਓਕੇ ਜੀ ਲਓ ਜੀ ਆਪਾਂ ਨੂੰ ਇਹ ਕਿੰਨੀ ਨਵੀਂ ਰੱਤੀ ਵੀ ਮੈਂ ਦੇਖ ਲਈ ਉਹਨਾਂ ਦਾ ਹਾਂ ਅੱਛਾ ਰੱਤੀ ਹੁਣ ਮੈਂ ਇਹਨੂੰ ਆਇਆ ਨਹੀਂ ਵੀ ਆਪਾਂ ਟੀਵੀ ਤੇ ਕਿੱਦਾਂ ਲਾ ਸਕਦੇ ਮੈਨੂੰ ਹਾਂ ਇਹ ਨਹੀਂ ਮੈਂ ਇਹਨੂੰ ਪਤਾ ਲੱਗਦਾ ਨਹੀਂ ਤਾਂ ਮੈਂ ਫੋਟੋ ਭੇਜ ਦੇਣੀ ਸੀ ਤੇ ਆਪਾਂ ਰੱਤੀ ਦਿਖਾ ਦੇਣੀ ਸੀਗੀ ਨਹੀਂ ਇਦਾਂ ਆਪਾਂ ਕੋਸ਼ਿਸ਼ ਨਹੀਂ ਕਰ ਸਕਦੇ ਵੀ ਜੇ ਫੋਟੋ ਆਪਾਂ ਸ਼ੇਅਰ ਕਰ ਦਈਏ ਤੇ ਫਿਰ ਉਹ ਫੋਟੋ ਪਰਿਵਾਰਾਂ ਨਾਲ ਸਾਂਝੀ ਜੇ ਕਰ ਲਈਏ ਪਰ ਬਈ ਕਿੰਨੀ ਕਮਾਲ ਦੀ ਜਾਣਕਾਰੀ ਆ ਪਹਿਲਾਂ ਤਾਂ ਫਲਾਈ ਹਾਂ ਫਲਾ ਜਾਂ ਫਲਾਈ ਹਾਂ ਇਹ ਦਰਖਤ ਹਨਾ ਤੇ ਫਿਰ ਉੱਤੋਂ ਆਹ ਰੱਤੀ ਰੱਤੀ ਇਹ ਤਾਂ ਲਿਖਿਆ ਵੀ ਰੱਤੀ 5 mm ਦੀ ਹੁੰਦੀ ਹੈ ਤੇ ਅੱਛਾ ਹੈਰਾਨੀ ਵਾਲੀ ਗੱਲ ਇਹ ਹੈ ਕਹਿੰਦੇ ਵੀ ਚਾਹੇ 10,000 ਲੱਗੀਆਂ ਸਾਰੇ 10,000 ਲੱਗੇ ਚਾਹੇ 50,000 ਲੱਗੇ ਉਹਦਾ ਸਾਰੀਆਂ ਦਾ ਇੱਕੋ ਜਿਹਾ ਵੇਟ ਹੋ ਕੇ ਆ ਬਾਤ ਆ ਜੀ ਬਾ ਕਮਾਲ ਤੁਸੀਂ ਗੱਲ ਦੱਸੀ ਆ ਵੀ ਰੱਤੀ ਦਾ ਵੇਟ ਇੱਕੋ ਜਿਹਾ ਹੀ ਹੋ ਚਾਹੇ ਜਿੰਨੀ ਮਰਜ਼ੀ ਓਹੋ ਅੱਛਾ ਵੈਸੇ ਉਦਾਂ ਮੈਂ ਪੁੱਛ ਲੈਂਦੀ ਹਾਂ ਹੁਣ ਹੋ ਸਕਦਾ ਵੀ ਤੁਸੀਂ ਕਹੋ ਵੀ ਲੈ ਆ ਕੀ ਬੇਰੀ ਦੀ ਦਾਤਣ ਤਾਂ ਨਹੀਂ ਹੁੰਦੀ ਕੀ ਹੁੰਦੀ ਹੈ ਜੇ ਦੁੱਧ ਨਹੀਂ ਹੋ ਸਕਦੀ ਹੈ ਤਾਂ ਬੇਰੀ ਦੀ ਨਹੀਂ ਹੋ ਸਕਦੀ ਹੁਣ ਤਾਂ ਸਭ ਕਹਿੰਦੇ ਨੇ ਕਿ ਉਹਨੂੰ ਕਿੱਕਰ ਹੀ ਨਹੀਂ ਰਹੀ ਜਿਹੜੀ ਮੇਨ ਦਾਤਣ ਜਦੋਂ ਉਹਦੀ ਨਹੀਂ ਰਹੀ ਸਫੈਦੇ ਦੀ ਵੀ ਕਰੀ ਜਾਂਦੇ ਅੱਛਾ ਇੱਕ ਸਫੈਦੇ ਦੇ ਵਿੱਚ ਨਾ ਇੱਕ ਹੋਰ ਹੁੰਦੇ ਸੀਗੇ ਟੋਪੀਆਂ ਜਿਹੜੀਆਂ ਆਪਾਂ ਅੱਜ ਕੱਲ੍ਹ ਬਰਥਡੇ ਦੇ ਹਾਂਜੀ 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 ਬਰਥਡੇ ਦੇ ਜਵਾਕ ਹੁੰਦੇ ਨੇ ਇਹ ਉਹਨਾਂ ਤੋਂ ਵੱਡੀਆਂ ਬਹੁਤ ਨੇ ਪਰ ਉਹ ਨਿੱਕੀ ਹੁੰਦੀ ਜਿਵੇਂ ਅੱਜ ਕੱਲ੍ਹ ਦੇ ਬਰਥਡੇ ਵਾਲੀ ਟੋਪੀ ਨਾਲ ਦੀ ਟੋਪੀਆਂ ਹੁੰਦੀਆਂ ਨੇ ਪਮੀਰੀਆਂ ਜੀ ਨਿੱਕੀਆਂ ਹਾਂਜੀ ਉਹਨਾਂ ਨੂੰ ਕੀ ਕਰਦੇ ਹੁੰਦੇ ਸੀਗੇ ਉਹ ਇੱਕ ਪਮੀਰੀ ਨੂੰ ਦੂਜੀ 'ਚ ਪਾ ਕੇ ਪਾ ਕੇ ਲੰਬੀ ਲਾਈਨ ਬਣਾ ਲੈਂਦੇ ਹੁੰਦੇ ਸੀਗੇ ਫਿਰ ਉਹਦੇ ਨਾਲ ਖੇਡਦੇ ਹੁੰਦੇ ਵੀ ਦੇਖੋ ਕਿਹਦੀ ਲਾਈਨ ਜ਼ਿਆਦਾ ਵੱਡੀ ਹੈ ਕਿਉਂਕਿ ਜਦੋਂ ਜ਼ਿਆਦਾ ਲੰਮੀ ਹੋ ਜਾਂਦੀ ਟੁੱਟ ਜਾਂਦੀ ਸੀ ਉਹ ਵਿਚੋਲੇ ਮੁੜ ਜਾਂਦੀ ਸੀ ਫਿਰ ਕਹਿੰਦੇ ਸੀ ਦੇਖੋ ਐਂ ਕਰਕੇ ਫਿਰ ਕਈਆਂ ਦੀਆਂ ਟੁੱਟ ਜਾਂਦੀਆਂ ਸੀ ਫਿਰ ਕਹਿੰਦੇ ਓਹੋ ਉਹ ਤਾਂ ਟੁੱਟੀ ਗਈ ਅੱਛਾ ਹੁਣ ਤੁਸੀਂ ਆਹ ਮੈਨੂੰ ਇੱਕ ਗੱਲ ਯਾਦ ਕਰਾਈ ਵੀ ਉਹ ਜਿਹੜੀ ਤੁਸੀਂ ਖਾਂਦੇ ਹੁੰਦੇ ਸੀ ਕੀ ਕਹਿੰਦੇ ਹੁੰਦੇ ਸੀ ਖੰਡ ਖੰਡ ਵੀ ਖੰਡ ਕਟੋ ਮਿਸਰੀਏ ਖੰਡ ਮਿੱਠੀਏ ਖੰਡ ਮਿਸਰੀਏ ਪਤਾ ਨਹੀਂ ਖੰਡ ਮਿੱਠੀਏ ਕੁਝ ਤਾਂ ਕਹਿੰਦੇ ਸੀ ਖੰਡ ਮਿੱਠੀਏ ਕਹਿੰਦੇ ਹੁੰਦੇ ਸੀ ਖੰਡ ਮਿੱਠੀਏ ਖੰਡ ਮਿੱਠੀਏ ਖੱਟੇ ਮਿੱਠੀਏ ਹੁੰਦੇ ਸੀ ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਆਪਾਂ ਦੇਸੀ ਗੁਲਾਬ ਹੁੰਦਾ ਸੀ ਹਾਂ ਹੈਨਾ ਦੇਸੀ ਗੁਲਾਬ ਜਦੋਂ ਉਹ ਫੁੱਲ ਚੜ ਜਾਂਦਾ ਹਾਂ
ਉਦੋਂ ਬਾਅਦ ਚੋਂ ਉਹਦੀ ਇੱਕ ਗਿਲਟੀ ਜੀ ਰਹਿ ਜਾਂਦੀ ਨਮੋਲੀ ਜੀ ਉਹ ਹਨਾ ਗੋਲ ਜਿਹਾ ਰਹਿ ਜਾਂਦਾ ਨਾ ਫਲ ਜਿਹਾ ਹੁਣੀ ਮੈਂ ਕੱਟ ਕੇ ਛੱਟੇ ਨੇ ਹਨਾ ਫਿਰ ਉਹ ਥੋੜਾ ਜਿਹਾ ਜਦੋਂ ਔਰੇਂਜ ਹੋ ਜਾਂਦਾ ਹੁੰਦਾ ਨਾ ਇੱਕ ਤਾਂ ਇਸ ਸਮੇਂ ਤੇ ਔਰੇਂਜ ਹੁੰਦਾ ਹਾਂਜੀ ਤੇ ਉਹ ਜਦੋਂ ਤੁਸੀਂ ਨਾਲੋ ਨਾਲੋ ਖਾਓ ਤੇ ਉਹ ਬਹੁਤ ਸਵਾਦ ਹੁੰਦਾ ਮੈਂ ਉਹ ਖਾਧਾ ਜਿਵੇਂ ਤੁਸੀਂ ਆਹ ਖੰਡ ਕਟੋਰੀ ਖਾਧੀ ਖੰਡ ਮਿੱਠੀਏ ਖੰਡ ਮਿੱਠੀਏ ਖਾਧੀ ਆ ਤੇ ਉਹ ਵੀ ਮੈਂ ਉਹ ਬਹੁਤ ਵਾਰੀ ਖਾਧਾ ਤੇ ਉਹ ਬੜਾ ਸਵਾਦ ਹੁੰਦਾ ਨਾ ਤਾਂ ਬਹੁਤਾ ਹੀ ਮਿੱਠਾ ਹੁੰਦਾ ਤੇ ਨਾ ਹੀ ਬਹੁਤਾ ਇੱਦਾਂ ਤਾਂ ਖੱਟਾ ਮਿੱਠਾ ਜਿਹਾ ਹੀ ਹੁੰਦਾ ਪਰ ਜ਼ਿਆਦਾ ਕਰਕੇ ਟੁਵਾਰਡਸ ਮਿੱਠੀ ਸਾਈਡ ਤੇ ਉਹ ਬਹੁਤ ਸਵਾਦ ਲੱਗਦਾ ਕੀ ਬਾਤ ਆ ਵੀ ਗੁਲਾਬ ਦਾ ਫੁੱਲ ਉਹ ਤਾਂ ਬੜਾ ਵਧੀਆ ਹੁੰਦਾ ਗਲਕੰਦ ਅੱਗੇ ਬਣਾਉਂਦੇ ਹੁਣ ਤਾਂ ਚਲੋ ਗਲਕੰਦ ਫੁੱਲਾਂ ਦੀ ਤਾਂ ਗਲਕੰਦ ਹੈ ਨਾ ਜਿਹੜੀ ਉਹ ਡੋਡੀ ਜੀ ਇੱਕ ਬਚ ਜਾਂਦੀ ਆ ਉਹ ਫਿਰ ਔਰੇਂਜ ਹੋ ਜਾਂਦੀ ਆ ਸੰਤਰੀ ਜੀ ਹੋ ਜਾਂਦੀ ਆ ਉਹ ਫਿਰ ਸਾਰੀ ਦੀ ਚਿਥਣੀ ਉਹਨੂੰ ਬਸ ਪਾਸੇ ਪਾਸੇ ਉਹਨਾਂ ਉਹਨਾਂ ਹੀ ਉਹਦਾ ਲਾ ਕੇ ਬਸ ਤੁਸੀਂ ਐਂ ਥੋੜ੍ਹੀਆਂ ਥੋੜ੍ਹੀਆਂ ਦੰਦੀਆਂ ਵੱਢੀ ਜਾਣੀਆਂ ਲਓ ਭਾਈ ਜੇ ਕੋਈ ਸਾਡੇ ਏਰੀਏ ਦਾ ਹੈਗਾ ਤਾਂ ਖਾਸ ਕਰਕੇ ਮੈਨੂੰ ਖੰਡ ਮਿੱਠੀ ਇਹ ਦੱਸੋ ਵੀ ਇਕੱਲੇ ਸਾਡੇ ਪਿੰਡ ਹੀ ਸੀਗੇ ਉਹ ਹੋਰ ਪਿੰਡਾਂ ਦੇ ਵਿੱਚ ਵੀ ਸੀਗੇ ਕਿਸੇ ਹੋਰ ਏਰੀਏ ਦੇ ਵਿੱਚ ਵੀ ਸੀਗੇ ਜਿੱਦਾਂ ਬਰਸੀਮ ਹੁੰਦਾ ਬਰਸੀਮ ਵਾਂਗੂ ਹੁੰਦੇ ਸੀਗੇ ਤੇ ਪੀਲੇ ਜਿਹੇ ਫੁੱਲ ਹੁੰਦੇ ਸੀ ਉਹਦੇ ਤੇ ਸੋ ਜੇ ਕਿਸੇ ਨੇ ਉਹ ਖਾਧੇ ਆ ਅਸੀਂ ਕਾਲੇ ਨੂਣ ਨਾਲ ਖਾਂਦੇ ਹੁੰਦੇ ਸੀ ਉਹ ਅੱਛਾ ਸਕੂਲੋਂ ਜਾਣਾ ਮੈਨੂੰ ਮੈਂ 2000 ਦੀ ਗੱਲ ਕਰਦਾ 24 ਸਾਲ ਹੋ ਗਏ ਪਰ ਮੈਂ ਹੁਣ ਵੀ ਉਹਨਾਂ ਦਾ ਜਦੋਂ ਮੈਂ ਹੁਣ ਗੱਲ ਕਰਦਾ ਸਵਾਦ ਆ ਗਿਆ ਮੂੰਹ 'ਚ ਮੈਨੂੰ ਇੱਥੋਂ ਨਹੀਂ ਖੱਟਾ ਜਿਹਾ ਫੀਲ ਹੁੰਦਾ ਆਪਾਂ ਨੂੰ ਬਿਲਕੁਲ ਮੈਨੂੰ ਉਹ ਫੀਲ ਹੋ ਗਿਆ ਕਿੱਥੇ ਲੱਗੇ ਹੁੰਦੇ ਸੀ ਮੈਂ ਉਹ ਕਾਰਨਰ ਵੀ ਮੇਰੇ ਯਾਦ ਆ ਤੇ ਕਿਵੇਂ ਅਸੀਂ ਤੁਰ ਕੇ ਜਾਂਦੇ ਹੁੰਦੇ ਸੀ ਕਿੱਦਾਂ ਲੂਣ ਨਾਲ ਪੈ ਕੇ ਖਾਂਦੇ ਹੁੰਦੇ ਸੀ ਕਿ ਮੈਨੂੰ ਸਾਰਾ ਯਾਦ ਆ ਗਿਆ ਸੀਨ ਉਹ ਹੁਣ ਹੈ ਨਹੀਂ ਉਹ ਚੀਜ਼ਾਂ ਤਾਂ ਮਰ ਗਈਆਂ ਕਿਉਂਕਿ ਰੇਹਾਂ ਸਪਰੇਆਂ ਬਹੁਤ ਕਰਨ ਲੱਗ ਗਏ ਲੋਕ ਉਹ ਰੇਹਾਂ ਸਪਰੇਆਂ ਨੇ ਨਾ ਬੜੀਆਂ ਇੱਦਾਂ ਦੀਆਂ ਜੜੀ ਬੂਟੀਆਂ ਜਿਹੜੀਆਂ ਆਮ ਘਰਾਂ ਦੇ ਵਿੱਚ ਆਪਣੇ ਕੰਮ ਆਉਂਦੀਆਂ ਹੁੰਦੀਆਂ ਸੀਗੀਆਂ ਉਹ ਜੜੀ ਬੂਟੀਆਂ ਬਹੁਤ ਤਰ੍ਹਾਂ ਦੀਆਂ ਖਰਾਬ ਹੋ ਗਈਆਂ ਹੁਣ ਉਹ ਸਪਰੇਆਂ ਨੇ ਖਰਾਬ ਕਰਤੀਆਂ ਗੱਲ ਆਪਾਂ ਕੋਲ ਲੈਂਦੇ ਜੀ ਆਇਆਂ ਨੂੰ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਟੀਵੀ ਦੀ ਆਵਾਜ਼ ਆਪਣੇ ਦੀ ਬੰਦ ਕਰ ਲਓ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਹਾਂਜੀ ਸੁਣਦੇ ਆ ਜੀ ਤੁਹਾਨੂੰ ਟੀਵੀ ਦੀ ਆਵਾਜ਼ ਆਪਣੇ ਦੀ ਬੰਦ ਕਰ ਲਓ ਜੀ ਹਾਂਜੀ ਇਹ ਰੱਤੀਆਂ ਜਿਹੜੀਆਂ ਹੈ ਨਾ ਹਾਂਜੀ ਇਹ ਪਹਾੜਾਂ 'ਚ ਵੀ ਹੁੰਦੀਆਂ ਪਹਾੜਾਂ 'ਚ ਹਾਂ ਹਾਂ ਇਹ ਹੁੰਦੀਆਂ ਇਹ ਨਿੱਕੀ ਨਿੱਕੀ ਜੀ ਝਾੜੀ ਨੂੰ ਹੀ ਲੱਗਦੀਆਂ ਵਾ ਜੀ ਹਾਂਜੀ ਜੀ ਤੇ ਇਹ ਜਿੱਦਾਂ ਉਹਨਾਂ ਨੇ ਦੱਸਿਆ ਇੱਦਾਂ ਹੀ ਇੱਕ ਪਾਸਿਓਂ ਕਾਲੀ ਹੁੰਦੀ ਆ ਤੇ ਇੱਕ ਪਾਸਿਓਂ ਰੈੱਡ ਹੁੰਦੀ ਆ ਬਹੁਤ ਸੋਹਣੀਆਂ ਹੁੰਦੀਆਂ ਦੇਖਣ ਨੂੰ ਜਿਹੜੀ ਫਲਾਈ ਆ ਨਾ ਇਹਦੀ ਲੱਕੜ ਬਹੁਤ ਹਾਰਡ ਹੁੰਦੀ ਆ ਉਹ ਅੱਛਾ ਜੀ ਹਾਂਜੀ ਫਲਾਈ ਦੀ ਲੱਕੜ ਹਾਰਡ ਹੁੰਦੀ ਹਾਂ ਇਹਦੀ ਸਾਡੇ ਕਿਸੇ ਦੇ ਸਾਹਮਣੇ ਘਰ 'ਚ ਲੱਗੀ ਹੋਈ ਸੀ ਕਹਿਣਾ ਉੱਥੋਂ ਦਫ਼ਤਰਾਂ ਲਿਆਓ ਜਾ ਕੇ ਔਰ ਇਹਦੇ ਪੱਤੇ ਕਿੱਕਰ ਨਾਲੋਂ ਵੀ ਬਹੁਤ ਬਰੀਕ ਬਰੀਕ ਹੁੰਦੇ ਆ ਹਾਂਜੀ ਬਹੁਤ ਖੂਬ ਜੀ ਬਹੁਤ ਸੋਹਣੀ ਜਾਣਕਾਰੀ ਤੁਸੀਂ ਦਿੱਤੀ ਥੈਂਕ ਯੂ ਬਹੁਤ ਸ਼ੁਕਰੀਆ ਥੈਂਕ ਯੂ ਜੀ 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 ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਪੁੱਤਰ ਜੀ ਸਤਿ ਸ਼੍ਰੀ ਅਕਾਲ ਜੀ ਖੰਡ ਮਿੱਠੀਏ ਨਾ ਕਹੋ ਪੁੱਤਰ ਜੀ ਹਾਂਜੀ ਖੱਟ ਮਿੱਠੀਏ ਖੱਟ ਮਿੱਠੀਏ ਉਹ ਮੈਂ ਦੇਖੋ ਜੀ ਮੈਨੂੰ ਨਾ ਹਾਂਜੀ ਸੋਰੀ ਸੋਰੀ ਤੁਹਾਡੀ ਗੱਲ ਵਿਚਾਲਾ ਮੈਨੂੰ ਨਾ ਮੈਂ 24 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ ਤਾਂ ਹੀ ਮੈਂ ਕਹਿੰਦਾ ਸੀ ਵੀ ਕੀ ਨਾ ਹੁੰਦਾ ਕੁਛ ਇਦਾਂ ਜਿਹਾ ਖੱਟ ਮਿੱਠੀ ਹੁੰਦੇ ਸੀ ਖੰਡ ਮਿੱਠੀ ਹੁੰਦੇ ਸੀ ਕੁਛ ਇਦਾਂ ਹੁੰਦੇ ਸੀ ਖੱਟ ਮਿੱਠੀ ਹੁੰਦੇ ਤੇ ਸਾਡੇ ਜਿਹੜਾ ਮੇਰਾ ਸਕੂਲ ਸੀ ਨਾ ਤੇ ਮੈਂ ਟੀਚਿੰਗ ਕਰਦੀ ਸੀ ਹਾਂਜੀ ਉੱਥੇ ਬੈਕ ਸਾਈਡ ਤੇ ਜ਼ਮੀਨ ਸੀਗੀ ਤੇ ਉਹਦੇ ਚ ਬੰਬੀ ਲੱਗੀ ਹੋਈ ਸੀਗੀ ਉਹ ਜਦੋਂ 12 ਕੁ ਵਜੇ ਚਲਾਉਂਦੇ ਸੀ ਤੇ ਰੀਸੈਸ ਹੁੰਦੀ ਸੀ ਸਕੂਲ ਦੇ ਵਿੱਚ ਅੱਧਾ ਸਕੂਲ ਤੇ ਨਹਾਉਣ ਗਿਆ ਹੁੰਦਾ ਸੀ ਤਾਂ ਖੱਟ ਮਿੱਠੀਏ ਖਾਣ ਜਾਂਦਾ ਸੀ ਕੰਧ ਟੱਪ ਕੇ ਉਹ ਫਿਰ ਮਤਲਬ ਏਦਾਂ ਜਦੋਂ ਵੀ ਜਿਹਦੇ ਆਉਣਾ ਤੇ ਹਰ ਇੱਕ ਦੇ ਉਹਦੇ ਵਿੱਚ ਹੱਥ ਦੇ ਵਿੱਚ ਇੱਕ ਭੁੱਕਾ ਵਰਗੇ ਹੁੰਦੇ ਨਾ ਜੀ ਬਿਲਕੁਲ ਬਿਲਕੁਲ ਭੁੱਕਾ ਵਰਗੇ ਹੁੰਦੇ ਹਾਂਜੀ ਹਾਂ ਉਹ ਹਰ ਕਦੇ ਹੱਥ ਵਿੱਚ ਉਹ ਖੂਬ ਫੜੇ ਹੋਣੇ ਤੇ ਆਰਾਮ ਨਾਲ ਕਿੱਥੇ ਗਿਆ ਸੀ ਪੁੱਤ ਕਿੱਥੇ ਗਿਆ ਸੀ ਤੁਸੀਂ ਇੰਨੇ ਲੇਟ ਕਿਉਂ ਹੋ ਗਏ ਆਂਟੀ ਜੀ ਅਸੀਂ ਨਾਲੇ ਨਹਾ ਕੇ ਆਏ ਆ ਨਾਲੇ ਖੱਟ ਮਿੱਠੀਏ ਲੈ ਕੇ ਆਏ ਆ ਬਿਲਕੁਲ ਸਹੀ ਕਿਹਾ ਜੀ ਬਿਲਕੁਲ ਸਹੀ ਕਿਹਾ ਇਦਾਂ ਹੁੰਦੇ ਬੱਚੇ ਜ਼ਿਆਦਾ ਖਾਂਦੇ ਹੁੰਦੇ ਸੀ ਹਾਂਜੀ ਹਾਂਜੀ ਮੈਂ ਤਾਂ ਤੁਹਾਨੂੰ ਯਾਦ ਕਰਾਇਆ ਮੈਂ ਕਿਹਾ ਖੰਡ ਨਹੀਂ ਖੱਟ ਮਿੱਠੀਏ ਮੈਂ ਦੱਸ ਦਿਆਂ ਇੱਕ ਨਾ ਮੇਰੇ ਸਾਨਣ ਲਾ ਮੇਰੇ ਕੋਲ ਹੈਗੇ ਜੀ ਹੈ ਜੀ ਉਹ ਮੈਨੂੰ ਮਲਾ ਮਲਾ ਕੇ ਫਟਾਫਟ ਦੇਈ ਜਾਂਦੇ ਵੀ ਕਰੋ ਤੁਸੀਂ ਠੀਕ ਕਰੋ ਗੱਲ ਜਾਣਕਾਰੀ ਬਹੁਤ ਹੈ ਜੀ ਇਹ ਜਾਣਕਾਰੀ ਨਾ ਸਾਨੂੰ ਕਿਤਾਬਾਂ ਚੋਂ ਨਹੀਂ ਮਿਲਣੀ ਹੁਣ ਅਸੀਂ ਕਹਿੰਦੇ ਸੀ ਗੂਗਲ ਤੇ ਸਾਰਾ ਕੁਝ ਲੱਭ ਲੈਣੀ ਇਹ ਜਾਣਕਾਰੀ ਜਿਹੜੇ ਖੇਤਾਂ ਦੇ ਬੰਨਿਆ ਬੰਨਿਆ ਤੇ ਭੁੱਕਾ ਵਰਗੇ ਬਹੁਤ ਲੱਗ ਜਾਂਦੇ ਹੁੰਦੇ ਆਪੇ ਉਹ ਜਾਂਦੇ ਹੁੰਦੇ ਆ ਬਹੁਤ ਟੇਸਟੀ ਹੁੰਦੇ ਆ ਬਿਲਕੁਲ ਬਿਲਕੁਲ ਵਾਹ ਜੀ
ओके जी, मेरे बहुत बहुत कॉल प्यार करते रहा करो, बड़ा वधिया लगे जी तुहाडे नाल गल करके। अच्छा जी, बहुत बहुत प्यार, बहुत बहुत धन्यवाद जी, तुहाडा बहुत धन्यवाद, बहुत बहुत प्यार, तुहाडा प्रोग्राम बहुत वधिया हुंदा, धन्यवाद जी, बहुत धन्यवाद। ਤੇ ਨਾਲੇ ਜੀ ਧੰਨਵਾਦ ਤੁਹਾਡੇ ਸਾਨਿੰਦਲਾ ਦਾ ਵੀ ਕਰਦੇ ਆ। ਬਿਲਕੁਲ, ਇਹ ਵੀ ਬਹੁਤ ਨਾ ਇੱਕ ਬਹੁਤ ਵੱਡੀ ਇੱਕ ਇਨਕਰੇਜਮੈਂਟ ਹੁੰਦੀ ਆ ਹਨਾ, ਕਿਉਂਕਿ ਬਜ਼ੁਰਗ ਕਈ ਵਾਰੀ ਗੱਲ ਕਰਨੀ ਚਾਹੁੰਦੇ ਹੁੰਦੇ ਆ, ਕਈ ਵਾਰੀ ਵੈਸੇ ਚਲੋ ਛੱਡੋ ਵੀ ਹੁਣ ਕੀ ਕਰਨੀ ਹਨਾ, ਤੇ ਮੇਰੇ ਮਾਤਾ ਜੀ ਵੀ ਇਦਾਂ ਹੀ ਆ, ਸੋ ਕਈ ਵਾਰੀ ਹੁੰਦਾ ਵੀ ਚਲੋ ਚਲੋ ਕੋਈ ਗੱਲ ਨੀ, ਸੁਣੀ ਜਾਂਦੇ ਆ ਹਨਾ। ਅੱਛਾ, ਪਤਾ ਬਹੁਤ ਕੁਛ ਹੁੰਦਾ ਆ, ਤੇ ਫਿਰ ਜੇ ਬੱਚਿਆਂ ਚੋਂ ਕੋਈ ਖਾਸ ਮਿਲਾ ਕੇ ਕਵੇ ਨਾ, ਫਿਰ ਮਾਪਿਆਂ ਨੂੰ ਚੰਗਾ ਵੀ ਬਹੁਤ ਲੱਗਦਾ ਵੀ ਅਸੀਂ ਹੋਰ ਗੱਲਬਾਤ ਕਰੀਏ। ਭਾਈ ਤੁਹਾਡੇ ਸਾਨਿੰਦਲਾ ਦਾ ਵੀ ਬਹੁਤ ਅਸੀਂ ਧੰਨਵਾਦ ਕਰਦੇ, ਤੇ ਤੁਹਾਡਾ ਤਾਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦੇ, ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ। ਬਿਲਕੁਲ ਜੀ, ਜਿੱਦਾਂ ਲਵੀ ਜੀ ਤੁਸੀਂ ਕਿਹਾ ਨਾ ਵੀ ਇਹ ਜਾਣਕਾਰੀ ਸਾਨੂੰ ਕਿਤਾਬਾਂ 'ਚੋਂ ਨਹੀਂ ਮਿਲਦੀ, ਇਹ ਜੇ ਹੁਣ ਖੰਡ ਮਿੱਠੀਏ ਜਿਹੜੇ ਨੇ ਕਿਤੇ ਵੀ ਕਿਤਾਬ 'ਚ ਨਹੀਂ ਕਿਤੇ ਵੀ ਲਿਖੇ ਹੋਣੇ, ਕਿਤੇ ਕਿਤੇ ਲੱਭਣੇ ਨਹੀਂ ਆਪਾਂ ਨੂੰ ਇਹ, ਜਿਹਨਾਂ ਨੂੰ ਬਸ ਯਾਦ ਆ, ਜਿਹਨਾਂ ਨੇ ਉਹ ਖਾਧੇ ਨੇ, ਜਿਹਨਾਂ ਨੂੰ ਯਾਦ ਆ ਵੀ ਜਿਹਨਾਂ ਨੇ ਸੁਣੇ ਨੇ, ਉਹਨਾਂ ਨੂੰ ਹੀ ਪਤਾ। ਸੋ ਤੁਸੀਂ ਜਾਣਕਾਰੀ ਬੜੀ ਵਧੀਆ ਦਿੱਤੀ ਜੀ ਇਹਦੇ ਨਾਲ। ਚਲੋ ਆਪਾਂ ਨੂੰ ਕਈ ਪਰਿਵਾਰ ਨੂੰ ਹੋਣਾ ਵੀ ਕਿ ਜਿਹਨਾਂ ਨੇ ਨਹੀਂ ਦੇਖੋ ਉਹਨਾਂ ਕਹਿਣਾ ਨਹੀਂ 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 ਰਫਤਾਰ ਐਵੇਂ ਛੱਡੀ ਜਾਂਦੇ, ਕੋਈ ਚੀਜ਼ ਨਹੀਂ ਹੁੰਦੀ, ਗਵਾਹੀ ਪੈ ਗਈ, ਸੱਚੀ ਹੁੰਦੇ ਸੀ ਗਵਾਹੀ ਪੈ ਗਈ, ਖੱਟ ਮਿੱਠੀ ਖੱਟ ਖੱਟ ਮਿੱਠੀ ਹੈ, ਹਾਂ ਖੱਟ ਮਿੱਠੀ, ਫਿਰ ਖੱਟ ਮਿੱਠੀ ਤਾਂ ਗੱਲ ਬਣੀ, ਕਿਉਂਕਿ ਮੈਂ ਕਰਕੇ ਮੈਂ ਭੁੱਲ ਗਿਆ, ਮੇਰੇ ਦਿਮਾਗ 'ਚ ਨਹੀਂ ਸੀ, ਪਰ ਮੈਂ ਜਿਵੇਂ ਨੇੜੇ ਤੇੜੇ ਸੀਗਾ ਆਪਾਂ ਕਹ ਲੈਂਦੇ ਜੀ ਜ਼ਰੂਰ ਜੀ। ਜੀ ਆਇਆਂ ਨੂੰ ਜੀ, ਤੁਹਾਨੂੰ ਸਾਂਝਾ ਟੀਵੀ ਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਫਤਾਰ ਜੀ, ਸਤਿ ਸ਼੍ਰੀ ਅਕਾਲ ਜੀ, ਹਾਲ ਆ ਸੋਹਣੇ ਸੋਹਣੇ ਲਵੀ ਭੈਣ ਜੀ, ਕੀ ਹਾਲ ਆ? ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਦੱਸੋ ਜੀ। ਬਹੁਤ ਵਧੀਆ, ਬਹੁਤ ਦੇਰ ਬਾਅਦ ਦੇਖਿਆ ਤੁਹਾਨੂੰ, ਕਿੱਦਾਂ ਠੀਕ ਹੋ ਜੀ, ਸਿਹਤ ਤਾਂ ਠੀਕ ਆ? ਢਿੱਲਾ ਕਰਕੇ ਨੀ ਗੱਲ ਹੋਈ, ਕੀ ਹੋ ਗਿਆ ਜੀ? ਕੀ ਢਿੱਲਾ ਜਿਹਾ ਹੋ ਗਿਆ ਸੀ, ਹੁਣ ਠੀਕ ਆ ਮਹਾਰਾਜ ਜੀ ਕਿਰਪਾ। ਚਲੋ ਵਧੀਆ ਵਧੀਆ, ਧਿਆਨ ਰੱਖਿਆ ਕਰੋ ਆਪਣੀ ਸਿਹਤ ਦਾ ਜੀ। ਹਾਂ ਹਾਂ, ਹੋਰ ਸਰ ਇੰਡੀਆ ਦਾ ਕੀ ਕੀ ਖਿਆਲ ਆ ਵੀ ਮੇਰੇ ਛੋਟੇ ਭਾਈ? ਕਾਹਦਾ ਜੀ? ਉਹ ਕਹਿੰਦੇ ਲੜਾਈ ਝਗੜੇ ਜੇ ਬਹੁਤ ਹੋਈ ਜਾਂਦੇ ਨੇ। ਚੱਲੀ ਜਾਂਦਾ ਜੀ ਉਹ, ਜਿੰਨਾ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ 'ਤੇ ਜਿੰਨਾ ਦੇਖੀਏ ਉਨਾ ਬਹੁਤ ਲੱਗਦਾ ਹੁੰਦਾ, ਪਰ ਜਦੋਂ ਉੱਥੇ ਜਾ ਕੇ ਦੇਖਦੇ ਹਾਂ ਫਿਰ ਐਂ ਲੱਗਦਾ ਹੁੰਦਾ ਵੀ ਨਹੀਂ ਯਾਰ ਠੀਕ ਹੀ ਆ ਸਾਰਾ ਕੁਛ। ਉਹ ਸੋਸ਼ਲ ਮੀਡੀਆ 'ਤੇ ਤੁਹਾਨੂੰ ਪਤਾ ਜੀ ਨਿਊਜ਼ਾਂ 'ਚ ਇੱਦਾਂ ਦਾ ਚੱਲੀ ਜਾਂਦਾ ਸਿਸਟਮ, ਜਦੋਂ ਪਿੰਡਾਂ 'ਚ ਜਾਂਦੇ ਹਾਂ ਜੀ ਉੱਥੇ ਕਿਸੇ ਨੂੰ ਕਹਿੰਦਾ ਸਿਰ ਖੁਰਕਣ ਦੀ ਵਿਹਲ ਨਹੀਂ, ਜੱਟ ਨੂੰ ਡੇਟ 'ਤੇ ਕਿੱਥੋਂ ਆ ਜਾਂਗੇ, ਉੱਥੇ ਤਾਂ ਐਂ ਲੱਗਦਾ ਵੀ ਕਿਸੇ ਨੂੰ ਸਿਰ ਖੁਰਕਣ ਦੀ ਵਿਹਲ ਹੀ ਨਹੀਂ, ਪਰ ਜਦੋਂ ਸੋਸ਼ਲ ਮੀਡੀਆ 'ਤੇ ਦੇਖਦਾ ਫਿਰ ਐਂ ਲੱਗਦਾ ਵੀ ਲੋਕ ਵਿਹਲੀ ਤੁਰੇ ਫਿਰਦੇ ਆ। ਰਫਤਾਰ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਰਫਤਾਰ ਕੀ ਕਰਦਾ, ਮੈਂ ਕਿਹਾ ਉਹ ਐਰੋਨੋਟਿਕਲ ਇੰਜੀਨੀਅਰ ਆ, ਕਹਿੰਦਾ ਉਹ ਕੀ ਹੁੰਦਾ ਵਾ, ਮੈਂ ਕਿਹਾ ਤੂੰ ਪੁੱਛੇ ਤੈਨੂੰ ਬੰਦਾ, ਮੈਂ ਕਿਹਾ ਦੱਸੋ, ਬਹੁਤ ਪੜ੍ਹਿਆ ਲਿਖਿਆ ਵਾ, ਮੈਂ ਕਿਹਾ ਭੈਣ ਜੀ ਦੱਸਣਗੇ, ਭੈਣ ਜੀ ਹੈਲਪ ਕਰਨਗੇ। ਕਹਿੰਦਾ ਉਹ ਕੀ ਹੁੰਦਾ, ਮੈਂ ਕਿਹਾ ਜਹਾਜ਼ ਬਣਾਉਂਦਾ ਵਾ, ਮੈਂ ਕਿਹਾ ਸ਼ੁਰੂ ਕਰਨਾ ਚਾਹੁੰਦਾ। ਪੜ੍ਹੇ ਲਿਖੇ ਨੇ ਉਹ ਬੰਦਾ ਨਾ ਪਜਲ ਹੀ ਹੋ ਗਿਆ, ਕਹਿੰਦਾ ਅੱਛਾ, ਮੈਂ ਕੈਲੀਫੋਰਨੀਆ ਵੀ ਗਿਆ ਉੱਥੇ ਸੀਗਾ ਯੂਨੀਵਰਸਿਟੀ, ਕਹਿੰਦੇ ਤੁਸੀਂ ਜਾਣਾ ਸੀ ਯੂਨੀਵਰਸਿਟੀ? ਯੂਨੀਵਰਸਿਟੀ ਜਾਵਾਂਗੇ ਹਾਂਜੀ ਜੀ, ਨਵੰਬਰ ਚ ਨਾ, ਨਵੰਬਰ ਚ ਹਾਂਜੀ, ਆਪਣੇ ਬੀਸੀ ਵਧੀਆ ਹੁੰਦਾ ਉੱਥੇ, ਥੋੜਾ ਜਿਆਦਾ ਵਧੀਆ। ਗੇੜਾ ਮਾਰ ਲੋ ਭੈਣ ਜੀ, ਤੁਸੀਂ ਸਾਰਾ ਕਰਦੇ ਰਹਿੰਦੇ, ਮੈਂ ਕੈਲਗਰੀ ਵੀ ਜਾਊਂਗੀ, ਮੈਂ ਉੱਥੇ ਵੀ ਜਾਊਂਗੀ, ਨਗਰ ਕੀਰਤਨ ਤੇ ਆਉਣਾ ਅਸੀਂ, ਨਹੀਂ ਨਹੀਂ ਸਾਡੇ ਪਿੰਡ, ਤੁਹਾਡੇ ਪਿੰਡ ਵੀ ਆ ਜਾਵਾਂਗੇ ਜੀ, ਜ਼ਰੂਰ ਰੱਬ ਸਬਬ ਬਣਾਊਗਾ, ਜ਼ਰੂਰ ਆਵਾਂਗੇ, ਜ਼ਰੂਰ ਆਵਾਂਗੇ, ਆਟੋ ਵਾਜਾ ਮੰਗੇ ਰਾਜਧਾਨੀ ਨਾਲੇ ਡੂਡੂ ਨੂੰ ਮਿਲਾਵਾਂਗੇ। ਰਫਤਾਰ ਸਿੰਘ ਜੀ, ਲਵੀ ਪੰਨੂ ਬੇਟਾ, ਸਤਿ ਸ੍ਰੀ ਅਕਾਲ। ਅੰਮ੍ਰਿਤਪਾਲ ਸਿੰਘ ਢਿੱਲੋਂ ਕਹਿੰਦੇ ਪੰਜਾਬ ਵਿੱਚ ਨਿੰਮ ਹੁਣ ਸੁੱਕਣ ਲੱਗ ਗਏ ਹਨ ਜੀ। ਸਤਦੇਵ ਸ਼ਰਮਾ ਜੀ ਕਹਿੰਦੇ ਰਫਤਾਰ ਸਿੰਘ ਜੀ ਕਰੀਰ ਵੀ ਹੁੰਦਾ ਇੱਕ, ਹਨਾ ਕਰੀਰ ਕਰੀਰ, ਤੇ ਇੱਕ ਕਲੈਕਸ਼ਨ ਕਰਕੇ ਕੋਈ ਅਕਾਊਂਟ ਉੱਥੋਂ ਆਇਆ, ਕਹਿੰਦੇ ਵੀਰ ਜੀ ਸਤਿ ਸ਼੍ਰੀ ਅਕਾਲ। ਪਰਮਿੰਦਰ ਸਿੰਘ ਨੱਤ ਕਹਿੰਦੇ ਜੀ ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਕੰਡੋਲਾ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਅਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਆ। ਭੂਰਾ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ। ਹਰਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ।
ਤੇ ਇੱਕ ਜਿਹੜੀ ਗੱਲਬਾਤ ਆ ਉਹ ਬਲਦੇਵ ਸਿੰਘ ਜੀ ਵੀ ਖੈਰ ਸਤਿ ਸ਼੍ਰੀ ਅਕਾਲ ਕਹਿੰਦੇ ਆ ਅਤੇ ਨਾਲ ਨਾਲ ਨਾ ਹਰਪ੍ਰੀਤ ਕੌਰ ਜੀ ਉਹ ਗੱਲ ਸਾਂਝੀ ਕਰਦੇ ਸੀ ਕਹਿੰਦੇ ਕਿੱਕਰ ਦੇ ਦਰਖਤ ਜਿਹੜੇ ਉਹਨਾਂ ਦੇ ਤੁੱਕਿਆਂ ਦਾ ਆਪਾਂ ਜ਼ਿਕਰ ਕੀਤਾ ਸੀ ਹੈ ਨਾ ਅਤੇ ਉਹ ਕਹਿੰਦੇ ਵੀ ਅੱਜ ਕੱਲ੍ਹ ਉਹ ਅਚਾਰ ਆ ਜਿਹੜਾ ਮਾਰਕੀਟ ਦੇ ਵਿੱਚ ਬੜਾ ਮਹਿੰਗਾ ਮਿਲਦਾ ਤੁੱਕਿਆਂ ਦਾ ਤੁੱਕਿਆਂ ਦਾ ਪੂਰਾ ਸਿੰਘ ਜੀ ਕਹਿੰਦੇ ਰਫਤਾਰ ਸਿੰਘ ਜੀ ਸਾਡੇ ਇਸ ਨੂੰ ਚਿਲਾਈ ਕਹਿੰਦੇ ਹਨ ਪੀਲੇ ਪੀਲੇ ਫੁੱਲ ਲੱਗਦੇ ਹਨ ਖੱਟ ਮਿੱਠੀ ਜੀ ਹੁੰਦੀ ਆ ਸਾਗ ਵਿੱਚ ਪਾਈ ਜਾਂਦੀ ਆ ਖੱਟ ਮਿੱਠੀ ਹੈ ਨਾ ਅਤੇ ਸੋ ਇਸ ਤਰੀਕੇ ਦੇ ਨਾਲ ਅਤੇ ਦਵਿੰਦਰ ਸਿੰਘ ਢੀਂਡਸਾ ਉਹ ਵੀ ਕਹਿੰਦੇ ਆ ਜੀ ਸਤਿ ਸ਼੍ਰੀ ਅਕਾਲ ਅਤੇ ਬਲਜੀਤ ਸਿੰਘ ਜੀ ਕਹਿੰਦੇ ਰਫਤਾਰ ਸਿੰਘ ਜੀ ਸੁਰਿੰਦਰ ਸਿੰਘ ਜੀ ਕਿਉਂ ਨਹੀਂ ਆਉਂਦੇ ਅੱਜ ਕੱਲ੍ਹ ਸੁਰਿੰਦਰ ਸਿੰਘ ਜੀ ਪੰਜਾਬ ਗਏ ਹੋਏ ਨੇ ਜੀ ਉਹਨਾਂ ਨਾਲ ਇੱਕ ਦੋ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਕਾਲ ਕਰਦਾ ਪੁੱਛਦਾ ਉਹਨਾਂ ਦਾ ਹਾਲ ਚਾਲ ਪੰਜਾਬ ਗਏ ਸੀਗੇ ਅਤੇ ਜਦੋਂ ਗਏ ਨੇ ਉਹ ਇਹ ਕਹਿ ਕੇ ਗਏ ਸੀਗੇ ਵੀ ਭਾਈ ਹੁਣ 6 ਮਹੀਨੇ ਸਾਲ ਉੱਥੇ ਲਾਵਾਂਗੇ ਅਤੇ ਖੁੱਲੀਆਂ ਛੁੱਟੀਆਂ ਲੈ ਕੇ ਗਏ ਸੀਗੇ ਜੀ ਜੇ ਉਹ ਵਾਪਸ ਮੁੜਿਆ ਤਾਂ ਜ਼ਰੂਰ ਉਹਨਾਂ ਨੂੰ ਕਾਲ ਕਰਾਂਗੇ ਅਤੇ ਕੱਲ੍ਹ ਨੂੰ ਅਪਡੇਟ ਤੁਹਾਨੂੰ ਜ਼ਰੂਰ ਦਿੰਦੇ ਹਾਂ ਬਿਲਕੁਲ ਜੀ ਅਤੇ ਜੇ ਮੇਰੇ ਤੋਂ ਕੋਈ ਨਾਂ ਰਹਿ ਗਿਆ ਜਾਂ ਫਿਰ ਮੈਨੂੰ ਲੱਗਦਾ ਗੁਰਮੇਲ ਸਿੰਘ ਗਿੱਲ ਦਾ ਮੈਂ ਜ਼ਿਕਰ ਨਹੀਂ ਕੀਤਾ ਸੋ ਉਹਨਾਂ ਨੂੰ ਵੀ ਭਾਈ ਸਤਿ ਸ਼੍ਰੀ ਅਕਾਲ ਅਤੇ ਗੱਲਬਾਤ ਇਹ ਹੁੰਦੀ ਆ ਵੀ ਜਦੋਂ ਅਸੀਂ ਆਪਸ ਦੇ ਵਿੱਚ ਕੋਈ ਗੱਲਾਂ ਬਾਤਾਂ ਕਰਦੇ ਹਾਂ ਹੈ ਨਾ ਕੁਛ ਇੱਕ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਕੋਲ ਕੋਈ ਸੋਰਸਿਸ ਹੁੰਦੇ ਆ ਜਾਂ ਅਸੀਂ ਕਿਤੋਂ ਲੱਭ ਲੈਂਦੇ ਮੈਂ ਕਿਤੋਂ ਗੱਲ ਸੁਣੀ ਹੁੰਦੀ ਜਾਂ ਰਫਤਾਰ ਜੀ ਦੀ ਸੋ ਆਪਸ 'ਚ ਅਸੀਂ ਸਾਂਝੀ ਕਰ ਲੈਂਦੇ ਹਾਂ ਪਰ ਕਈ ਵਾਰੀ ਸਾਡੇ ਜਿਹੜੇ ਰੈਫਰੈਂਸਿਸ ਹੁੰਦੇ ਆ ਨਾ ਤਾਂ ਸਾਡੇ ਕੋਲ ਸੋਸ਼ਲ ਮੀਡੀਆ 'ਤੇ ਜਾਣਕਾਰੀ ਹੁੰਦੀ ਆ ਨਾ ਸਾਡੇ ਕੋਲ ਕੋਈ ਅਜਿਹਾ ਮਾਧਿਅਮ ਹੁੰਦਾ ਉਹ ਮਾਧਿਅਮ ਹੈ ਜੀ ਤੁਸੀਂ ਸਾਰੇ ਜਿਹੜੇ ਖਾਸ ਕਰਕੇ ਸਾਡੇ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਉਹ ਸਮੇਂ ਦੇਖਿਆ ਜਦੋਂ ਸਾਰਾ ਕੁਛ ਹੀ ਹੁਣ ਤਾਂ ਆਪਾਂ ਕਹਿ ਦਿੰਦੇ ਨਾ ਔਰਗੈਨਿਕ ਬੜੇ ਮਾਣ ਨਾਲ ਕਹਿੰਦੇ ਆ ਅਤੇ ਉਦੋਂ ਬਾਏ ਡਿਫੋਲਟ ਸਾਰਾ ਕੁਛ ਹੀ ਔਰਗੈਨਿਕ ਹੁੰਦਾ ਸੀ ਬੱਚੇ ਵੀ ਔਰਗੈਨਿਕਲੀ ਪੜ੍ਹਦੇ ਸੀ ਅਤੇ ਜਿਹੜੇ ਆਪਣੇ ਘਰਾਂ ਦਾ ਸਿਸਟਮ ਉਹ ਵੀ ਔਰਗੈਨਿਕ ਜਿਹਾ ਹੁੰਦਾ ਸੀ ਕਿਸੇ ਨੇ ਪਰਵਾਹ ਨਹੀਂ ਕੀਤੀ ਸੀ ਵੀ ਬੱਚਾ ਖੇਡਦਾ ਡਿੱਗ ਪਿਆ ਅਤੇ ਉਹ ਵੀ ਲਿਬੜੇ ਤਿਬੜੇ ਨੇ ਆ ਕੇ ਰੋਟੀ ਦੀ ਪੂਰੀ ਫੜੀ ਅਤੇ ਉਹ ਖਾ ਲਈ ਹੈ ਨਾ ਅਤੇ ਕੋਈ ਇਹੋ ਜਿਹਾ ਨਹੀਂ ਜੀ ਸੈਨੇਟਾਈਜ਼ ਕਰ ਲਓ ਹੱਥ ਧੋ ਲਓ ਹੁਣ ਤੁਹਾਨੂੰ ਇੱਦਾਂ ਮਿੱਟੀ ਦੇ ਵਿੱਚ ਨਾ ਲਿਬੜ ਜਾਇਓ ਹੈ ਨਾ ਸੋ ਹਰ ਚੀਜ਼ ਉਦੋਂ ਖੁੱਲ੍ਹੇ ਢੰਗ ਨਾਲ ਖੁੱਲ੍ਹੇ ਦਿਲ ਨਾਲ ਹੁੰਦੀ ਸੀ ਮਾਸੂਮ ਜਿਹੇ ਲੋਕ ਸੀ ਮਾਸੂਮ ਜਿਹੀਆਂ ਗੱਲਾਂ ਜੀ ਮੇਰੀ ਨਾ ਮੈਨੂੰ ਗੱਲ ਯਾਦ ਆ ਗਈ ਜੀ ਸਿਸਟਰ ਦੀ ਡਾਟਰ ਪਹਿਲਾਂ ਮੈਂ ਖੱਟ ਮਿੱਠੀ ਦੀ ਖੰਡ ਮਿੱਠੀ ਦੀ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਖੱਟ ਮਿੱਠੀ ਹਾਂ ਉਹ ਨਾ ਘਰ ਦੇ ਵੀ ਕਈ ਵਾਰੀ ਕਹਿੰਦੇ ਹੁੰਦੇ ਸੀਗੇ ਬਈ ਹੋਰ ਠੀਕ ਦਿਨ ਵੀ ਤੁਸੀਂ ਖੱਟ ਮਿੱਠੀ ਖਾਇਆ ਉਹਦੇ ਨਾਲ ਖਾਣ ਨਾਲ ਨਾ ਹਜ਼ਮ ਬੜੇ ਜਿਹੜਾ ਕੁਛ ਖਾਧਾ ਪੀਤਾ ਹਜ਼ਮ ਬੜਾ ਆ ਜਾਂਦਾ ਸੀ ਉਹਦੇ ਨਾਲ ਢਕਾਰ ਜਿਹਾ ਆ ਜਾਂਦੇ ਸੀ ਐਂ ਲੱਗਦਾ ਸੀ ਵੀ ਭੁੱਖ ਲੱਗੇ ਘਰ ਜਾ ਕੇ ਖਾਓ ਖਾਣ ਤੋਂ ਬਾਅਦ ਐਂ ਲੱਗਦਾ ਵੀ ਘਰ ਜਾ ਕੇ ਰੋਟੀ ਖਾਈਏ ਇੱਕ ਤਾਂ ਉਹ ਗੱਲ ਦੂਜੀ ਗੱਲ ਨਾ ਮੇਰੀ ਸਿਸਟਰ ਦੀ ਜਿਹੜੀ ਡਾਟਰ ਛੋਟੀ ਜਦੋਂ 6 ਕੁ ਮਹੀਨਿਆਂ ਦੀ ਸੀਗੀ ਸਿਸਟਰ ਉਹਨਾਂ ਨੇ ਇੱਥੇ ਕਿਉਂਕਿ ਪਹਿਲਾਂ ਹੁੰਦਾ ਸੀਗਾ ਵੀ ਭਾਈ ਜਵਾਕਾਂ ਨਾਲ ਜਵਾਕਾਂ ਨੂੰ ਇੱਕ ਨੂੰ ਉੱਥੇ ਛੱਡਿਆ ਜਵਾਕ ਨੂੰ ਵੀ ਇੱਥੇ ਆ ਕੇ ਕੰਮ ਕਰ ਲਈਏ ਕੰਮ ਕਰਕੇ ਆਪਾਂ ਭਾਈ ਇਨਕਮ ਬਣਾ ਲਈਏ ਵੀ ਫਿਰ ਤੁਹਾਨੂੰ ਵੀ ਬੁਲਾਉਣਾ ਹੈ ਨਾ ਚਲੋ ਜੀ 6 ਮਹੀਨਿਆਂ ਦੀ ਸੀ ਉਹਨੂੰ ਨਿੱਕੀ ਜੀ ਨੂੰ ਉੱਥੇ ਛੱਡਿਆ ਸਾਡੇ ਕੋਲ ਹੈ ਨਾ ਅਤੇ ਜਦੋਂ ਉਹ 2 ਕੁ ਮਹੀਨੇ ਸਾਡੇ ਕੋਲ ਰਹਿਣ ਤੋਂ ਬਾਅਦ ਇੱਕ ਵਾਰੀ ਸਿੱਕ ਹੋ ਗਈ ਬਹੁਤ ਜ਼ਿਆਦਾ ਨਿੱਕੀ ਜੀ ਸੀਗੀ ਹੈ ਨਾ ਸਾਰੇ ਡਾਕਟਰਾਂ ਦੇ ਭਾਈ ਦਿਖਾਇਆ ਚੰਡੀਗੜ੍ਹ ਤੱਕ ਲੈ ਕੇ ਗਏ ਡਾਕਟਰ ਕਹਿੰਦੇ ਵੀ ਭਾਈ ਇਹ ਤਾਂ ਨਹੀਂ ਬਚਦੀ ਕੁੜੀ ਕਹਿੰਦੇ ਵੀ ਇਹ ਤਾਂ ਜ਼ਿਆਦਾ ਇਹਦਾ ਤਾਂ ਵਿਗੜਿਆ ਹੋਇਆ ਕੰਮ ਵੀ ਇਹ ਨਹੀਂ ਕੁੜੀ ਨੇ ਬਚਣਾ ਤੁਸੀਂ ਦਵਾਈ ਦੇ ਲਓ ਉਹਨੂੰ ਪਰ ਰਹੇ ਕਹਿੰਦੇ ਹੋਣਾ ਨਹੀਂ ਠੀਕ ਲਓ ਜੀ ਦਵਾਈ ਦਵੂਈ ਤਾਂ ਠੀਕ ਨਾ ਹੋਵੇ ਹੈ ਨਾ ਪਈ ਰਿਹਾ ਕਰੇ ਵਜਨ ਘੱਟ ਗਿਆ ਬਹੁਤ ਅੱਖਾਂ ਜਮੀ ਵਿੱਚ ਵੜ ਗਈਆਂ ਬਹੁਤ ਵੇਟ ਘੱਟ ਗਿਆ ਫਿਰ ਸਾਨੂੰ ਕਿਸੇ ਨੇ ਕਿਹਾ ਕਹਿੰਦੇ ਵੀ ਇੱਕ ਪੁੱਠ ਕੰਡਾ ਹੁੰਦਾ ਹੈ ਨਾ ਬੜਾ ਗਿੱਲਾ ਨੀ ਕਰਨਾ ਮਾੜਾ ਜਿਹਾ ਦੇਸੀ ਘਿਓ ਪਾਉਣਾ ਭੁੰਨ ਕੇ ਉਹਦਾ ਪਾਊਡਰ ਬਣਾ ਲਿਆ ਕਹਿੰਦੇ ਇੱਕ ਹਫ਼ਤਾ ਦੇ ਦਿਓ ਇੱਕ ਹਫ਼ਤੇ ਬਾਅਦ ਕਹਿੰਦੇ ਕੁੜੀ ਭੱਜ ਕੇ ਕੋਠੇ ਤੇ ਚੜੂ ਜਾ ਕੇ ਦੇਖੋ ਜੀ ਇੱਕ ਹਫ਼ਤਾ ਕੀ 6-5 ਕਾ ਦਿਨ ਦਿੱਤਾ ਪਤੰਗ ਚੜਾਉਂਦੀ ਫਿਰ ਲਓ ਜੀ ਆਹ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਕਿ ਮਾਰਤੀਆਂ ਸਪਰੇਆਂ ਨੇ ਇੱਕ ਕਾਲ ਲੈਂਦੇ ਆ ਜੀ 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 ਆਇਆਂ ਨੂੰ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਉਹ ਭਗਵਾਨ ਦੀਆਂ ਗੱਲਾਂ ਕਰਦੇ ਆ ਮੈਂ ਨਿਆਣੇ ਕਿ ਲਿਬੜੇ ਤੇ ਬੜੇ ਤਾਂ ਆਪਾਂ ਚਲੋ ਜ਼ਿਮੀਦਾਰਾਂ ਦੇ ਮਾੜਾ ਮੋਟਾ ਚਲੋ ਰੋਟੀ ਪਾਣੀ ਵਧੀਆ ਖਾਂਦੇ ਜਿਹੜੇ ਆ ਪਿੰਡਾਂ ਦੇ ਲੋਕ ਗਧੀਲਿਆਂ ਦੇ ਨਿਆਣੇ ਹੁੰਦੇ ਆ ਜਾਂ ਗੱਡੀਆਂ ਵਾਲਿਆਂ ਦੇ ਚਲੋ ਨੰਗੇ ਪੈਰੀ ਫਿਰਦੇ ਆ ਤੇ ਗਾਡਰਾਂ ਗਿਆ ਨਾ ਉਹਨਾਂ ਠੰਡ ਲੱਗਦੀ ਆ ਰੁੱਖੀ ਮਿਸੀ ਘਰਾਂ ਤੋਂ ਮੰਗ ਮੰਗ ਕੇ ਰੋਟੀਆਂ ਖਾਂਦੇ ਆ ਉਹ ਕਿਆ ਬਾਤ ਆ ਬਿਲਕੁਲ ਸਹੀ ਜੀ ਤੇ ਗਾਡਰਾਂ ਵਰਗੇ ਸਰੀਰ ਹੁੰਦੇ ਆ ਨੰਗੇ ਪੈਰਾਂ 'ਚ ਘੁੰਮਦੇ ਆ ਮੈਂ ਕਿਹਾ ਉਹ ਤੇ ਲੋ ਨਿਆਣੇ ਕਿੱਦਾਂ ਆਪਾਂ ਤਾਂ ਲਪੇਟ ਲਪੇਟ ਰੱਖਦੀਆਂ ਪੂਰੀਆਂ ਦੋ ਦੋ ਤੌਲੀਏ ਦੇ ਕੇ ਉੱਤੇ ਉਹ ਨੰਗੇ ਆਪਾਂ ਇਹਨਾਂ ਨੂੰ ਫੇਰ ਜ਼ਿਆਦਾ ਤਕੜਿਆ ਕੋਈ ਬਿਮਾਰੀ ਨਹੀਂ ਕੋਈ ਫਲੂ ਨਹੀਂ ਉਹਨਾਂ ਨੂੰ ਇਹ ਗੱਲ ਰਹਿਣੀ ਬਣੀ ਦੀ ਆ ਵੀ ਆਪਾਂ ਰਹਿਣੀ ਬਣੀ ਕਿੱਦਾਂ ਕਰਦੇ ਉਹ ਗੁਰੂ ਆਪੇ ਇੱਦਾਂ ਹੁੰਦੇ ਉਹ ਹਿੰਦੀ ਬੋਲਦੇ ਸੀ ਅੱਧੀ ਹਿੰਦੀ ਪੰਜਾਬੀ ਚ ਬੋਲਦੇ ਸੀਗੇ ਉਹਨਾਂ ਦੇ 7 ਮੁੰਡੇ 1 ਕੁੜੀ ਅੱਛਾ ਜੀ 7 ਮੁੰਡੇ ਸੀ ਉਹਨਾਂ ਦੇ ਤੁਸੀਂ ਦੇਖ ਲਓ ਵੀ ਉਹ ਰਹਿੰਦੇ ਵੀ ਵਿਚਾਰੇ ਨਾ ਕੁੱਲੀ ਜੀ ਚ ਰਹਿੰਦੇ ਹੁੰਦੇ ਸੀਗੇ
ਤੇ ਉਹਨਾਂ ਨੇ ਹੁਣ ਆਪਾਂ ਕਹਿੰਦੇ ਹਾਂ ਵੀ ਆਹ ਟੀਕਾ ਜਿਹੜਾ ਲੱਗਣਾ ਇਹ ਭਾਈ ਜਦੋਂ ਬੋਰਨ ਹੋਇਆ ਉਦੋਂ ਆਹ ਲੱਗਣਾ ਤੇ ਜਦੋਂ 2 ਮਹੀਨੇ ਹੁੰਦਾ ਹੋ ਗਿਆ ਆਹ ਲੱਗਣਾ 6 ਮਹੀਨੇ ਦਾ ਆਹ ਲੱਗਣਾ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕੋਈ ਵੀ ਕਿਹੜਾ ਟੀਕਾ ਹੁੰਦਾ ਕੀ ਹੁੰਦਾ ਹਾਂਜੀ ਮੈਂ ਨਾ ਘਰੇ ਬੈਠਾ ਕਿਰਲੀ ਉਹਨੇ ਮੈਂ ਕਿਰਲੀ ਆ ਗਈ ਰੂਮ 'ਚ ਹੈ ਨਾ ਅੱਛਾ ਜੀ ਅਤੇ ਮੈਂ ਉਹਨੂੰ ਮੈਂ ਫਰੈਂਡ ਨੂੰ ਫੋਨ ਕਰਿਆ ਕੁਲਜੀਤ ਆ ਮੇਰਾ ਫਰੈਂਡ ਮੈਂ ਉਹਨੂੰ ਕਿਹਾ ਮੈਂ ਯਾਰ ਕੁਲਜੀਤ ਆਪਣੇ ਨਾ ਰੂਮ 'ਚ ਕਿਰਲੀ ਆ ਗਈ ਮੈਨੂੰ ਤਾਂ ਨੀਂਦ ਆਉਣੀ ਮੈਂ ਕਿਹਾ ਜਿੱਥੇ ਮੈਂ ਪਿਆ ਰਾਤ ਮੈਂ ਤਾਂ ਬੈਠੀ ਆ ਮੈਂ ਯਾਰ ਫੜਨੀ ਆ ਕਿਸੇ ਤਰ੍ਹਾਂ ਬੋਲਾ ਕਹਿੰਦਾ ਯਾਰ ਹੱਡੋ ਕਿਹੜੇ ਨੌਜਵਾਨ ਆ ਤੂੰ ਕਹਿੰਦਾ ਤੂੰ ਇੰਨਾ ਡਰਦਾ ਮੈਂ ਕਿਹਾ ਤੂੰ ਫੜ ਲੈ ਕਹਿੰਦਾ ਮੈਂ ਥਾਂ ਡਰਦਾ ਕਹਿੰਦਾ ਮੈਂ ਉਹਨਾਂ ਦੇ ਮੁੰਡੇ ਨੂੰ ਲੈ ਆਉਣਾ ਅੱਛਾ ਲਓ ਜੀ ਉਹਨੂੰ ਲਿਆਇਆ ਉਹ ਕਹਿੰਦਾ ਮੈਂ ਕਿਰਲੀ ਤਾਂ ਫੜ ਲੂੰ ਪਰ ਕਹਿੰਦਾ ਪੈਗ ਲਊ ਮੈਂ ਇੱਕ ਪੈਗ ਪੀਊ ਕਹਿੰਦਾ ਅੱਛਾ ਮੈਂ ਕਿਹਾ ਪੈਗ ਇੱਕ ਛੱਡ ਤੂੰ ਦੋ ਪੀ ਲਈ ਕਿਰਲੀ ਫੜ ਲਾ ਦੇਖੋ ਜੀ ਉਹਨੇ ਕਿਰਲੀ ਪਤਾ ਕਿਵੇਂ ਫੜੀ ਉਹ ਐਂ ਕੋਲੇ ਨੂੰ ਹੱਥ ਕਰੀ ਗਿਆ ਮੈਂ ਤਾਂ ਕਿਹਾ ਵੀ ਕਿਰਲੀ ਨੂੰ ਭਜਾਊ ਇਹ ਕੋਲੇ ਨੂੰ ਐਂ ਹੱਥ ਫੜੀ ਗਿਆ ਐਂ ਕਿਰਲੀ ਫੜ ਲਈ ਉਹਨੇ ਹੱਥ 'ਚ ਕਿਰਲੀ ਫੜ ਕੇ ਹਜੇ ਮੈਨੂੰ ਕਹਿੰਦੇ ਆ ਵੀ ਮੈਂ ਕਿਹਾ ਬਾਹਰ ਛੱਡਿਆ ਉਹਨੇ ਕਿਰਲੀਆਂ ਕਰਕੇ ਫੜੀ ਉਹਨੇ ਕਿਰਲੀ ਫੜ ਕੋ ਕੋਲੇ ਦਾ ਚੀਕੜ ਮਚਾਤਾ ਚੀਕੜ ਮਚਾਤਾ ਕਿਰਲੀ ਉਹ ਐਂ ਸਿੱਟਤੀ ਜਿਵੇਂ ਕੋਈ ਸੁੱਕਾ ਪੱਤਾ ਮਰੋੜ ਕੇ ਥੱਲੇ ਸਿੱਟੀ ਦਾ ਹੁੰਦਾ ਉਹਦੇ ਪੀਸ ਕਰਤੇ ਕਿਰਲੀ ਤੇ ਜਿਉਂਦੀ ਦੇ ਓਏ ਹੋਏ ਬਈ ਮੈਂ ਤਾਂ ਦਿਮਾਗ ਪਾਗਲ ਹੋਣ ਵਾਲਾ ਮੈਂ ਕਿਹਾ ਯਾਰ ਤੂੰ ਕਰਿਆ ਕੀ ਆ ਇਹ ਕਹਿੰਦਾ ਬਾਈ ਕਰਕੇ ਪਚੀਕੜ ਪਾ ਕੇ ਕਹਿੰਦਾ ਉਹ ਮਾਰੀ ਕਹਿੰਦਾ ਲਿਆ ਦੋ ਪੈਗ ਉਹ ਮਗਾ ਬੰਨੇ ਬਾਬਾ ਤੇਰੇ ਮੂਹਰੇ ਹੱਥਾਂ ਬੋਤਲ ਲੈ ਜਾ ਤੇ ਭਾਜਾ ਇੱਥੋਂ ਜੀ ਆਪਾਂ ਕਾਲ ਲੈ ਲਈ ਇੱਕ ਕਾਲ ਲਈਏ ਜੀ ਜੀ ਐਨ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਇਸ ਗੱਲ ਦਾ ਉਹ ਕਹਿੰਦੀ ਹੈਗੀ ਵੀ ਜਿਹੜੇ ਇਹ ਹੁੰਦੇ ਨੇ ਨਾ ਜਿਹੜੇ ਆਪਣੇ ਬਣਾਉਂਦੇ ਹੁੰਦੇ ਨੇ ਬੱਠਰ ਬਾਲਟੀਆਂ ਜੇ ਕੀ ਕਹਿੰਦੇ ਇਹਨਾਂ ਨੂੰ ਹਾਂਜੀ ਗੱਡੀਆਂ ਵਾਲੇ ਇਹ ਨਾ ਸਾਡੇ ਪਿੰਡ ਦੀ ਗੱਲ ਦੱਸਦੀ ਮੈਂ ਤੁਹਾਨੂੰ ਸਾਡੇ ਨਾ ਉੱਥੇ ਖੇਤਾਂ ਦੇ ਵਿੱਚ ਇਹ ਆ ਕੇ ਕਾਕੂ ਜੇ ਪਾ ਕੇ ਤੇ ਉੱਥੇ ਝੋਂਪੜੀਆਂ ਜਿਹੀਆਂ ਪਾ ਕੇ ਤੇ ਉੱਥੇ ਰਹਿਣ ਲੱਗ ਜਾਂਦੇ ਹੁੰਦੇ ਨੇ ਖੇਤਾਂ ਦੇ ਵਿੱਚ ਇਹ ਖਾਲੀ ਜੀ ਥਾਂ ਦੇਖ ਕੇ ਤੇ ਉੱਥੇ ਰਹਿੰਦੇ ਨੇਗੇ ਉਹ ਅਕਸਰ ਇਹ ਸਾਡਾ ਉੱਥੇ ਪਿੰਡ ਨਾ ਖੇਤਾਂ ਚ ਹੀ ਘਰ ਹੈਗਾ ਤੇ ਉਹ ਆਉਂਦੀ ਹੁੰਦੀ ਆ ਉਹੀ ਲੇਡੀ ਵੀ ਜਿਹੜੀ ਆਪਾਂ ਨੂੰ ਦਿੰਦੀ ਹੁੰਦੀ ਆ ਤੇ ਉਹ ਇੱਕ ਵਾਰੀ ਨਾ ਤੇ ਉਹ ਇਹਨਾਂ ਦਾ ਰੰਗ ਰੂਪ ਭਾਵੇਂ ਇਹਨਾਂ ਦਾ ਰੰਗ ਪੱਕਾ ਹੋਵੇ ਭਾਵੇਂ ਗੋਰਾ ਹੋਵੇ ਇਹਨਾਂ ਦੇ ਚਿਹਰੇ ਤੇ ਗਲੋ ਬਹੁਤ ਹੁੰਦੀ ਆ ਲੇਡੀਜ਼ ਦੀ ਬਿਲਕੁਲ ਸਹੀ ਹਾਂਜੀ ਪੂਰੇ ਚਮਕ ਹੁੰਦੀ ਆ ਜੀ ਤੇ ਉਹ ਨਾ ਤੇ ਉਹ ਪੁੱਛਣ ਲੱਗ ਗਈ ਹਨਾ ਉਦੋਂ ਮੇਰੇ ਬੇਟਾ ਹੋਇਆ ਸੀ ਵੱਡਾ ਤੇ ਉਹ ਪੁੱਛਣ ਲੱਗ ਗਈ ਕਹਿੰਦੀ ਵੀ ਤੁਸੀਂ ਬੀਬੀ ਇਹ ਪੰਜੀਰੀ ਕਰਕੇ ਦਿੰਦੇ ਹੋ ਵੀ ਤੁਸੀਂ ਐਂ ਕਰਕੇ ਦਿੰਦੇ ਹੋ ਤੇ ਕਹਿੰਦੀ ਹੈ ਕਿ ਵੀ ਅਸੀਂ ਇਹ ਪੰਜੀਰੀ ਕਰਕੇ ਨੀ ਦਿੰਦੇ ਕਿਸੇ ਨੂੰ ਵੀ ਜਦੋਂ ਸਾਡੇ ਬੱਚਾ ਹੋ ਜਾਂਦਾ ਕਿਸੇ ਦੇ ਅਸੀਂ ਤਾਂ ਕਹਿੰਦੀ ਆ ਕਿ ਥੋੜੇ ਜਿਹੇ ਦਿਨਾਂ ਤੋਂ ਬਾਅਦ ਵੀ ਰੋਜ਼ ਦਾ ਮੀਟ ਖਾਂਦੇ ਆ ਰੋਜ਼ ਜਿਹੜੇ ਹਿਰਨ ਵਰਗੇ ਹੁੰਦੇ ਜਿਹੜੇ ਹਾਂਜੀ ਕਹਿੰਦੀ ਅਸੀਂ ਤਾਂ ਵੀ ਭਾਵੇਂ ਸਾਡੀਆਂ ਲੇਡੀਜ਼ ਹੋਣ ਬਈ ਅਸੀਂ ਤਾਂ ਵੀ ਆਹ ਪੰਜੀਰੀ ਕਰਕੇ ਜਾਂ ਕੋਈ ਆ ਕੇ ਹੋ ਜਾਏ ਇਹ ਤਾਂ ਹੀ ਦੇਖੋ ਇਹ ਪਤਲੀਆਂ ਕਿੰਨੀਆਂ ਹੁੰਦੀਆਂ ਨੇ ਤੇ ਇਹ ਕਹਿੰਦੇ ਵੀ ਅਸੀਂ ਆਹ ਕੁਛ ਨੀ ਖਾਂਦੇ ਜਿਹੜਾ ਤੁਸੀਂ ਖਾਂਦੇ ਹੋ ਵੀ ਅਸੀਂ ਤਾਂ ਰੋਜ਼ ਦਾ ਮੀਟ ਖਾਂਦੇ ਆ ਤੇ ਉਹੀ ਦੇਖੋ ਬੱਚਿਆਂ ਨੂੰ ਫਿਰ ਫੀਡ ਦੇਣੀ ਇਹਨਾਂ ਨੇ ਬਿਲਕੁਲ ਸਹੀ ਤੇ ਉਹ ਕਿੰਨੇ ਸਟਰੋਂਗ ਆਪ ਵੀ ਸਟਰੋਂਗ ਹੁੰਦੀਆਂ ਤੇ ਉਹ ਵੀ ਹੁੰਦੇ ਨੇ ਤੇ ਇਸੇ ਤਰ੍ਹਾਂ ਨਾ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਤੁਹਾਡਾ ਕਾਲ ਦਾ ਟਾਈਮ ਵੀ ਨਾ ਹੋ ਜਾਏ ਕਿਤੇ ਤੇ ਉਹ ਨਾ ਇੱਕ ਰਾਜਾ ਸੀ ਤੇ ਉਹਦੇ ਵੀ ਬੱਚਾ ਹੋਇਆ ਵਾਈਫ ਦੇ ਉਹਦੇ ਜੇ ਤੇ ਇੱਕ ਆਹ ਗੱਡੀਆਂ ਵਾਲੀ ਸੀ ਜਿਹੜੀ ਤੇ ਉਹਦੇ ਵੀ ਹੋਇਆ ਤੇ ਉਹ ਤਾਂ ਉਹਨੇ ਕੋਲੇ ਪਾ ਕੇ ਤੇ ਆਹ ਰੋੜੀ ਜੀ ਕੁੱਟਣ ਵਾਲੀਆਂ ਹੁੰਦੀਆਂ ਕੋਲੇ ਪਾ ਕੇ ਥੋੜੇ ਜਿਹੇ ਚਿਰ ਦਾ ਬੱਚਾ ਤੇ ਰੋੜੀ ਕੁੱਟੀ ਜਾਵੇ ਤੇ ਉਹ ਘਰੇ ਜਾ ਕੇ ਰਾਣੀ ਨੂੰ ਕਹਿੰਦਾ ਵੀ ਤੇਰੇ ਵੀ ਹੋਇਆ ਬੱਚਾ ਤੇ ਉਹਦੇ ਵੀ ਹੋਇਆ ਤੇ ਤੂੰ ਤਾਂ ਕਹਿੰਦੀ ਮੇਥੋਂ ਉੱਠਿਆ ਨੀ ਜਾਂਦਾ ਤੇ ਉਹ ਕੋਲੇ ਬੱਚਾ ਪਾਇਆ ਤੇ ਰੋੜੀ ਕੁੱਟੀ ਜਾਂਦੀ ਆ ਤੇ ਵੀ ਬੰਦਾ ਉਹ ਵੀ ਆ ਤੇ ਬੰਦਾ ਇਹ ਵੀ ਆ ਤੇ ਵੀ ਤੂੰ ਆਏ ਕਹਿੰਦੀ ਆ ਉਹ ਕਹਿੰਦੀ ਵੀ ਇਹਦਾ ਮੈਂ ਤੈਨੂੰ ਫਰਕ ਹੁਣੇ ਹੀ ਦੱਸ ਦਿੰਦੀ ਆ ਵੀ ਇੱਕ ਖੱਦਰ ਦਾ ਕੱਪੜਾ ਲੈ ਕੇ ਆ ਤੇ ਇੱਕ ਮਲਮਲ ਦਾ ਕੱਪੜਾ ਲੈ ਕੇ ਆ ਤੇ ਉਹਦੇ ਵਿੱਚ ਪਾ ਕੇ ਤੇ ਜਦੋਂ ਉਹ ਕਹਿੰਦੇ ਨਾ ਵੀ ਇਹਦੀ ਗਠੜੀ ਬੰਨੋ ਤੁਸੀਂ ਬੰਨ ਦਿਓ ਜਿਹੜਾ ਖੱਦਰ ਦਾ ਕੱਪੜਾ ਸੀ ਉਹਦੇ ਨਾਲ ਤਾਂ ਗਠੜੀ ਬੰਨੀ ਗਈ ਤੇ ਜਿਹੜਾ ਹੁਣ ਮਲਮਲ ਦਾ ਕੱਪੜਾ ਮਖਮਲ ਦਾ ਕੱਪੜਾ ਲਿਆਂਦਾ ਸੀ ਤੇ ਉਹ ਜਦੋਂ ਜ਼ੋਰ ਦੀ ਗੰਢ ਦੇਣ ਲੱਗੇ ਤੇ ਉਹ ਫਟ ਗਿਆ ਉਹ ਕਹਿੰਦੀ ਵੀ ਆਹੀ ਫਰਕ ਆ ਸਰੀਰ ਦਾ ਵੀ ਇਹਨਾਂ ਦੇ ਸਰੀਰ ਸ਼ੁਰੂ ਤੋਂ ਆਏ ਹਾਰਡ ਹੋਏ ਪਏ ਨੇ ਸਾਡੇ ਇਸ ਤਰ੍ਹਾਂ ਹੋਏ ਪਏ ਨੇ ਗੱਲ ਕੁਛ ਵੀ ਨਹੀਂ ਹਾਂਜੀ ਓਕੇ ਜੀ ਥੈਂਕ ਯੂ ਜੀ ਬੜਾ ਧੰਨਵਾਦ ਬੜੀ ਵਧੀਆ ਜਾਣਕਾਰੀ ਓਕੇ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜੀ ਸਾਡਾ ਟਾਈਮ ਹੋ ਗਿਆ ਅਸੀਂ 2 ਮਿੰਟ ਲੇਟ ਹੀ ਹੋ ਗਏ ਕਿਉਂਕਿ ਹੁਣ ਸਾਨੂੰ ਜਾਣਾ ਪੈਣਾ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਿਲਕੁਲ ਜੀ ਦੋਨਾਂ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ